ਦੇਵ ਜੀ ਨੇ ਜਦੋਂ ਆਪਣੀਆਂ ਉਦਾਸੀਆਂ ਸ਼ੁਰੂ ਕੀਤੀਆਂ ਤੇ ਕਹਿਣ ਵਾਲੇ ਕਹਿੰਦੇ ਨੇ ਕਿ ਗੁਰੂ ਸਾਹਿਬ ਆਪਣੇ ਸਿੱਖਾਂ ਨੂੰ ਇੱਕ ਵਾਰ ਮਿਲ ਕੇ ਦੁਬਾਰਾ ਕਦੀ ਨਹੀਂ ਮਿਲੇ ਅਤੇ ਉਹਨਾਂ ਨੂੰ ਦੁਬਾਰਾ ਮਿਲਣ ਦੀ ਜ਼ਰੂਰਤ ਵੀ ਨਹੀਂ ਪਈ ਅਤੇ ਉਹ ਗੁਰੂ ਦੇ ਸਦਾ-ਸਦਾ ਦੇ ਲਈ ਸਿੱਖ ਬਣ ਗਏ ਜਦੋਂ ਗੁਰਤੇਗ ਬਹਾਦਰ ਪਾਤਸ਼ਾਹ ਨੇ ਪਟਨਾ ਸਾਹਿਬ ਤੋਂ ਅਸਾਮ ਵੱਲ ਆਪਣੀਆਂ ਫੇਰੀਆਂ ਕੀਤੀਆਂ ਤੇ ਬਹੁਤ ਸਾਰੀ ਸੰਗਤ ਕਹਿਣ ਵਾਲੇ ਦੱਸਦੇ ਨੇ ਕਿ ਇਸ ਤਰ੍ਹਾਂ ਮਿਲੀ ਕਿ ਉਹਨਾਂ ਨੇ ਗੁਰਤੇਗ ਬាទਰ ਪਾਸ਼ਾ ਨੂੰ ਕਿਹਾ ਕਿ ਪਾਸ਼ਾ ਇੰਨਾ ਸਮਾਂ ਲਗਾ ਦਿੱਤਾ ਦੁਬਾਰਾ ਮਿਲਣ ਨੂੰ ਯਾਨੀ ਕਿ ਗੁਰਨਾਣਕ ਪਾਸ਼ਾ ਦੀ ਨੌਵੀਂ ਜੋਤ ਉਹਨਾਂ ਸੰਗਤਾਂ ਨੂੰ ਦੁਬਾਰਾ ਮਿਲ ਰਹੀ ਸੀ ਗੁਰਤੇਗ ਬាទਰ ਪਾਸ਼ਾ ਨੇ ਇਸੇ ਤਰ੍ਹਾਂ ਯਾਤਰਾਵਾਂ ਕੀਤੀਆਂ ਗੁਰਨਾਣਕ ਪਾਸ਼ਾ ਤੋਂ ਬਾਅਦ ਸਭ ਤੋਂ ਵੱਧ ਯਾਤਰਾਵਾਂ ਗੁਰਤੇਗ ਬាទਰ ਪਾਸ਼ਾ ਨੇ ਕੀਤੀਆਂ ਅਤੇ ਜਿੱਥੇ-ਜਿੱਥੇ ਵੀ ਗਏ ਉਹ ਸਿਰਫ ਤੇ ਸਿਰਫ ਇੱਕ ਸਿੱਧਾ ਤੇ ਸਾਦਾ ਸਫ਼ਰ ਨਹੀਂ ਸੀ ਉਹ ਇਲਾਹੀ ਨਦਰ ਦੇ ਪੰਡੇ ਸਨ ਉਹਨਾਂ ਨੇ ਰਿਸ਼ਤੇਆ ਨੂੰ ਬਣਾਇਆ ਉਹਨਾਂ ਨੇ ਰੋਹਾਨੀਆਂ ਦਾ ਨਵਾਂ ਪਸਾਰ ਕੀਤਾ ਅਤੇ ਉਸ ਦਾ ਨਤੀਜਾ ਸੀ ਕਿ ਜਦੋਂ ਗੁਰਗੋਬਿੰਦ ਸਿੰਘ ਪਾਸ਼ਾ ਆਨੰਦਪੁਰ ਸਾਹਿਬ ਗੁਰਗੱਦੀ ਤੇ ਬਿਰਾਜਮਾਨ ਹੋਏ ਤਾਂ ਗੁਰਤੇਗ ਬਹਾਦਰ ਪਾਸ਼ਾ ਦੀਆਂ ਦੋਸਤੀਆਂ ਦਾ ਨਤੀਜਾ ਸੀ ਕਿ ਗੁਰਗੋਬਿੰਦ ਸਿੰਘ ਪਾਸ਼ਾ ਕੋਲ ਪੂਰਬ ਦੇ ਦੇਸ਼ਾਂ ਦੇ ਵਿੱਚੋਂ ਰਾਜੇ ਨੇ ਖਾਸ ਤੌਰ ਤੇ ਆਪਣਾ ਸਭ ਤੋਂ ਖੂਬਸੂਰਤ ਹਾਥੀ ਭੇਟ ਕੀਤਾ ਉਸ ਹਾਥੀ ਨੂੰ ਲੈ ਕੇ ਬਾਦ ਦੇ ਵਿੱਚ ਜੰਗ ਤੱਕ ਹੋਈ ਸੋ ਗੁਰੂ ਤੇਗ ਬਹਾਦਰ ਪਾਸ਼ਾਵਾਂ ਦੀਆਂ ਉਹਨਾਂ ਯਾਤਰਾਵਾਂ ਦੇ ਕੀ ਮਾਇਨੇ ਨੇ ਅਤੇ ਉਹਨਾਂ ਯਾਤਰਾਵਾਂ ਨੂੰ ਅਸੀਂ ਕਿਵੇਂ ਮਹਿਸੂਸ ਕਰ ਸਕਦੇ ਆ ਇਹ ਸਾਰੀਆਂ ਗੱਲਾਂ ਬਾਤਾਂ ਇਸ ਸਮੇਂ ਕਰਨੀਆਂ ਜ਼ਰੂਰੀ ਨੇ ਕਿਉਂਕਿ ਅਸੀਂ ਸਾਈਂ ਸ਼੍ਰੀ ਗੁਰਤੇਗ ਬਹਾਦਰ ਪਾਸ਼ਾ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਮਨਾ ਰਹੇ ਆ ਸਤਿ ਸ੍ਰੀ ਅਕਾਲ ਦੀ ਅਨਮਿਊਟ ਦੇ ਨਾਲ ਮੈਂ ਹਰਪ੍ਰੀਤ ਸਿੰਘ ਕਾਲੂ ਅਤੇ ਸਾਡੇ ਅੱਜ ਦੇ ਮਹਿਮਾਨ ਨੇ ਡਾਕਟਰ ਸਰਬਜਿੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੇਖਿਆ ਸੀ ਉਹਨਾਂ ਦੇ ਨਾਲ ਇਸੇ ਸਿਲਸਿਲੇ ਦੇ ਵਿੱਚ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਦੀਆਂ ਅਸੀਂ ਯਾਤਰਾਵਾਂ ਨੂੰ ਜਦੋਂ ਦੇਖਦੇ ਆਂ ਤੇ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਸਾਨੂੰ ਜਦੋਂ ਅਸੀਂ ਮਹਿਸੂਸ ਕਰਦੇ ਆਂ ਤੇ ਸਾਨੂੰ ਲੱਗਦਾ ਹੈ ਕਿ ਇਲਾਹੀ ਨਜ਼ਰ ਦੇ ਪੰਨਿਆਂ ਦੀ ਰੋਹਾਨੀਅਤ ਮਹਿਸੂਸ ਹੁੰਦੀ ਹੈ ਅਤੇ 400 ਸਾਲਾਂ ਦੇ ਪ੍ਰਕਾਸ਼ ਦਿਹਾੜੇ ਦੇ ਵਿੱਚ ਅਸੀਂ ਉਹਨਾਂ ਯਾਤਰਾਵਾਂ ਦੇ ਕੀ ਮਾਇਨੇ ਲੱਭੀਏ ਜਾਂ ਉਹਨਾਂ ਦਾ ਕਿਸ ਤਰ੍ਹਾਂ ਦਾ ਤਸੱਵਰ ਕਰੀਏ ਤੁਹਾਡੇ ਨਜ਼ਰੀਏ 'ਚ ਸਾਰੀਆਂ ਗੱਲਾਂ ਦੀ ਸ਼ੁਰੂਆਤ ਕਿੱਥੋਂ ਹੋਣੀ ਚਾਹੀਦੀ ਹੈ ਸਭ ਤੋਂ ਪਹਿਲਾਂ ਤੇ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਪੰਜਾਬੀ ਯੂਨੀਵਰਸਿਟੀ ਦੇ ਇਸ ਖੂਬਸੂਰਤ ਕੈਂਪਸ ਦੇ ਵਿੱਚ ਖੁਦ ਚੱਲ ਕੇ ਆਏ ਇਹ ਸਾਡੀ ਵਿਰਾਸਤ ਦਾ ਫਖਰ ਹੈ ਆਪਾਂ ਆਪਣੀ ਵਿਰਾਸਤ ਦੇ ਫਖਰ ਦੀ ਬਾਤ ਪਾਉਣ ਜਾ ਰਹੇ ਹਾਂ ਇਹ ਧਿਆਨ ਰੱਖੇ ਕਿ ਵਿਰਾਸਤ ਦੇ ਫਖਰ ਨੂੰ ਯਾਦ ਕਰਨ ਅਤੇ ਉਸ ਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਮਸਤਕ ਦਾ ਹਿੱਸਾ ਬਣਾ ਦੇਣਾ ਇਹ ਜਾਗਦੀਆਂ ਕੌਮਾਂ ਦੀ ਨਿਸ਼ਾਨੀ ਹੁੰਦੀ ਹੈ ਜੀ ਧਿਆਨ ਰੱਖੇ ਕਿ ਜਿਹੜੀਆਂ ਵੀ ਕੌਮਾਂ ਆਪਣੀ ਵਿਰਾਸਤ ਦੇ ਫਖਰ ਨੂੰ ਸਦਾਬ ਸਮਿਆਂ ਲਈ ਆਪਣੇ ਚੇਤਿਆਂ ਦਾ ਭਾਗ ਬਣਾ ਲੈਂਦੀਆਂ ਨੇ ਉਸ ਦੀ ਵੀ ਹੋ ਜਾਂਦੀਆਂ ਨੇ ਤੇ ਜਿਹੜੀਆਂ ਕੌਮਾਂ ਆਪਣੀ ਵਿਰਾਸਤ ਦੇ ਫਖਰ ਵੱਲ ਪਿੱਟ ਕਰ ਲੈਂਦੀਆਂ ਨੇ ਉਹ ਆਪਣਾ ਸਰੂਪ ਵੀ ਗਵਾ ਲੈਂਦੀਆਂ ਨੇ ਉਹ ਆਪਣਾ ਸਿਧਾਂਤ ਵੀ ਕੁਆਲੀਆਂ ਲੀਆਂ ਨੇ ਜੀ ਸੋ ਸਭ ਤੋਂ ਪਹਿਲਾਂ ਤੇ ਸਿੱਖਾਂ ਦੀ ਸਿੱਖ ਸੋਸਾਇਟੀ ਦੀ ਤੇ ਸਿੱਖ ਧਰਮ ਦੀ ਸਿੱਖ ਕੌਮੀਅਤ ਦੀ ਖੂਬਸੂਰਤੀ ਇਹ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਅ ਅਸੀਂ ਗੁਰੂ ਸਾਹਿਬਾਨ ਦੀਆਂ ਸ਼ਤਾਬੀਆਂ ਨੂੰ ਸੈਲੀਬ੍ਰੇਟ ਕਰ ਰਹੇ ਹਾਂ ਜੀ ਅਤੇ ਉਹ ਸ਼ਤਾਬੀਆਂ ਜਿਹੜੀਆਂ ਨੇ ਬੇਸ਼ੱਕ ਉਹਨਾਂ ਦੇ ਜਨਮ ਨਾਲ ਸੰਬੰਧਿਤ ਹੋਣ ਜਾਂ ਉਹਨਾਂ ਦੀ ਸ਼ਹਾਦਤ ਨਾਲ ਸੰਬੰਧਿਤ ਹੋਣ ਜਾਂ ਕਿਸੇ ਵੀ ਹੋਰ ਹਿਸਟੋਰੀਕਲ ਈਵੈਂਟ ਨਾਲ ਸੰਬੰਧਿਤ ਹੋਣ ਅਸੀਂ ਉਹਨਾਂ ਨੂੰ ਪੂਰੇ ਹਰਸੋ ਇਲਾਸ ਨਾਲ ਇਸ ਕਰਕੇ ਨਹੀਂ ਮਨਾ ਰਹੇ ਕਿ ਉਹਨਾਂ ਦਾ ਜਨਮ ਇਸ ਤਰੀਕ ਨੂੰ ਹੋਇਆ ਕਿ ਸਾਨੂੰ ਪਾਸ਼ਾ ਨੇ ਦੱਸਿਆ ਹੈ ਕਿ ਜਨਮ ਤੇ ਮਰਨ ਦੀ ਕੋਈ ਅਹਿਮੀਅਤ ਨਹੀਂ ਹੈ ਜੀ ਜਨਮ ਅਤੇ ਮਰਨ ਦਾ ਜਿਹੜਾ ਵਿਚਲਾ ਸਮਾਂ ਹੈ ਉਸ ਦੀ ਅਸਲ ਵਿੱਚ ਅਹਿਮੀਅਤ ਹੁੰਦੀ ਹੈ ਤੇ ਅਸੀਂ ਉਸ ਸਮੇਂ ਨੂੰ ਰੂਪਮਾਨ ਕਰ ਰਹੇ ਹਾਂ ਤੇ ਅੱਜ ਵੀ ਤੁਸੀਂ ਉਹੀ ਕਰ ਲਈ ਮੇਰੇ ਕੋਲ ਆ ਜਿਓ ਇਸ ਕਰਕੇ ਮੈਂ ਸਰਵਪ੍ਰਥਮ ਤੁਹਾਡਾ ਧੰਨਵਾਦੀ ਹਾਂ ਕਿ ਤੁਸੀਂ ਮੇਰੇ ਕੋਲ ਆਏ ਤੇ ਆਪਾਂ ਉਹ ਬਾਤਾਂ ਪਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜੀ ਇਲਾਹੀ ਨਜ਼ਰ ਦੇ ਪੈਂਡਿਆਂ ਵੱਲ ਲਿਕੇ ਸਾਨੂੰ ਜਾਣਗੀਆਂ ਜੀ ਸੋ ਬੜਾ ਖੂਬਸੂਰਤ ਪੱਖ ਹੈ ਕਿ 1621 ਈਸਵੀ ਨੂੰ ਸੱਚੇ ਪਾਤਸ਼ਾਹ ਹਜੂਰ ਦਾ ਜਨਮ ਹੁੰਦਾ ਹੈ ਜੀ ਤੇ 1675 ਨੂੰ ਉਹਨਾਂ ਦੀ ਸ਼ਹਾਦਤ ਹੋ ਜਾਂਦੀ ਹੈ ਬਿਲਕੁਲ 54 ਸਾਲ ਦਾ ਕੁੱਲ ਸਮਾਂ ਜੀ 54 ਸਾਲ ਦਾ ਸਮਾਂ ਅੱਜ ਵੀ ਅਸੀਂ ਪਰ ਜਵਾਨੀ ਦਾ ਸਮਾਂ ਗਿਣਦੇ ਹਾਂ ਬਿਲਕੁਲ ਕਿ ਜਦੋਂ ਬੰਦਾ ਜਿਹੜਾ ਹੈ ਸਿਖਰ ਵੱਲ ਜੇ ਜਾ ਰਿਹਾ ਹੁੰਦਾ ਹੈ ਜੀ ਜੀ ਤੇ 54 ਸਾਲ ਦੇ ਸਮੇਂ ਦੇ ਵਿੱਚ ਇੱਕ ਸ਼ਖਸੀਅਤ ਵੱਲੋਂ ਉਹ ਕੁਝ ਕਰ ਦੇਣਾ ਜਿਹੜਾ ਕਿਸੇ ਦੇ ਸੁਪਨਿਆਂ ਦਾ ਵਿਭਾਗ ਨਾ ਹੋਵੇ ਜੀ ਤੇ ਇਹ ਕਹਿ ਦੇਣਾ ਕੋਈ ਅਤਕਤਨੀ ਨਹੀਂ ਹੈ ਕਿ ਅਸਲ ਵਿੱਚ ਉਸ ਸ਼ਖਸੀਅਤ ਨੂੰ ਮਹਿਜ ਇੱਕ ਵਿਅਕਤੀ ਦੇ ਤੌਰ ਤੇ ਆਪਾਂ ਪੇਸ਼ ਕਰਨਾ ਇਹ ਸਾਡੇ ਲਈ ਸੰਭਵ ਨਹੀਂ ਹੈ ਬਿਲਕੁਲ ਕਿਉਂਕਿ ਉਹ ਵਿਅਕਤੀ ਨਹੀਂ ਸਨ ਜੀ ਬੇਸ਼ੱਕ ਵਿਅਕਤੀ ਦੇ ਰੂਪ ਵਿੱਚ ਉਹ ਸੰਸਾਰ ਵਿੱਚ ਆਏ ਹਮ ਇੱਥੇ ਵਿਚਰੇ ਅਤੇ ਥੋ ਚਲੇ ਗਏ ਪਰ ਹਮੇਸ਼ਾ ਆਲਵੇਜ਼ ਰਿਮੈਂਬਰ ਰੇਟ ਕਿ ਜਦੋਂ ਸੰਸਾਰ ਦੇ ਧਰਮਾਂ ਦੇ ਇਤਿਹਾਸ ਵੱਲ ਤੁਸੀਂ ਨਿਗਾਹਬਾਨੀ ਕਰਦੇ ਜੋ ਨਜ਼ਰਸਾਨੀ ਕਰਦੇ ਜੋ ਤੇ ਉਥੋਂ ਸਭ ਤੋਂ ਖੂਬਸੂਰਤ ਪੱਖ ਹੁੰਦਾ ਹੈ ਕਿ ਉਸ ਧਰਮ ਦੀ ਪ੍ਰੋਫਟੋਡ ਪ੍ਰੋਫਟੋਡ ਮੀਨ ਉਸ ਧਰਮ ਦਾ ਧਰਮਬਾਨੀ ਤੇ ਇਸ ਹਦੈਵ ਸਮਿਆਂ ਲਈ ਆਪਣੇ ਚੇਤਿਆਂ ਦਾ ਭਾਗ ਬਣਾ ਲੈਣਾ ਚਾਹੀਦਾ ਹੈ ਕਿ ਕਿਸੇ ਵੀ ਧਰਮ ਦਾ ਧਰਮਬਾਨੀ ਜਾਂ ਪ੍ਰੋਫਟ ਇੱਕ ਹੁੰਦਾ ਹੈ ਬਿਲਕੁਲ ਪਰ ਉਸ ਪ੍ਰਾਫਿਟ ਦੇ ਜਿਹੜੇ ਉਤਰਾਧਿਕਾਰੀ ਨੇ ਜੀ ਉਹ ਉਸੇ ਪਰੰਪਰਾ ਨੂੰ ਲੈ ਕੇ ਉਸੇ ਸਿਧਾਂਤ ਨੂੰ ਲੈ ਕੇ ਅੱਗੇ ਵਿਚਰਦੇ ਨੇ ਜਿਵੇਂ ਤੁਸੀਂ ਹੁਣੇ ਗੱਲ ਕਰ ਚੁੱਕੇ ਸੀ ਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਥਾਵਾਂ ਤੇ ਗਏ ਜੀ ਤੇ ਅੱਗਿਓ ਸੰਗਤ ਨੇ ਪੁੱਛਿਆ ਪਾਤਸ਼ਾਹ ਆਉਣ ਵਿੱਚ ਬੜੀ ਦੇਰੀ ਕਰ ਦਿੱਤੀ ਇਹਦਾ ਮਤਲਬ ਹੈ ਕਿ ਪਾਤਸ਼ਾਹ ਗੁਰੂ ਨਾਨਕ ਜਾਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਉਨ੍ਹਾਂ ਵਿੱਚ ਕੁਝ ਫਰਕ ਨਹੀਂ ਸੀ। ਬਿਲਕੁਲ। ਇੱਕ ਕਿਸ ਨੂੰ ਬਹੁਤ ਖੂਬਸੂਰਤ ਢੰਗ ਦੇ ਨਾਲ ਜੋਤ ਉਹ ਹੈ, ਜੁਗਤ ਸਾਹਿ ਸਹ ਕਾਇਆ ਫਿਰ ਪਲਟੀਏ। ਜੀ। ਉਸ ਸਿਧਾਂਤ ਨੂੰ ਤੁਸੀਂ ਖੂਬਸੂਰਤ ਢੰਗ ਨਾਲ ਰੂਪਮਾਨ ਕਰਦਾ ਮੈਨੂੰ ਈਜ਼ੀ ਹੋ ਗਿਆ ਕਿ ਉਹ ਸਾਰੇ ਨੂੰ ਮੈਂ ਤੁਹਾਡੇ ਸਾਹਮਣੇ ਐਕਸਪਲੇਨ ਕਰ ਸਕਾਂ। ਜੀ। 1621 ਨੂੰ ਪਾਤਸ਼ਾਹ ਦਾ ਜਨਮ ਹੋਇਆ ਆਪਾਂ ਗੱਲ ਕਰ ਸਕਦੇ ਹਾਂ। ਬਿਲਕੁਲ। ਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਸਭ ਤੋਂ ਜੰਗਰ ਸੰਤਾਨ ਨੇ। ਜੀ। ਅੰਮ੍ਰਿਤਸਰ ਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਹੈ। ਜੀ। ਤੇ ਇਹ ਪਲੇਸ ਉਹ ਹੈ ਕੜੂ ਸਾਹਿਬ ਜਿੱਥੇ ਜਦੋਂ ਰਾਮ ਸਰ ਅਤੇ ਅਮਰਤ ਸਰ ਸਰੋਵਰ ਦੀ ਖਦਾਈ ਹੁੰਦੀ ਹੈ ਜੀ ਤੇ ਉਹ ਜਗਾ ਜਿੱਥੇ ਗੁਰੂ ਰਾਮਦਾਸ ਜੀ ਨੇ ਆਪਣਾ ਨਿਵਾਸ ਸਥਾਨ ਬਣਾਇਆ ਸੀ ਬਿਲਕੁਲ ਉਸ ਨਿਵਾਸ ਸਥਾਨ ਉਤੇ ਪੰਜਵੇਂ ਪਾਤਸ਼ਾਹ ਗੁਰੂ ਛੇਵੇਂ ਪਾਤਸ਼ਾਹ ਸਮੇਤ ਪਰਿਵਾਰ ਦੇ ਰਹਿੰਦੇ ਰਹੇ ਅਤੇ ਇੱਥੇ ਹੀ ਭਾਗ ਲੱਗੇ ਉਹ ਭਾਗ ਜਿਹੜੇ ਸਾਰੇ ਸੰਸਾਰ ਨੂੰ ਲੱਗੇ ਜੀ ਪਾਤਸ਼ਾਹ ਗੁਰੂ ਹਰਗਬਿੰਦ ਸਾਹਿਬ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਜਦੋਂ ਪਰੰਪਰਾਗਤ ਤਰੀਕੇ ਦੇ ਨਾਲ ਉਹਨਾਂ ਨੇ ਸੇਲੀ ਮਾੜਾ ਮੰਜੀ ਤੇ ਟੋਪੀ ਜੀ ਪਹਿਨਣ ਤੋਂ ਇਨਕਾਰ ਕਰਤਾ ਕਿਉਂਕਿ ਬਾਬਾ ਬੁੱਢਾ ਜੀ ਜਦੋਂ ਪਰੰਪਰਾਗਤ ਨਿਸ਼ਾਨ ਲੈ ਕੇ ਆਏ ਗੁਰਗੱਦੀ ਤੇ ਜੀ ਕਿ ਉਹਨਾਂ ਨੇ ਕਿਹਾ ਕਿ ਹੁਣ ਮੇਰੀ ਸੇਲੀ ਟੋਪੀ ਮਾੜਾ ਮੰਜੀ ਇਹ ਨਹੀਂ ਹੋਏਗੀ ਮੈਂ ਦੋ ਤਲਵਾਰਾਂ ਧਾਰਨ ਕਰਾਂਗਾ ਅਤੇ ਤਖਤ ਉੱਤੇ ਬੈਠਾਂਗਾ ਬਿਲਕੁਲ ਅਸਲ ਦੇ ਵਿੱਚ ਇਹ ਟਰਾਂਸਫਰਮੇਸ਼ਨ ਨਹੀਂ ਹੈ ਇਥੇ ਇਹ ਰਾਂ ਨੀਲੀ ਗੱਲ ਇਹ ਹੈ ਕਿ ਸਾਡੇ ਬਹੁਤ ਸਾਰੇ ਇਤਿਹਾਸਕਾਰ ਜਿਹੜੇ ਜੋ ਟਪਲਾ ਖਾ ਜਾਂਦੇ ਨੇ ਤੇ ਬੜਾ ਦੁਖੰਤਕ ਪਹਿਲੂ ਹੈ ਕਿ ਸਿੱਖ ਇਤਿਹਾਸਕਾਰੀ ਦੇ ਸਿਸਟਮ ਦੇ ਵਿੱਚ ਜੇ ਅਸੀਂ ਕੁਝ ਇੱਕ ਬੰਦਿਆਂ ਨੂੰ ਸਰਦਾਰ ਡਾਕਟਰ ਗੰਡਾ ਸਿੰਘ ਤੋਂ ਲੈ ਕੇ ਕਿਰਪਾਲ ਸਿੰਘ ਹੋਰਾਂ ਤੋਂ ਲੈ ਕੇ ਫੌਜਾ ਸਿੰਘ ਹੋਰਾਂ ਤੋਂ ਲੈ ਕੇ ਜੇ ਕਰੀਏ ਤੇ ਅੱਗੇ ਸਾਨੂੰ ਕੋਈ ਇਤਿਹਾਸਕਾਰ ਦਿਸਦਾ ਨਹੀਂ ਜਿਹੜਾ ਆਪਣੇ ਸਿਧਾਂਤ ਨੂੰ ਆਪਣੇ ਇਤਿਹਾਸਕ ਪੱਖਾਂ ਨੂੰ ਰੂਪਮਾਨ ਕਰ ਸਕਦਾ ਤੇ ਜਿਨ੍ਹਾਂ ਨੇ ਸਾਡਾ ਇਤਿਹਾਸ ਲਿਖਿਆ ਹੈ ਉਹ ਅਸਲ ਦੇ ਵਿੱਚ ਸਾਨੂੰ ਉਸ ਨਿਗਾਹ ਨਾਲ ਨਹੀਂ ਸੰਵੇਖਦੇ ਜਿਸ ਨਿਗਾਹ ਨਾਲ ਅਸੀਂ ਖੁਦ ਦੇਖ ਸਕਦੇ ਸੀ ਤੁਹਾਡੀ ਇਸੇ ਗੱਲ ਦੇ ਵਿੱਚ ਇੱਕ ਖੂਬਸੂਰਤ ਗੱਲ ਮੇਰੇ ਯਾਦ ਆ ਗਈ ਹੈ ਕਿ ਹਰਿੰਦਰ ਸਿੰਘ ਮਹਿਬੂਬ ਨੇ ਲਿਖਿਆ ਸੀ ਉਹ ਕਹਿੰਦੇ ਕਿ ਜਦੋਂ ਅਸੀਂ ਇਤਿਹਾਸ ਨੂੰ ਇਸ ਤਰ੍ਹਾਂ ਬਿਆਨ ਕਰਦੇ ਆ ਕਿ ਬਾਬਾ ਸ੍ਰੀ ਚੰਦ ਸਾਹਿਬ ਗੱਦੀ ਦੇ ਉਸ ਤਰ੍ਹਾਂ ਕਾਬਲ ਨਹੀਂ ਸਨ ਭਾਈ ਲੈਣਾ ਨੂੰ ਗੱਦੀ ਮਿਲ ਗਈ ਜਾਂ ਪਾਈ ਰਾਮ ਨੇ ਜਾ ਕੇ ਔਰੰਗਜ਼ੇਬ ਨੂੰ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਗਲਤ ਕੀਤੀ ਇਸ ਕਰਕੇ ਗੁਰੂ ਹਰਕੀਰ ਸਿੰਘ ਸਾਹਿਬ ਨੂੰ ਗੱਦੀ ਮਿਲ ਗਈ ਉਹ ਕਹਿੰਦੇ ਕਿ ਇਹ ਦੁਨਿਆਵੀ ਪਹਿਲੂਆਂ ਦੇ ਪੈਰਾਮੀਟਰ ਨੇ ਅਸਲ ਦੇ ਵਿੱਚ ਭਾਵੇਂ ਬਾਬਾ ਸ੍ਰੀ ਚੰਦ ਹੁਣੇ ਕਿੰਨੇ ਹੀ ਪਰਪੱਕ ਕਿਉਂ ਨਾ ਹੋ ਜਾਂਦੇ ਬਾਬਾ ਰਾਮ ਰਾਏ ਕਿੰਨੇ ਹੀ ਪਰਪੱਕ ਕਿਉਂ ਨਾ ਹੋ ਜਾਂਦੇ ਭਾਵੇਂ ਉਹ ਉੱਥੇ ਜਾ ਕੇ ਗਲਤ ਵਿਆਖਿਆ ਨਾ ਵੀ ਕਰਦੇ ਜਿਹੜੀ ਗੁਰਗੱਦੀ ਹੈ ਉਹ ਬੜਾ ਅਗੰਮੀ ਤੇ ਪੈਗੰਬਰੀ ਵਰਤਾਰਾ ਹੈ ਉਹ ਗੱਦੀ ਫਿਰ ਵੀ ਗੁਰੂ ਅੰਗਦ ਪਾਸ਼ਾ ਨੂੰ ਹੀ ਮਿਲਣੀ ਸੀ ਗੱਦੀ ਫਿਰ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਹੀ ਮਿਲਣੀ ਸੀ ਗੁਰਗੱਦੀ ਦੇ ਮਾਇਨੇ ਬੜੇ ਰੋਹਾਨੀ ਪੱਖ ਦੇ ਹੁੰਦੇ ਨੇ ਬੜਾ ਖੂਬਸੂਰਤ ਪਹਿਲੂ ਹੈ ਜੀ ਜੀ ਅਸਲ ਦੇ ਵਿੱਚ ਮੈਂ ਪਹਿਲਾਂ ਹੀ ਗੱਲ ਕਰ ਸਕਾਂ ਕਿ ਆਪਾਂ ਗੁਰੂ ਨਾਨਕ ਪਾਸ਼ਾ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਜੀ ਅਸਲ 'ਚ ਆਪਾਂ ਉਹਨਾਂ ਦਾ ਉਹਨਾਂ ਨੂੰ ਵਿਅਕਤੀਤਕ ਦੇ ਤੌਰ ਤੇ ਵੇਖਣ ਦਾ ਯਤਨ ਕਰਦੇ ਹਾਂ ਜਿਹੜਾ ਕਿ ਸਭ ਤੋਂ ਵੱਡਾ ਧਰਮ ਦੇ ਵਿੱਚ ਮੈਂ ਕਹੂੰਗਾ ਦਖੰਤਕ ਪੱਖ ਹੈ ਕਿਉਂਕਿ ਉਹ ਵਿਅਕਤੀ ਦੇ ਤੌਰ ਤੇ ਆਏ ਪਰ ਉਹ ਵਿਅਕਤੀ ਨਹੀਂ ਸੀ ਬਿਲਕੁਲ ਇਹ ਇਲਾਹੀ ਨਦਰ ਦੇ ਪੈਂਡੇ ਅਸਮਾਨਾਂ ਦੇ ਪੁੱਤਰ ਜਦੋਂ ਧਰਤੀ ਉੱਤੇ ਉਤਰਦੇ ਨੇ ਤੇ ਉਹਨਾਂ ਦੀਆਂ ਕੋਈ ਨਿਰਖਾਂ ਪਰਖਾਂ ਦਾ ਜਾਂ ਰਾਮ ਰਾਏ ਜਾਂ ਗੱਲ ਕੀਤੀ ਸੀ ਤੁਸੀਂ ਸ਼੍ਰੀ ਚੰਦ ਹੋਰਾਂ ਦੀ ਜੀ ਇਹ ਇਹ ਕੋਈ ਮਾਇਨੇ ਨਹੀਂ ਕਿ ਬਿਲਕੁਲ ਕਿ ਨਿਰਖ ਪਰਖ ਹੋਈ ਅਸਲ ਦੇ ਵਿੱਚ ਇਹ ਤੇ ਮਸਤਕ ਦਾ ਭਾਗ ਹੈ ਤੇ ਮਸਤਕ ਦਾ ਭਾਗ ਸਮਾਨਤਾ ਹੋਇਆ ਹੈ ਬਿਲਕੁਲ ਬਿਲਕੁਲ ਇਹ ਤੇ ਅਕਾਲ ਪੁਰਖ ਦੁਆਰਾ ਬਖਸ਼ਿਸ਼ ਹੋਈ ਗਦੀ ਹੈ ਤੇ ਜਿਸ ਨੂੰ ਬਖਸ਼ਿਸ਼ ਹੋਈ ਸੀ ਲੈਣਾ ਜਿਹੜਾ ਸੀ ਉਹ ਆਪਣੀ ਬਖਸ਼ਿਸ਼ ਲੈਣ ਗੁਰੂ ਨਾਨਕ ਪਾਤਸ਼ਾਹ ਕੋ ਖੁਦ ਚੱਲ ਕੇ ਗਿਆ ਗੁਰੂ ਨਾਨਕ ਪਾਤਸ਼ਾਹ ਤੇ ਨਹੀਂ ਚੱਲ ਕੇ ਬਿਲਕੁਲ ਸੋ ਇਹ ਬਖਸ਼ਿਸ਼ ਤੇ ਉਹਨਾਂ ਦੇ ਮਸਤਕ ਦਾ ਭਾਗ ਸੀ ਜਦੋਂ ਉਹ ਉਤਰੇ ਸੀ ਲੈਣਾ ਵੀ ਪੈਗੰਬਰੀ ਅਜਮਤ ਦਾ ਇੱਕ ਹਿੱਸਾ ਹੈ ਬਿਲਕੁਲ ਕਿ ਉਹ ਸਮਾਨਤਾ ਉਤਰਿਆ ਹੈ ਗੁਰੂਵਾਰ ਕਿਸ਼ਨ ਸਾਹਿਬ ਵੀ ਇੰਜ ਸਨ ਇਸ ਦਸਮ ਪਾਤਸ਼ਾਹ ਹਜ਼ੂਰ ਵੀ ਇੰਜ ਹੀ ਸਨ ਜੀ ਇਹ ਕਹਿ ਦੇਣਾ ਮੈਂ ਹੋਰ ਕਹੂੰਗਾ ਕਿ ਇਹ ਕਹਿ ਦੇਣਾ ਕਿ ਗੁਰਗੱਦੀ ਪੰਚਮ ਪਾਤਸ਼ਾਹ ਤੋਂ ਬਾਅਦ ਜਿਹੜੀ ਸੀ ਉਹ ਵਿਰਾਸਤੀ ਹੋਗੀ ਉਹ ਪਿਤਰੀ ਹੋਗੀ ਇਸ ਤੋਂ ਅਸੂਈ ਨਹੀਂ ਕੋਈ ਗੱਲ ਨਹੀਂ ਬਿਲਕੁਲ ਬਿਲਕੁਲ ਜੇ ਇੰਜ ਹੁੰਦਾ ਤੇ ਗੁਰੂ ਅਰਜਨ ਪਾਤਸ਼ਾਹ ਦੇ ਦੋ ਵੱਡੇ ਭਰਾ ਹੋਰ ਸਨ ਗੁਰਗੱਦੀ ਉਹਨਾਂ ਨੂੰ ਮਿਲਦੀ ਹਮ ਇਤੇ ਗੁਰਗੱਦੀ ਦੇ ਮਾਇਨੇ ਹੀ ਹੋਰ ਨੇ ਪਾਤਸ਼ਾਹੀ ਦੇ ਗੁਰਗੱਦੀ ਬਣੇ ਸਨ ਇਤੇ ਗੁਰਿਆਈ ਹੈ ਇਟ ਇਜ਼ ਨਾਟ ਗੁਰਗਰਦੀ ਇਟਸ ਗੁਰਾਈ ਗੁਰਾਈ ਤੇ ਗੁਰਗਰਦੀ ਚ ਬਹੁਤ ਫਰਕ ਹੈ ਜੀ 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 ਸੋ ਇਹ ਮਾਇਨੇ ਹੀ ਵਖਰੇ ਨੇ ਤੇ ਇੱਥੇ ਵੀ ਇਹ ਹੈ ਕਿ ਪਾਸ਼ਾ ਹਜ਼ੂਰ ਨੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਇਹ ਹਲਾਨ ਕਰ ਦਿੱਤਾ ਕਿ ਹੁਣ ਸੇਲੀ ਟੋਪੀ ਮਾਲਾ ਮੰਜੀ ਨਹੀਂ ਇਹਨਾਂ ਨੂੰ ਤੋਸ਼ੇ ਖਾਨੇ ਵਿੱਚ ਰੱਖ ਦੋ ਬਿਲਕੁਲ ਤੇ ਬਾਬਾ ਬੁੱਢਾ ਜੀ ਜਿਹੜਾ ਬਾਬੇ ਨਾਨਕ ਸੱਚੇ ਪਾਸ਼ਾ ਹਜ਼ੂਰ ਦੀ ਜੋਤ ਨਾਲ 100 ਰੂਹੀ ਸਾਡੀ ਪਹਿਲੀ ਰੂਹ ਹੈ ਜੀ ਗੁਰੂ ਨਾਨਕ ਪਾਸ਼ਾ ਦਾ ਨਾਦੀ ਪੁੱਤਰ ਹੈ ਬਾਬਾ ਬੁੱਢਾ ਜੀ ਬਿਲਕੁਲ ਗੁਰੂ ਪਾਸ਼ਾ ਦੇ ਬਿੰਦੀ ਪੁੱਤਰ ਨੇ ਪਰ ਉਹਨਾਂ ਦੇ ਨਾਦੀ ਪੁੱਤਰ ਵੀ ਨੇ ਜੀ ਤੇ ਨਾਦੀ ਪੁੱਤਰਾਂ ਦੇ ਵਿੱਚ ਪਹਿਲਾ ਸਥਾਨ ਬਾਬਾ ਬੁੱਢਾ ਜੀ ਨੂੰ ਜਾਂਦਾ ਬਿਲਕੁਲ ਦੂਜਾ ਸਥਾਨ ਸੱਜਣ ਨੂੰ ਜਾਂਦਾ ਸੱਜਣ ਠੱਗ ਜਿੰਦੂ ਕਹਿੰਦੇ ਜੀ ਤੀਜਾ ਸਥਾਨ ਭਾਈ ਲਾਲੋ ਨੂੰ ਜਾਂਦਾ ਹੈ ਤੇ ਚੌਥਾ ਜਿਹੜਾ ਹੈ ਉਹ ਬਾਬੇ ਕੌੜੇ ਨੂੰ ਜਾਂਦਾ ਹੈ ਜੀ ਕਿਉਂਕਿ ਅਸੀਂ ਆਪਣੀ ਚੇਤਿਆਂ 'ਚ ਅਵਸਾਰ ਤੇ ਯਾਰ ਜਿੱਥੇ ਮੰਨਿਆ ਜਾਂਦਾ ਕਿ ਬਾਬੇ ਕੋਡੇ ਤੋਂ ਹੀ ਇੱਕ ਤਰ੍ਹਾਂ ਦੇ ਸਿੱਖੀਗਰ ਸਿੱਖਾਂ ਦੀ ਤੁਸੀਂ ਹੈਰਾਨ ਹੋਵੋਗੇ ਕਿ ਕਿਉਂਕਿ ਸਮਾਂ ਆਪਣਾ ਗੁਰਤੇਬਾ ਸਰ ਤੇ ਫੋਕਸ ਕਰਨਾ ਹੈ ਮੈਂ ਕਰਨਾਟਕ ਦੇ ਜੰਗਲਾਂ ਵਿੱਚ ਜਾ ਕੇ ਉਹਨਾਂ ਲੋਕਾਂ ਕੋਲ ਡਿੱਕਿਆ ਆ ਜਿਹੜੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਸਿੱਖੀ ਕੀ ਹੈ ਜਿਨ੍ਹਾਂ ਦਾ ਪੀਰ ਬਾਬਾ ਨਾਨਕ ਹੈ ਬਿਲਕੁਲ ਤੇ ਮੈਂ ਜੇ ਮੂਲ ਮੰਤਰ ਦੀ ਸਭ ਤੋਂ ਖੂਬਸੂਰਤ ਵਿਆਖਿਆ ਜੇ ਸੁਣੀ ਹੋਵੇਗੀ ਕਲੋਂ ਸਾਹਿਬ ਤੇ ਉਹਨਾਂ ਕੋ ਸੁਣੀਤ ਲੱਗ ਪਾਗੇ 120 ਵਿਆਖਿਆ ਨੇ ਮੂਲ ਮੰਤਰ ਦੀਆਂ Google ਦੇ ਉੱਤੇ ਹੂੰ ਜਿਹੜੀ ਵਿਆਖਿਆ ਇੱਕ ਜਿਹੜੀ ਹੈ ਦੂਜੇ ਦੀ ਸਮਝ ਨਹੀਂ ਆਉਂਦੀ ਜੀ ਪਰ ਸਿੰਪਲ ਗੱਲ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਮੈਂ ਵੀ ਨਾਨਕ ਦਾ ਪੋਤਾ ਜੀ ਉਹ ਇੰਨੇ ਖੁਸ਼ ਹੋਏ ਕਰਨਾਟਕ ਦੇ ਜੰਗਲਾਂ ਦੀ ਗੱਲ ਹੈ ਤੇ ਉਹਨਾਂ ਨੇ ਮੇਰੀ ਉਸਤਤ ਦੇ ਵਿੱਚ ਮੇਰੀ ਆਗਮਨ ਦੇ ਵਿੱਚ ਆਗਮਨ ਨਾ ਉਸਤਤ ਆਗਮਨ ਦੀ ਖੁਸ਼ੀ ਦੇ ਵਿੱਚ ਉਹਨਾਂ ਨੇ ਆਪਣਾ ਰਵਾਇਤੀ ਡਾਂਸ ਕੀਤਾ ਬਿਲਕੁਕੁਲ ਉਸ ਡਾਂਸ ਦੇ ਵਿੱਚ ਇੱਕ ਬੋਲੀ ਪਾ ਰਹੇ ਸੀ ਮੈਨੂੰ ਲੱਗਾ ਕਿ ਉਸ ਤੋਂ ਉਸਤਮ ਜਿਹੜੀ ਮੂਲ ਮੰਤਰ ਦੀ ਵਿਆਖਿਆ ਨਹੀਂ ਸੀ ਉਹ ਕੀ ਸੀ ਕਿ ਜਿਸ ਘਰ ਨਾਨਕ ਪੂਜਾ ਹੂੰ ਉਸ ਦਾ ਦੇਵ ਨਾ ਦੂਜਾ ਜਿੱਤੇ ਨਾਨਕ ਆ ਗਿਆ ਉਹ ਤੇ ਕੋਈ ਦੇਵੀ ਦੇਵਤਾ ਨਹੀਂ ਹੁੰਦੇ ਤੋ ਇਹ ਆਕਾਲ ਪੁਰਖ ਵੱਲ ਜਾਂਦੇ ਜਿਹੜੇ ਅਲਾਹੀ ਨਦਰ ਦੇ ਪੈਂਡੇ ਨੇ ਇਹ ਉਹਨਾਂ ਦਾ ਇੱਕ ਸਫ਼ਰ ਹੈ ਡਾਕਟਰ ਸਾਹਿਬ ਇਸ ਦੇ ਵਿੱਚ ਇੱਕ ਹੋਰ ਖੂਬਸੂਰਤ ਗੱਲ ਹੈ ਜਿਹੜੀ ਮਹਿਸੂਸ ਕਰਨ ਵਾਲੀ ਹੈ ਤੇ ਜਦੋਂ ਗੁਰਨਾਨਕ ਸਾਹਿਬ ਚਾਰ ਉਦਾਸੀਆਂ ਕਰਦੇ ਨੇ ਉਸ ਤੋਂ ਬਾਅਦ ਫਿਰ ਗੁਰਤੇਗ ਬਹਾਦਰ ਪਾਸ਼ਾ ਉਹਨਾਂ ਉਹਨਾਂ ਥਾਵਾਂ ਤੇ ਜਾਂਦੇ ਨੇ ਉਹਨਾਂ ਨੇ ਜਿਸ ਤਰ੍ਹਾਂ ਇੱਕ ਧਰਮ ਦੇ ਵਿੱਚ ਰਵਾਇਤ ਤੋਰੀ ਜਿਸ ਤਰ੍ਹਾਂ ਉਹਨਾਂ ਨੇ ਹੱਥਾਂ ਨੂੰ ਹੱਥ ਮਿਲਾਏ ਇੱਕ ਵੱਡੀ ਤਾਕਤ ਬਣੀ ਜਿਵੇਂ ਆਪਾਂ ਕਹਿੰਦੇ ਆ ਕਿ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ 1699 ਦੇ ਵਿੱਚ ਵਿਸਾਖੀ ਦੇ ਉੱਤੇ ਖਾਲਸੇ ਦੀ ਸਥਾਪਨਾ ਕੀਤੀ ਖਾਲਸੇ ਦੀ ਸਥਾਪਨਾ ਦਾ ਮੁੱਢ ਤੇ ਗੁਰਨਾਨਕ ਪਾਸ਼ਾ ਬਣ ਕੇ ਗਏ ਸੀ ਕਿਉਂਕਿ ਜਦੋਂ ਓਡੀਸਾ 'ਚ ਘੁੰਮ ਰਹੇ ਨੇ ਗੁਜਰਾਤ 'ਚ ਘੁੰਮ ਰਹੇ ਨੇ ਫਿਰ ਉੱਥੇ ਜਦੋਂ ਪੰਜ ਪਿਆਰੇ ਆ ਰਹੇ ਨੇ ਉਹ ਜਿਹੜੀ ਰਵਾਇਤ ਉਹ ਰਿਸ਼ਤਾ ਉਦੋਂ ਦਾ ਬਣਿਆ ਤੇ ਉਹ ਉੱਥੇ ਪਹੁੰਚੇ ਨਾ ਉਸ ਤੋਂ ਬਾਅਦ ਜਾ ਕੇ ਖਾਲਸੇ ਦੀ ਸਥਾਪਨਾ ਹੁੰਦੀ ਆ ਅਪਾ ਇਹਦੇ ਵਿੱਚ ਵੀ ਦੁਨਿਆਵੀ ਪੱਧਰ ਤੇ ਇੱਕ ਬੜੀ ਵੱਖਰੀ ਵਿਆਖਿਆ ਹੋ ਜਾਂਦੀ ਹੈ ਕਿ ਗੁਰੂ ਨਾਨਕ ਪਾਸ਼ਾ ਨੇ ਹੋਰ ਸੀ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਖਾਲਸਾ ਦੀ ਸਥਾਪਨਾ ਤੋਂ ਬਾਅਦ ਕੁਝ ਹੋਰ ਸ਼ੁਰੂ ਕਰ ਦਿੱਤਾ ਇੱਥੋਂ ਪਤਾ ਲੱਗਦਾ ਹੈ ਕਿ ਕਨੈਕਟੀਵਿਟੀ ਕਿਵੇਂ ਦੀ ਹੈ ਗੁਰਤੇਗ ਬਾਦਰ ਪਾਸ਼ਾ ਦੇ ਜਿਹੜੇ ਰਿਸ਼ਤੇ ਕਮਾਏ ਸੀ ਉਹ ਗੁਰੂ ਗੋਬਿੰਦ ਸਿੰਘ ਪਾਸ਼ਾ ਤੱਕ ਦੁਬਾਰਾ ਕਿਸ ਤਰ੍ਹਾਂ ਮੁੜ-ਮੁੜ ਆਉਂਦੇ ਨੇ ਜਿਸ ਤਰ੍ਹਾਂ ਇੱਕ ਹਾਥੀ ਦਾ ਤੋਹਫ਼ਾ ਹੁੰਦਾ ਹੈ ਉਹਨਾਂ ਕੋਲ ਅ ਗੋਕੇ ਤੁਸੀਂ ਮੈਨੂੰ ਬਾਰ-ਬਾਰ ਕੁਐਸਚਨ ਇੰਜ ਦਾ ਕਰਦੇ ਜੋ ਤੇ ਮੈਨੂੰ ਵਿਵਰਾਸਤ ਤੇ ਜਾਣਾ ਪੈਂਦਾ ਹੈ ਗੁਰੂ ਤੇਗ ਬਾਹਾ ਸਾਹਿਬ ਦੀ ਵਿਰਾਸਤ ਹੂੰ ਅਕਾਲ ਤਖਤ ਉਸਰ ਗਿਆ ਹੈ ਜੀ ਪਹਿਲਾ ਹੁਕਮ ਨਮਾ ਜਾਰੀ ਹੋ ਗਿਆ ਹੈ ਯਾਦ ਰੱਖੇ ਕਿ ਹਰ ਮੰਦਰ ਸਾਬ ਗੁਰਦੁਆਰਾ ਨਹੀਂ ਹੈ ਹਮ ਹਰ ਮੰਦਰ ਜਿਹੜਾ ਹੈ ਉਹ ਦਰਬਾਰ ਸਾਹਿਬ ਹੈ ਤੇ ਦਰਬਾਰ ਕਿਹਦਾ ਹੁੰਦਾ ਹੈ ਬਾਦਸ਼ਾਹ ਦਾ ਪਰ ਇੱਥੇ ਕੀ ਹੈ ਤੇ ਬਾਦਸ਼ਾਹ ਨਹੀਂ ਹੈ ਇੱਥੇ ਪਾਦਸ਼ਾਹ ਪਾਦਸ਼ਾਹ ਬਾਦਸ਼ਾਹ ਤੇ ਪਾਦਸ਼ਾਹ ਦੀ ਜਦੋਂ ਅਟਮੋਲੋਜੀ ਵੇਖੋਗੇ ਰੂਟ ਵੇਖੋਗੇ ਜਬਦਾ ਤੇ ਤੁਹਾਨੂੰ ਆਪੇ ਪਤਾ ਲੱਗ ਜਾਏਗਾ ਕਿ ਗੁਰੂ ਪਾਦਸ਼ਾਹ ਪਾਦਸ਼ਾਹ ਕਿਵੇਂ ਸ ਬਿਲਕੁਲ ਫਿਰ ਹੈਗਾ ਕਿ ਦਰਬਾਰ ਹੈ ਦਰਬਾਰ ਦੇ ਵਿੱਚ ਤਖਤ ਹੈ ਤਖਤ ਦੇ ਵਿੱਚ ਹੁਕਮਨਾਮੇ ਜਾਰੀ ਹੁੰਦੇ ਨੇ ਤੇ ਪਹਿਲਾ ਹੁਕਮਨਾਮਾ ਹੈ ਕਿ ਘੋੜੇ ਜਵਾਨੀ ਤੇ ਹਥਿਆਰ ਦੂਜਾ ਹੁਕਮਨਾਮਾ ਐਗਜੈਕਟਲੀ 1699 ਦੀ ਬਾਤ ਪਾਈ ਤੁਸੀਂ ਐਗਜੈਕਟਲੀ 1699 ਦਾ ਪਹਿਲਾ ਵਰਤਾਂਤ ਉਹ ਅਕਾਲ ਤਖਤ ਤੇ ਵਾਪਰਦਾ ਹੈ ਕਿ ਸੰਗਤ ਦਰਬਾਰ ਸਾਹਿਬ ਇਕੱਤਰ ਹੋਏਗੀ ਸੰਗਤ ਨੇ ਰਿਸਪੌਂਡ ਕੀਤਾ ਇੰਨਾ ਰਿਸਪੌਂਡ ਕੀਤਾ ਕਿ ਤੁਸੀਂ ਹੈਰਾਨ ਹੋ ਕੇ ਕਿ ਅਸੀਂ ਆਪਣੀ ਚੇਤਿਆਂ ਜੋਸਾਰਦੀ ਤੇ ਉੱਥੇ ਪੰਜ ਚੁਣੇ ਨੇ ਬਿਲਕੁਲ ਹਰਮੰਦਰ ਅਨੰਦਪੁਰ ਪੰਜ ਚੁਣੇ ਨੇ ਜੀ ਗੁਰੂ ਅਰਗਵੰਦ ਸਾਹਿਬ ਵੀ ਪੰਜ ਚੁਣਡੇ ਨੇ ਪੈੜਾ ਜੇਠਾ ਲੰਗਾ ਮੂਖਾ ਤੇ ਵਿਦੀਚੰਦ ਵਿਦੀਚੰਦ ਮੈਂ ਤੁਹਾਨੂੰ ਤੁਹਾਡੇ ਮਾਧਿਅਮ ਰਹੀਂ ਜੀ ਆਪਣੀ ਇਸ ਕੌਮੀਅਤ ਦਾ ਜਿਹਦਾ ਐਡਾ ਵੱਡਾ ਫਖਰ ਵਾਲਾ ਇਤਿਹਾਸ ਹੈ ਇਹ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਹਾਡੇ ਚੇਤਿਆਂ ਚ ਪੈੜਾ ਹੈ ਤੁਹਾਡੇ ਚੇਤਿਆਂ ਚ ਜੇਠਾ ਹੈ ਤਾੜੀ ਚੇਤਿਆਂ ਚ ਲੰਗਾ ਹੈ ਤੁਹਾਡੀ ਚੇਤਿਆਂ ਚ ਮੋਖਾ ਹੈ ਕੇਵਲ ਬਿਲੀ ਜਾਂਦੇ ਅਸੀਂ ਬਾਤ ਪਾਉਨੇ ਆ ਬਿਚਨ ਬਹੁਤ ਵੱਡੇ ਸਰਮੌਰ ਨੇ ਸਾਡਾ ਸਿਰ ਦਾ ਤਾਜ ਨੇ ਬਿਲਕੁਲ ਪਰ 4 4 ਤੁਸੀਂ ਕਿਵੇਂ ਭੁੱਲ ਜਾਂਦੇ ਜੋ ਕਿ ਇੱਥੇ ਵੀ ਪੰਜ ਤੇ ਉੱਥੇ ਵੀ ਪੰਜ ਤੇ ਫਿਰ ਜਦੋਂ ਇੱਥੇ ਵੀ ਪੰਜ ਨੇ ਇਹ ਤਾਂ ਮਤਲਬ ਗੁਰੂ ਨਾਨਕ ਪਾਸ਼ਾ ਨੇ ਸਾਨੂੰ ਕੋਈ ਪੰਜ ਦਾ ਕਨਸੈਪਟ ਦਿੱਤਾ ਹੈ ਜੀ ਜਿਹਨੇ ਪੂਰਨ ਹੋਣਾ ਹੈ ਬਿਲਕੁਲ ਯੂਨੈਸਕੋ ਦਾ ਇੱਕ ਚਾਰਟਰ ਹੈ ਹੂੰ ਉਹਦੇ ਵਿੱਚ ਕੀ ਹੈ ਕਿ ਟ੍ਰਾਈਬਲ ਤੇ ਧਰਮ ਵਿੱਚ ਕਮਿਊਨਿਟੀ ਚ ਕੀ ਫਰਕ ਹੈ व्हाट इज द डिफरेंस बिटवीन द ट्राइबल सिस्टम एंड द इंडिपेंडेंट कम्युनिटी और इंडिपेंडेंट रिलीजन ओके हरानी वाली गल है यार ਤੁਸੀਂ ਐਡਾ ਵੱਡਾ ਤੁਹਾਡੇ ਕੋਲ ਚਾਰਟਰ ਪਿਆ ਤੁਸੀਂ ਸਾਹਮਣੇ ਲਿਆਉਂਦੇ ਨਹੀਂ ਅਜੇ ਵੀ ਤੁਸੀਂ ਰਫਾਰਮ ਮੂਵਮੈਂਟ ਜੋ ਹਮ ਅਜੇ ਵੀ ਤੁਹਾਨੂੰ ਇਹ ਤੇ ਨਹੀਂ ਕਹਿੰਦੇ ਕੋਈ ਤੁਹਾਡੀ ਵਕਰੀ ਕੌਮ ਹੈ ਬਿਲਕੁਲ ਵਕਰੀ ਕਮਿਊਨਿਟੀ ਹੈ ਜੇ ਵੀ ਤੇ ਜਿਹੜੀ ਧਾਰਾ ਉੱਥੇ ਹੈ ਜਿਹੜੀ ਪਾੜੀ ਸੀ ਜਿਹੜੀ ਸਾੜੀ ਸੀ ਅਜੇ ਵੀ ਉੱਥੇ ਹੁੰਦੀ ਹੈ ਪਰ ਉਹਦੇ ਵਿੱਚ ਮੈਂਸ਼ਨ ਹੈ ਜਨੇਸਕੋ ਦੇ ਚਾਰਟਰ ਕਿ ਤੁਹਾਡੇ ਕਬੀਲੇ ਦਾ ਪੈਗੰਬਰ ਹੈ ਪੈਗੰਬਰ ਮੀਨ ਧਰਮ ਧਰਮ ਬਾਨੀ ਬਿਲਕੁਲ ਨੰਬਰ 1 ਕੀ ਤੁਹਾਡੇ ਕਬੀਲੇ ਦਾ ਕਬੀਲੇ ਦੀ ਲਿਪੀ ਹੈ ਗੁਰਮੁਖੀ ਲਿਪੀ ਕੀ ਤੁਹਾਡੇ ਕਬੀਲੇ ਦਾ ਡਿਸਟਿੰਕਟ ਕਲਚਰ ਹੈ ਸਿੱਖ ਕਲਚਰ ਪਰ ਇਤਵਨ ਡਿਫਾਈਨ ਨਹੀਂ ਕਰ ਸਕਦੇ ਕਿ ਲੰਮਾ ਵਿਸਤਾਰ ਹੋ ਜਾਂਦਾ ਹੈ ਕੀ ਤੁਹਾਡੇ ਕਬੀਲੇ ਕੋਲ ਵੱਖਰਾ ਧਰਮ ਗ੍ਰੰਥ ਹੈ ਗੁਰੂ ਗ੍ਰੰਥ ਸਾਹਿਬ ਕੀ ਤੁਹਾਡੇ ਕਬੀਲੇ ਦੇ ਕੋਲ ਬਾਹਰੀ ਸਰੂਪ ਹੈ 1990 ਦੀ ਵਸਾਕੀ ਜੀ ਉਹ ਯਾਰ ਜਦੋਂ ਤੁਹਾਡੇ ਕੋ ਪੰਜੇ ਐਲੀਮੈਂਟ ਹੈਗੇ ਨੇ ਜਨੇਸਕੋ ਨੇ ਕਿਹਾ ਤਾਂ ਤੁਸੀਂ ਇਹ ਰੁਕਮਨ ਕਿਉਂ ਨਹੀਂ ਕਰਦੇ ਕਿ ਭਾਈ ਸਾਡੇ ਕੋ ਆ ਹੈ ਬਿਲਕੁਲ ਬਿਲਕੁਲ ਇਸ ਕਰਕੇ ਸਾਡੀ ਆਇਡੈਂਟੀਟੀ ਦੇ ਉੱਤੇ ਪ੍ਰਸ਼ਨ ਨਹੀਂ ਲੱਗ ਸਕਦਾ ਜੀ ਅਸੀਂ ਸਭ ਨੂੰ ਪਿਆਰ ਕਰਦੇ ਹਾਂ ਉਸ ਦਾ ਸਬੂਤ ਹੈ ਕੀ ਕੰਪਾਈਲੇਸ਼ਨ ਆਫ ਗੁਰੂ ਗ੍ਰੰਥ ਸਾਹਿਬ ਜੀ ਕੋਈ ਹੈ ਇਹੋ ਜਿਹਾ ਗ੍ਰੰਥ ਜਿਹੜਾ ਕੋਈ ਬੋਲੇ RAM RAM ਕੋਈ ਲਾਇ ਕੋਈ ਸੇਵਕ ਸਈਆਂ ਕੋਈ 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 ਹੈ ਦੱਸੋ ਸੰਸਾਰ ਦੇ ਵਿੱਚ ਇਹ ਕੋਈ ਮੈਂ ਨਹੀਂ ਕਹਿੰਦਾ ਕਿ ਇਹ ਹੈ ਬੀਏ ਕੇ ਸਟੂਡੈਂਟ ਮੈਂ ਇੱਥੇ ਤੱਕ ਨਾ ਕਿ ਮੈਂ ਬੀਏ ਕੇ ਸਿੱਖਾਂ ਨਾਲ ਗੱਲ ਨਹੀਂ ਕਰ ਰਿਹਾ ਬੀਏ ਕੇ ਸਟੂਡੈਂਟ ਆਫ ਰਿਲੀਜੀਅਨ ਕਰ ਰਿਹਾ ਕਿਉਂਕਿ ਨੌਜਵਾਨ ਸਿਟਿੰਗ ਇਨ ਲੈਬੋਰੀ ਬਿਲਕੁਲ ਆਪਾਂ ਗੁਰਦੁਆਰੇ ਮੰਦਿਰ 'ਚ ਨਹੀਂ ਬੈਠੇ ਕਿ ਮੈਂ ਮੰਦਿਰ ਦੀ ਗੱਲ ਕਰਾਂ ਜੇ ਮੰਦਿਰ 'ਚ ਬੀਟਾਂ ਤੇ ਗੁਰਦੁਆਰੇ 'ਚ ਬੀਟਾਂ ਤੇ ਆਪਣੀ ਸੋਭਾ ਕਰਾਂ ਇਹ ਯੂਨੀਵਰਸਿਟੀਾਂ ਲਾਇਬ੍ਰੇਰੀ ਯੂ ਫੈਕਟ ਐਂਡ ਫਿਗਰ ਗੱਲ ਕਰਾਂਗਾ ਫੈਕਚੁਅਲ ਟਰੂਥ ਤੇ ਗੱਲ ਕਰਾਂਗਾ ਕਿਉਂਕਿ ਕੱਲ ਨੂੰ ਮੇਰੀ ਜਵਾਬ ਦੇਈ ਹੈ ਕਿ ਆਹ ਪ੍ਰਸ਼ਨ ਕੀਤਾ ਹੈ ਬਿਲਕੁਲ ਇਹਦਾ ਸਾਨੂੰ ਰੈਫਰੈਂਸ ਦੇ ਸੋ ਤੱਤ ਸਹਿਤ ਗੱਲ ਜਿਹੜੀ ਹੈ ਕਿ ਪੰਜ ਜਿਹੜੇ ਨੇ ਇੱਕ ਐਲੀਮੈਂਟ ਪੰਜੇ ਤੇ ਸਿੱਖੇ ਵਿੱਚ ਪਏ ਨੇ ਤੁਸੀਂ ਕਿਉਂ ਨਹੀਂ ਰੂਪਮਾਨ ਕਰਦੇ ਤੇ ਪੰਜੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਹਜ਼ੂਰ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ ਪੂਰਨ ਹੁੰਦੇ ਨੇ ਸੋ ਪਾਤਸ਼ਾਹ ਹਜ਼ੂਰ ਗੁਰਗੱਦੀ ਤੇ ਬੈਠਦੇ ਨੇ ਹੂੰ ਹੁਣ ਬਾਬਾ ਜੀ ਕੋਲ ਕੁੱਲ ਸਮਾਂ ਕਿੰਨਾ ਹੈ 10.5 ਤੋਂ ਪੌਣੇ 11 ਸਾਲ ਦਾ ਬਿਲਕੁਲ ਮੈਂ ਫਿਰ ਕਹਿੰਨਾ ਕਿ ਪੈਗੰਬਰਾਂ ਨੂੰ ਸਮੇਂ ਚਾਂਕਿਆ ਨਹੀਂ ਜਾ ਸਕਦਾ ਬਿਲਕੁਲ ਪੈਗੰਬਰਾਂ ਲਈ ਕੋਈ ਸਮਾਂ ਨਹੀਂ ਬੋਲੋ 100 ਸਾਲ ਚਾਹੀਦਾ ਤੁਹਾਨੂੰ 200 ਸਾਲ ਚਾਹੀਦਾ ਕੋਈ ਅਰਥ ਔਰ ਕੋਈ ਅਰਥ ਨਹੀਂ ਰਹੇਗਾ ਕਿਉਂਕਿ ਪੈਗੰਬਰ ਖੁਦ ਸਮਾਂ ਹੁੰਦੇ ਨੇ ਬਿਲਕੁਲ ਜੇ ਉਹ ਪੈਗੰਬਰ ਖੁਦ ਸਮਾਂ ਨੇ ਯਾਰ ਤੇ ਫਿਰ ਅਸੀਂ ਆਂਕ ਲੀਏ ਕਿ 10 ਸਾਲ ਸੀ 11.5 ਸਾਲ ਸੀ ਚਲੋ ਇਹ ਵੀ ਮੰਨ ਲਓ ਹੁਣ ਉਸ ਸਮੇਂ ਨੂੰ ਵੇਖੋ ਕਿ ਬਾਬਾ ਬਕਾਲਾ ਹੈ ਜੀ ਬਾਬਾ ਬਕਾਲਾ ਦੇ ਵਿੱਚ ਟ੍ਰੈਡੀਸ਼ਨ ਸਾਡੀ ਸਿੱਖ ਟ੍ਰੈਡੀਸ਼ਨ ਦੇ ਵਿੱਚ ਹੈ ਕਿ ਮੱਖਣ ਸ਼ਾ ਲਬਾਣਾ ਆਉਂਦੇ ਨੇ ਤੇ ਮੱਖਣ ਸ਼ਾ ਲਬਾਣਾ ਜਿਹੜੇ ਜਦੋਂ ਆਉਂਦੇ ਨੇ ਉੱਥੇ ਤੇ ਮੇਰੇ ਵਰਗੇ ਤੁਹਾਡੇ ਵਰਗੇ ਹੋਰ ਬਾਈ ਬੈਠੇ ਨੇ ਜੀ ਗੁਰੂ ਅਸਲ ਤੇ ਲੱਭਦਾ ਹੀ ਨਹੀਂ ਹੂੰ ਤੇ ਉਹਨੇ ਰਵਾਇਤ ਅਨਸਾਰ ਜੂਨੇ ਸੋਚਿਆ ਸੀ ਜੋ ਦਾ ਸੁਪਨਾ ਸੀ ਉਹਨੇ ਪੰਜ-ਪੰਜ ਮੋਰਾ ਜਦੋਂ ਚੜਾਈਆਂ ਤੇ ਸਾਰੇ ਖੁਸ਼ ਹੋ ਗਏ ਕਿ ਪੰਜ-ਪੰਜ ਸੋਨੇ ਦੇ ਸਿੱਕੇ ਆ ਗਏ ਹੁਣ ਗੱਲ ਬਣ ਗਈ ਬਿਲਕੁਲ ਪਰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਪੂਰੇ ਚ ਜਾ ਕੇ ਪੰਜ ਮੋਹਰਾ ਨਾ ਤਾਂ ਬਬ ਤੋਂ ਵੱਢ ਲਿੰਦੇ ਨੇ ਉਹਦੀ ਡੋਲਿਓਂ ਵੱਢ ਲਦੇ ਨੇ ਕਿ ਪੰਜ ਮੋਹਰਾ ਤਰ ਸੀ ਸੁਣਵਾਵੇਂ ਅੱਗੋਂ ਬੋਲਿਆ ਸਤਗੁਰ ਨਾਮਾ ਦੇਖ ਸਿਖਾ ਮੇਰਾ ਮੋਢਾ ਬਾਵਾ 500 ਦੀ ਤਾਂ ਪੰਜ ਚੜਾਵੇਂ ਕਰਕੇ ਬਚਨ ਮੁਕਰਦਾ ਜਾਵੇਂ ਹੁਣ ਜਦੋਂ ਇਹ ਜਦੋਂ ਬਾਬੇ ਨੇ ਇਹ ਉਚਾਰਿਆ ਤੇ ਉਹ ਕਹਿੰਦੇ ਕੋ ਛਾਲਾ ਮਾਰ ਕੇ ਉੱਤੇ ਚੜ ਗਿਆ ਤੇ ਗੁਰਲਾ ਦੋਰੇ ਗੁਰਲਾ ਦੋਰੇ ਦਾ ਆਇਆ ਦੇਵੀ ਨਾਦ ਗੁੰਜਣ ਲੱਪਿਆ ਉਸ ਦੇਵੀ ਨਾਰ ਦੇ ਵਿੱਚ ਬਾਬਾ ਦਰਗਾਹ ਮਾਲ ਜਿਹੜੇ ਸ੍ਰੀ ਹਰਕ੍ਰਿਸ਼ਨ ਸਾਹਿਬ ਜੀ ਤੋਂ ਉਹ ਪਵਿੱਤਰ ਰਸਮ ਲੈ ਕੇ ਆਏ ਸਨ ਜਿਹੜੀ ਗੁਰਤਾ ਗਦੀ ਦਾ ਰੂਪ ਪ੍ਰੈਕਟੀਕਲ ਰੂਪ ਵਿਚ ਵਰਨਾ ਸੀ ਤੇ ਬੇਬੇ ਨਾਨਕੀ ਤੇ ਗੁਰਦੇਤਾ ਰੰਧਾਵਾ ਬਾਬਾ ਬੁੜਾ ਜੀ ਦੇ ਬੇਟੇ ਤਿੰਨੇ ਉਹ ਤੇ ਬੇਟੇ ਤਿੰਨੇ ਸਾਡੇ ਵੱਡੇ ਪਿੱਲਰ ਨੇ ਸਾਡੇ ਸਰਮੌਰ ਨੇ ਸਾਡੇ ਸਰ ਦਾ ਤਾਜ ਨੇ ਤੇ ਤਿੰਨੇ ਖੜੇ ਨੇ ਮੁਸਕਰਾਏ ਕਿਉਂਕਿ ਗੁਰੂ ਪਾਤਸ਼ਾਹ ਦੇ ਨਾਲ ਲਈ ਤਾਂ ਜੇ ਤੁਹਾਡੀ ਕਾਇਆ ਪਲਟ ਨਹੀਂ ਹੁੰਦੀ ਤੇ ਤੁਹਾਡੀ ਕਾਇਆ ਕਲਪਨੀ ਦੀ ਇਹ ਦਾਮ ਉਹ ਤੁਹਾਡਾ ਗੁਰੂ ਸਮਰੱਤ ਨਹੀਂ ਹੈ ਉਹ ਤੇ ਜਾਣੀ ਜਾਣਸਨ ਉਹ ਵੀ ਤਿੰਨੇ ਕਿ ਵਾਪਰਨਾ ਕੀ ਹੈ ਤੋ ਬੇਬੇ ਨਾਨਕੀ ਨੇ ਜਦੋਂ ਇਸ਼ਾਰਾ ਕੀਤਾ ਮਾਤਾ ਨਾਨਕੀ ਜੀ ਗੁਰੂ ਰਮਨ ਸਾਹਿਬ ਦੀ ਵਾਈਫ ਮਾਤਾ ਨਾਨਕੀ ਦੇ ਇਸ਼ਾਰਾ ਕੀਤਾ ਦਰਗਾਹ ਮਲ ਜੀ ਨੇ ਹੁਕਮ ਕੀਤਾ ਤੇ ਗੁਰਿਆਈ ਗੁਰਤਾ ਗਦੀ ਜਿਹੜੀ ਹੈ ਗੁਰਤੇ ਤੇ ਰੰਧਾਵੇ ਨੇ ਬਾਬਾ ਜੀ ਦੇ ਲਈ ਤੇ ਤੇਗ ਬਹਾਦਰ ਜਿਹੜਾ ਸੀ ਗੁਰੂ ਤੇਗ ਬਹਾਦਰ ਸੱਚੇ ਪਾਸ਼ਾ ਹਜ਼ੂਰ ਦੇ ਨਾਲ ਬਾਬਾ ਬਕਾਲਾ ਵੇ ਕੇ ਸਤਾਪਤ ਹੋ ਗਿਆ ਜੀ ਹੁਣ ਉਹ ਤੇ ਧੀਰਮਲ ਹੈ ਧੀਰਮਲ ਨੂੰ ਲੱਗਾ ਕਿ ਮੇਰੀ ਰੋਟੀ ਗਈ। ਜੀ। ਤੋਂ ਫਿਰ ਸ਼ੀਮ ਮਸਾਂਦ ਆਲੀ ਘਟਨਾ ਵਾਪਰਦੀ ਆ ਪਸਾਰੇ ਨੂੰ ਪਤਾ ਹੈ। ਗੁਰੂ ਪਾਤਸ਼ਾਹ ਜਦੋਂ ਸ਼ੀਮ ਮਸਾਂਦ ਆਈ ਤੇ ਮੱਖਣਸ਼ਾਲ ਬਣਾ ਜੂੜ ਕੇ ਲਾਇਆ ਜੀ। ਦੋਵਾਂ ਨੂੰ ਧੀਰਮਲ ਵੀ ਸ਼ੀਮ ਬੰਨ ਲੈਂਦਾ ਸੰਗਤ ਨਾਲ ਹੈ ਪਰ ਪਾਤਸ਼ਾਹ ਨੇ ਕਿਹਾ ਇਹਨਾਂ ਨੂੰ ਮਾਫ ਕਰ ਦਿੱਤਾ ਜਾਵੇ। ਤੇ ਫਿਰ ਪਾਤਸ਼ਾਹ ਕੀ ਕਰਦੇ ਨੇ ਉਸੇ ਦਿਨ ਉਥੋਂ ਚੱਲ ਪੈਂਦੇ ਨੇ ਜਿਹੜੀਆਂ ਯਾਤਰਾਵਾਂ ਵੱਲ ਤੁਸੀਂ ਮੈਨੂੰ ਬਾਰ-ਬਾਰ ਖਿੱਚ ਕੇ ਲਿਆਉਂਦੇ ਜੋ ਪਰ ਹੈਗਾ ਕਿ ਉਸ ਯਾਤਰਾਵਾਂ ਵੱਲ ਗਏ ਕਿਉਂ? ਜਿੰਨਾ ਚਿਰ ਆਪਾਂ ਉਹ ਨਹੀਂ ਸੀ ਵੇਖਦੇ ਆਪਾਂ ਜਸਟਿਸ ਨਹੀਂ ਸੀ ਕਰ ਸਕਦੇ ਸੋ ਇਥੋਂ ਯਾਤਰਾ ਹੁੰਦਾ ਪਹਿਲਾ ਸਿਲਸਿਲਾ ਇਥੋਂ ਸ਼ੁਰੂ ਹੁੰਦਾ ਹੈ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਭ ਤੋਂ ਪਹਿਲਾਂ ਜਿਹੜੀ ਹੈ ਯਾਤਰਾ ਦਾ ਪੜਾ ਜਿਹੜਾ ਸੀ ਕੇਵਲ ਮਹਿਜ 3 ਮੀਲ ਦੀ ਦੂਰ ਸੀ ਜੀ 3 ਮੀਲ ਉੱਥੇ ਪਿੰਡ ਹੈ ਸਠਿਆਲਾ ਜੀ ਬਲ ਸਰਦਾਰ ਉੱਥੇ ਰਹਿੰਦੇ ਨੇ ਬਲਕਸ ਕਿਸਾਨੀ ਦਾ ਕਬੀਲਾ ਇੱਕ ਵੱਡਾ ਰਹਿੰਦਾ ਸੀ ਜੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਉਰ ਸਠਿਆਲੇ ਜਾਂਦੇ ਨੇ ਰੌਚਕ ਜਿਹੜਾ ਹੈ ਰਚ ਕੇ ਹੈ ਕਿ ਧੀਰ ਮੱਲੀਆਂ ਨੇ ਦੂਜਿਆਂ ਨੇ ਇੰਨਾ ਕੁ ਲੋਕਾਂ ਦੇ ਮਨ ਤੇ ਇੰਜੈਕਟ ਕਰਤਾ ਸੀ ਕਿ ਗੁਰੂ ਪਾਤਸ਼ਾਹ ਨੂੰ ਐਕਸੈਪਟ ਨਹੀਂ ਕੀਤਾ ਉਹਨਾਂ ਬਿਲਕੁਲ ਸੜਿਆਲੇ ਵਾਲੇ ਬੰਨਾਂ ਨੇ ਗੁਰੂ ਪਾਤਸ਼ਾਹ ਨੂੰ ਐਕਸੈਪਟ ਨਹੀਂ ਕੀਤਾ ਪਾਸਾ ਵੱਟ ਗਏ ਤੇ ਐਕਸੈਪਟ ਕੌਣ ਕਰ ਰਹੀ ਨੇ ਉੱਥੇ ਮੁਸਲਮਾਨ ਇਟਸ ਅ ਹਿਸਟੋਰੀਕਲ ਐਵਿਡੈਂਸ ਬਿਲਕੁਲ ਕਿ ਉੱਥੋਂ ਦੇ ਜਿੰਨੇ ਮੁਸਲਮਾਨ ਸੀ ਬੀਬੀਆਂ ਤੇ ਬੰਦੇ ਉਹਨਾਂ ਨੇ ਗੁਰੂ ਪਾਤਸ਼ਾਹ ਦੀ ਸੇਵਾ ਕੀਤੀ ਫਿਰ ਕੁਝ ਇੱਕ ਬਲ ਭਾਈਚਾਰਾ ਉੱਥੇ ਆ ਜੀ ਉਥੇ ਗੁਰਦੁਆਰਾ ਸਾਹਿਬ ਸੋਸ਼ੋਭਤ ਹੈ ਉਥੇ ਸ਼ੇਵੇਂ ਪਾਸ਼ਾ ਵੀ ਆਏ ਉੱਥੇ ਪਹਿਲੇ ਪਾਸ਼ਾ ਜੁਰ ਵੀ ਆਏ ਸਨ ਅਤੇ ਨਾਮੇ ਪਾਸ਼ਾ ਦਾ ਗੁਰਦੁਆਰਾ ਉਥੇ ਸ਼ਿਸ਼ੋਭਤ ਹੈ ਜੀ ਜਦੋਂ ਉਥੋਂ ਕੇਵਲ ਮੁਸਲਮਾਨਾਂ ਨੇ ਜਾਂ ਕੁਝ ਇੱਕ ਮੁੱਠੀ ਪਰ ਬੱਲਾ ਨੇ ਬਾਚਣਗੇ ਤੇ ਅਲਟੀਮੇਟਲੀ ਪਾਸ਼ਾ ਤੋਂ ਚੱਲਦੇ ਨੇ ਹੁਣ ਇੱਥੇ ਇੱਕ ਬੜਾ ਖੂਬਸੂਰਤ ਵਾਕ ਵਰਦਾ ਹੈ ਕਿ ਗੁਰੂ ਪਾਸ਼ਾ ਲੀ ਘੋੜਾ ਤੇ ਜੋੜਾ ਦੋ ਚੀਜ਼ਾਂ ਜਿਹੜੀਆਂ ਪੇਸ਼ ਕਰਦਾ ਹੈ ਉਹ ਬਾਬਾ ਗਿਰਦੇ ਤਾਰਾ ਰੰਡਾਵਾ ਹੈ ਬਿਲਕੁਲ ਤੇ ਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਵੇਖਿਆ ਮੁਸਕਰਾਏ ਤੋਨਾਂ ਕਿਹਾ ਕੋਲ ਸਿੱਖੀ ਦੀ ਸੇਵਾ ਤੇ ਬਾਬਾ ਬੁੱਢਾ ਜੀ ਲੁੱਟ ਕੇ ਲੈ ਗਏ ਜੀ ਕਿ ਹਰ ਚੀਜ਼ ਦੀ ਬਾਬਾ ਬੁੱਢਾ ਜੀ ਦਾ ਪਰਿਵਾਰ ਹਾਜ਼ਰ ਹੈ ਹੁਣ ਇੱਥੋਂ ਕੀ ਹੈ ਕਿ ਤੋਂ ਯਾਤਰਾ ਦਾ ਅਗੜਾ ਪੜਾ ਜਿਹੜਾ ਮਿਲਦਾ ਹੈ ਦੋ ਪਿੰਡ ਨੇ ਜਿਹੜੇ ਬਿਲਕੁਲ ਇਗਨੋਰ ਨੇ ਸਾਡੀ ਸਾਈਕੀ ਦੇ ਵਿੱਚੋਂ ਵੀ ਸਾਡੀ ਹਿਸਟਰੀ ਦੇ ਵਿੱਚੋਂ ਵੀ ਉਹ ਹੈ ਧਿਆਨਪੁਰ ਅਤੇ ਦਿਨਿਆਲ ਹੂੰ ਧਿਆਨਪੁਰ ਤੇ ਦਿਨਿਆਲ ਜਿੱਥੇ ਕਿਸਾਨੀ ਦਾ ਇੱਕ ਕਬੀਲਾ ਜਿਹਨੂੰ ਵਿਦੇਸ਼ੀ ਸਰਦਾਰ ਕਿਹਾ ਜਾਂਦਾ ਸੀ ਜੀ ਉਹ ਉੱਥੋਂ ਜਦੋਂ ਉਹ ਵਿਚੋਂ ਦੀ ਜਾਂਦੇ ਨੇ ਤੇ ਉੱਥੇ ਅੱਜ ਕੱਲ ਇੱਕ ਛੋਟੀ ਜਿਹੀ ਪਲੇਸ ਹੈ ਕੋਈ ਮਤਲਬ ਨਿਸ਼ਾਨ ਨਹੀਂ ਹੈ ਉਸ ਸਥਾਨ ਤੇ ਵਿਦੇਸ਼ੀ ਪਰਿਵਾਰਾਂ ਨੇ ਧਿਆਨਪੁਰ ਦੇ ਦਿਨਿਆਲ ਦੇ ਆਲੇ ਗੁਰੂ ਪਾਸ਼ਾ ਨੂੰ ਲੰਗਰ ਸ਼ਕਾਇਆ ਜੀ ਉੱਥੇ ਇੱਕ ਨਲਕਾ ਲੱਗਾ ਹੈ ਹਜੇ ਕੇਵਲ ਮਹਿਜ ਨਲਕਾ ਹੂੰ ਬਹੁਤ ਸਾਰਾ ਕੁਝ ਕਹਿੰਦੇ ਸਾਡੀ ਹਿਸਟੋਰੀਕਲ ਐਵੀਡੈਂਸ ਜਿਆਦਾ ਸੀ ਸੰਭਾਲਦੇ ਕਿਉਂ ਨਹੀਂ ਬਿਲਕੁਲ ਕਿ ਉੱਥੇ ਉਹ ਨਲਕੇ ਦੇ ਉੱਤੇ ਕਿਸੇ ਇੱਕ ਦਿਨਿਆਲ ਪਿੰਡ ਦੇ ਵਸਨੀਕ ਨੇ ਕਿਉਂਕਿ ਮੈਂ ਜਦੋਂ ਕੰਮ ਕਰ ਰਿਹਾ ਸੀ ਤੇ ਮੈਂ ਉਹ ਯਾਤਰਾਵਾਂ ਤੇ ਜਾਣ ਦੀ ਕੋਸ਼ਿਸ਼ ਕੀਤੀ ਤੇ ਕਿੱਥੇ ਕਿੱਥੇ ਉਹਨਾਂ ਨੇ ਅਸੀਸ ਦਿੱਤੀ ਤੇ ਫਿਰ ਇਹ ਕਹੇ ਕਿ ਉਸ ਪਿੰਡ ਉਸ ਜਗ੍ਹਾ ਤੇ ਕਿਉਂਕਿ ਇੱਕ ਬਜ਼ੁਰਗ ਕਿਤੇ ਜਾਣਦਾ ਹੋਊਗਾ 90 ਸਾਲ ਪਹਿਲਾਂ ਉੱਥੇ ਇੱਕ ਨਲਕਾ ਲਵਾਤਾ ਜੀ ਪਰ ਕਿਸੇ ਨੇ ਉਸ ਵੱਲ ਧਿਆਨ ਨਹੀਂ ਦਿੱਤਾ ਹੁਣ ਇੱਥੋਂ ਗੁਰੂ ਪਾਤਸ਼ਾਹ ਸਿਹਾਰ ਪਿੰਡ ਟੱਪ ਕੇ ਕਾਲੇ ਕੀ ਜਾਂਦੇ ਕਾਲੇ ਕੀ ਸਭ ਗੁਰਦੁਆਰਾ ਸੋ ਬਤਾ ਹਮ ਕਾਲੇ ਕੀ ਵਾਲੇ ਲੋਕਾਂ ਨੇ ਬਹੁਤ ਗੁਰੂ ਪਾਤਸ਼ਾਹ ਦੀ ਸੇਵਾ ਕੀਤੀ ਜੀ ਮਾਨ ਬਖਸ਼ਿਆ ਤੇ ਉਥੋਂ ਗੁਰੂ ਪਾਤਸ਼ਾਹ ਖਡੂਰ ਕੋਇਂਦਵਾਲ ਤਰਨਤਾਰਨ ਹੁੰਦੇ ਹੋਏ ਅੰਮ੍ਰਿਤਸਰ ਆਉਂਦੇ ਹਨ ਅੰਮ੍ਰਿਤਸਰ ਜਦੋਂ ਆਉਂਦੇ ਨੇ ਤੁਹਾਨੂੰ ਪਤਾ ਹੈ ਕਿ ਉੱਥੇ ਕਾਲੀਆਂ ਬੱਦਰੂਆਂ ਜਿਹੜੀਆਂ ਸੀ ਉਹਨਾਂ ਨੂੰ ਲੱਗਾ ਕਿ ਇਹ ਤੇ ਇੱਕ ਸਮੱਸਿਆ ਹੋ ਗਈ ਕਿ ਬਾਬਾ ਆ ਗਿਆ ਅੱਜ ਤੇ ਭੁੱਖੇ ਮਰ ਜਾਾਂਗੇ ਫਰਮੰਦਰ ਦੇ ਦਰਵਾਜ਼ੇ ਬੰਦ ਕੀਤੇ ਤੇ ਭੱਜ ਗਏ ਗੁਰੂ ਪਾਤਸ਼ਾਹ ਫਿਰ ਮੁਸਕਰਾਏ ਕੁਝ ਨਹੀਂ ਬੋਲੇ ਅੱਜ ਕੱਲ੍ਹ ਉੱਥੇ ਗੁਰਦੁਆਰਾ ਸਾਹਿਬ ਸ਼ਿਸ਼ੋਭਤ ਹੈ ਬਹੁਤ ਸੁੰਦਰ ਹੈ ਤਾਂ ਪੰਨ ਸਾਰਿਆਂ ਨੂੰ ਪਤਾ ਹੈ ਖੜਾ ਸਾਹਿਬ ਜੀ ਦਾ ਨਾਮ ਹੈ ਕਾਲ ਤੱਕ ਸਾਹਿਬ ਕਾਲ ਤੱਕ ਸਾਹਿਬ ਹੀ ਬਿਲਕੁਲ ਨਾਲ ਉੱਥੇ ਬਾਸ਼ਾ ਆਇਆ ਆਰਾਮ ਕੀਤਾ ਸੰਤਾਂ ਨੂੰ ਸੰਬੋਧਿਤ ਕੀਤਾ ਤੇ ਉੱਥੋਂ ਫਿਰ ਡੱਲੇ ਪਿੰਡ ਨੂੰ ਜਾਂਦੇ ਜੀ ਹੋੜ ਡੱਲੇ ਪਿੰਡ ਦੇ ਵਿੱਚ ਇੱਕ ਬੀਬੀ ਹੈ ਮਸਤ ਬੀਬੀ ਜੀ ਤੇ ਇੱਕੋ ਹੀ ਹੈ ਕਿ ਉਹ ਬਾਰ ਬਾਰ ਇਹ ਗੱਲ ਕਰਦੀ ਹੈ ਕਿ ਮੇਰੇ ਘਰ ਨਾਨਕ ਆਏਗਾ ਤੁਸੀਂ ਜਿਹੜੀ ਗੱਲ ਕਰ ਰਹੇ ਸੀ ਜੀ ਹੁਣ ਨਾਨਕ ਤੇ ਜੇ ਤੁਸੀਂ ਵਿਅਕਤੀਮਾਨ ਦੀ ਜੋ ਨਾਨਕ ਸਾਹਿਬ ਤੇ ਮਤਲਬ 1539 42 ਚ ਜੋਤੀ ਜੋ ਸਮਾਗੇ ਫਿਰ ਨਾਨਕ ਕਿੱਥੋਂ ਆਏਗਾ ਜੀ ਸੋ ਇਸੇ ਕਰਕੇ ਹੈ ਕਾਲੋ ਸਾਹਿਬ ਬਹੁਤ ਬੜਾ ਖੂਬਸੂਰਤ ਸੈਂਟੈਂਸ ਹੈ ਜਿਹੜਾ ਮੈਨੂੰ ਈਜੀ ਕਰ ਰਿਹਾ ਹੈ ਕਿ ਨਾਨਕ ਤੁਰਿਆ ਫਿਰਦਾ ਬਿਲਕੁਲ ਸੋ ਕੀ ਹੈ ਕਿ ਨਾਨਕ ਆਏਗਾ ਬੀਬੀ ਅੰਦਰ ਹੈ ਗੁਰਦੁਆਰਾ ਬਹੁਤ ਖੂਬਸੂਰਤ ਹੈ ਤੇ ਕਿਹਾ ਜਾਂਦਾ ਹੈ ਕਿ ਉਹ ਅੰਦਰ ਰੋਟੀਆਂ ਤੇ ਉਹ ਅ ਅ ਅੰਦਰ ਗਾਇਨ ਕਰ ਰਹੀ ਹੈ ਨਾਨਕ ਦਾ ਜੀ ਸਾਰੇ ਹੱਥ ਜੋੜ ਕੇ ਖੜ ਗਏ ਨੇ ਬਾਦਸ਼ਾਹ ਬੂਆ ਸੁਣਾਉਂਦੇ ਨੇ ਤੇ ਜਦੋਂ ਬੂਆ ਖੋਲ ਕੇ ਬਾਹਰ ਹੁੰਦੀ ਆ ਉਹਨੇ ਤਾਂ ਗੁਰਤੇਬਾ ਸਭ ਨੂੰ ਵੇਖਿਆ ਨੀਗਾ ਜੀ ਉਹਨੇ ਤਰੀ ਵੇਖਿਆ ਗੁਰਤੇਬਾ ਸਭ ਦੀ ਸੂਰਤ ਕਿਵੇਂ ਦੀ ਸ਼ਕਲ ਕਿਵੇਂ ਦੀ ਬਿਲਕੁਲ ਪਰ ਜਦੋਂ ਖੋਲਦੀ ਹੈ ਤੇ ਇੰਨੀ ਸੰਗਤ ਹੈ ਬਾਦਸ਼ਾਹ ਵੀ ਤਾਂ ਉਹਨਾਂ ਵਰਗੀ ਹੋਣਗੇ ਨਾ ਬਿਲਕੁਲ ਪਰ ਵਾਣ ਕੇ ਪੈਰਾਂ ਚ ਕੀ ਦੇਖਦੀ ਹੈ ਗੁਰੂ ਤੇ ਕ ਨਾਨਕ ਆ ਨਾਨਕ ਨਾਨਕ ਸੋ ਇਹ ਉਹਦਾ ਸਲੋਗਨ ਸੀ ਉਸ ਜਗਾ ਤੇ ਜਿਹੜਾ ਇਹ ਮੰਨਿਆ ਜਾਂਦਾ ਹੈ ਕਿ ਗੁਰੂ ਪਾਤਸ਼ਾਹ ਨੇ ਟਰਵਾਇਥ ਚਾ ਸਾਡੀ ਮੈਨੂੰ ਨਹੀਂ ਪਤਾ ਇਹਦਾ ਹਿਸਟੋਰੀਕਲ ਐਵੀਡੈਂਸ ਕੀ ਹੈ ਕਿ ਮਾਇਆਂ ਰਾਬਰ ਜਾਇਆਂ ਬਿਲਕੁਲ ਇਹ ਪਾਸ਼ਾ ਦਾ ਉਥੇ ਦਾ ਪਰਮਾਨ ਹੈ ਸਹੀ ਹੈ ਸੋ ਉਥੋਂ ਚੱਲ ਕੇ ਪਾਤਸ਼ਾਹ ਫਿਰ ਦੁਆਬੇ ਦੇ ਵਿੱਚ ਆਉਂਦੀ ਹੁੰਦੇ ਹੋਏ ਕੀਰਤਪੁਰ ਸਾਹਿਬ ਆਉਂਦੇ ਨੇ ਜੀ ਕੀਰਤਪੁਰ ਸਾਹਿਬ ਆਣ ਕੇ ਪਾਤਸ਼ਾਹ ਉਥੋਂ ਕੋਈ 5 ਕੋ 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 ਕਿਲੋਮੀਟਰ ਅੱਠ ਨੌ ਬਣ ਕੇ ਜੀ ਜੀ 5 ਕੋ ਜਾ ਕੇ ਇੱਕ ਜਗਾ ਨੂੰ ਖਰੀਦ ਦੇ ਨੇ ਜੀ ਤੇ ਉਹ ਜਗਾ ਬਾਰੇ ਮੰਨਿਆ ਜਾਂਦਾ ਹੈ ਸਿੱਖ ਰਵਾਂਚ ਕਿ ਉੱਥੇ ਬੜੇ ਬੜੇ ਦੈਨ ਤੇ ਭੂਤ ਰਹਿੰਦੇ ਸੀ ਜੀ ਅਸਲ ਤੇ ਵਿੱਚ ਇਹ ਸਾਡੀ ਸਮੱਸਿਆ ਕੀ ਹੈ ਕਿ ਸਾਡੀ ਇੱਕ ਸਟੱਡੀ ਹੈ ਜਿਹੜੀ ਅਸੀਂ ਯੂਨੀਵਰਸਿਟੀ ਵਿੱਚ ਪੜਾਉਂਦੇ ਆ ਕਿ ਉਹ ਦੈਟ ਇਜ਼ ਕਾਲਡ ਸਿੰਬਲ ਐਂਡ ਸਾਈਨ ਬਿਲਕਿਨ ਅਤੇ ਪ੍ਰਤੀ ਹੁਣ ਚਿੰਨ ਜਿਹੜਾ ਚਿੰਨ ਜਿਹੜਾ ਹੈ ਉਹ ਤੇ ਪ੍ਰਤੀਕ ਜਿਹੜਾ ਹੈ ਕੀ ਹੈ ਕਿਉਂਕਿ ਉਹ ਆਯਾਰ ਰਬੀਆ ਬਾਨ ਹੈ ਬਿਲਕੁਲ ਤੇ ਉਹ ਜਿਹੜਾ ਵੱਡਾ ਮਤਲਬ ਹੈਗਾ ਸੀ ਉਹ ਆਯਾਰ ਉਹ ਜਗਾ ਦਾ ਉਹ ਰੂਪ ਉਹ ਇਨਾ ਭਿਆਨਕ ਸੀ ਕਿ ਲੋਕੀ ਉਥੇ ਸੋਚ ਹੀ ਨਹੀਂ ਸਕਦੇ ਉਹ ਕਹਿੰਦੇ ਸੀ ਕਿ ਦਾਇਤ ਹੈ ਜਿਹੜਾ ਲੋਕਾਂ ਨੂੰ ਨਿਕਲ ਸਕਦਾ ਇਹ ਕੇ ਵੀ ਮੰਨਿਆ ਜਾਂਦਾ ਕਿ ਉਹ ਤਿੰਨ ਪਿੰਡਾਂ ਦੀ ਥਾਂ ਸੀ ਉਹਦੇ ਵਿੱਚੋਂ ਇੱਕ ਮੈਖਾ ਚੌਧਰੀ ਦੀ ਥਾਂ ਸੀ ਮੈਖਾ ਚੌਧਰੀ ਮੈਖਾ ਚੌਧਰੀ ਨੂੰ ਮੈਖਾ ਦਾਇਤ ਮੰਨਿਆ ਜਾਂਦਾ ਹੈ ਕਿਉਂਕਿ ਉਹ ਕਾਫੀ ਕਹਿੰਦੇ ਵੀ ਜਲਾਲ ਕਿਸੋਂ ਦਾ ਬੰਦਾ ਸੀ ਸੋ ਉਸ ਜਗ੍ਹਾ ਦੇ ਉੱਤੇ ਫਿਰ ਕੀ ਕਹੇ ਕਿ ਮੂੜੀ ਕੌਣ ਘੜਦਾ ਹ ਹ ਬਾਬਾ ਘਰ ਦਿੱਤਾ ਰੰਦਾਵਾ ਰੰਦਾ ਮੂੜੀ ਘੱਡੀ ਜਾਂਦੀ ਹੈ ਪਹਿਲਾ ਜਿਹੜਾ ਜਗ੍ਹਾ ਬਣਦੀ ਹੈ ਉਹਨੂੰ ਕਿਹਾ ਜਾਂਦਾ ਹੈ ਚੱਕ ਨਾਨਕੀ ਚੱਕ ਨਾਨਕੀ ਤੇ ਚੱਕ ਨਾਨਕੀ ਕੀ ਹੈ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਆਪਣੀ ਰਹਾਇਸ਼ ਉਤੇ ਕਰਦੇ ਨੇ ਪੁਰਾਣੇ ਕਾਗਜ਼ਾਂ 'ਚ ਇਹ ਨਾਮ ਹਾਜੀ ਵੀ ਹੈ ਜੀ ਵੀ ਹੈ ਹੁਣ ਚੱਕ ਨਾਨਕੀ ਜਦੋਂ ਰਹਾਇਸ਼ ਕਰਦੇ ਨੇ ਤੇ ਜਿਸ ਰਸਤੇ ਤੇ ਸਾਡਾ ਗੁਰੂ ਚੱਲੇ ਉਸ ਰਸਤੇ ਤੇ ਸਿੱਖ ਚੱਲਣ ਤੋਂ ਕਿਉਂ ਡਰੇ ਬਿਲਕੁਲ ਸੋ ਉੱਥੇ ਵਿਦਨ ਡੇਜ ਵਿਦਨ ਮੰਥ ਜਿਹੜਾ ਹੈ ਵੇਖਦੇ ਆਂ ਵੇਖਦੇ ਆਂ ਜਿਹੜਾ ਚੱਕ ਨਾਨਕੀ ਹੈ ਉਹ ਪੂਰੀ ਆਨੰਦ ਵਿੱਚ ਤਬਦੀਲ ਹੁੰਦਾ ਹੈ ਜੀ ਹੁਣ ਪੂਰੀ ਆਨੰਦ ਜਿਹੜਾ ਹੈ ਇਹਦੇ ਨਾਂ ਦੀ ਖੂਬਸੂਰਤੀ ਵੇਖੋ ਕਿ ਕਿਹੜੀ ਪੂਰੀ ਜਿਹੜੀ ਆਨੰਦ ਵਾਲੀ ਹੈ ਇਸੇ ਕਰਕੇ ਤੇ ਭਾਈ ਨੰਦ ਲਾਲ ਕਹਿੰਦਾ ਹੈ ਕਿ ਮੈਂ ਆਨੰਦਪੁਰ ਦੀ ਧਰਤੀ ਵਿੱਚ ਮੰਗਤੇ ਵੀ ਬਾਦਸ਼ਾਹियां ਬਣਦੇ ਵੇਖੇ ਬਿਲਕੁਲ ਬਹੁਤ ਖੂਬਸੂਰਤ ਬਿਆਨ ਆ ਹੁਣ ਇਹ ਭਾਈ ਨੰਦ ਸਾਡੀ ਸਾਡੀ ਟ੍ਰੈਸਡੀ ਕੀ ਹੈ ਕਈ ਆਪਣੇ ਥਿੰਕਰ ਹੀ ਪੜਦੇ ਅਸੀਂ ਭਾਈ ਗੁਰਦਾਸ ਨੂੰ ਬਾਰ ਬਾਰ ਕਹਿਣੇ ਆ ਕਿ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਹੈ ਉਹਨਾਂ ਦੀ ਰਚਨਾ ਜੀ ਜੇ ਉਹਨਾਂ ਦੀ ਕੁੰਜੀ ਹੈ ਇਹਦਾ ਮਤਲਬ ਹੈ ਕਿ ਸਾਨੂੰ ਹੁਕਮ ਕੀ ਹੈ ਕਿ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਕਰਨਾ ਹੈ ਤੇ ਸਭ ਤੋਂ ਪਹਿਲਾ ਜਿਹੜਾ ਸ਼ਬਦ ਪੜ੍ਹਨਾ ਹੈ ਉਹ ਕਿੱਥੋਂ ਪੜ੍ਹਨਾ ਹੈ ਭਾਈ ਗਰਦਾਸ ਦੀਆਂ 12 ਕਵਿਤਾਂ ਚੋਂ ਜੀ ਮੈਨੂੰ ਇੱਕ ਵੀ ਦੱਸ ਦਿਓ ਇਨਸੀਡੈਂਟ ਬਿਲਕੁਲ ਨਹੀਂ ਕਿ ਅਸੀਂ ਜੇ ਪੜ੍ਹਿਆ ਫਿਰ ਕੁੰਜੀ ਕਾਦੀ ਜਿੰਦਰਾ ਕਿਵੇਂ ਖੋਲਣਾ ਹੈ ਭਾਜੀ ਹੂੰ ਦਰਵਾਜ਼ੇ ਨੂੰ ਜਿੰਦਰਾ ਲੱਗਾ ਹੈ ਜੀ ਕੁੰਜੀ ਨਾਲ ਖੋਲੋਗੇ ਤੇ ਜੇ ਕੁੰਜੀ ਕਿਹੜੀ ਹੈ ਭਾਈ ਗਰਦਾਸ ਦੀਆਂ ਰਚਨਾਵਾਂ ਹੂੰ ਬਾਣੀ ਨਹੀਂ ਅਸੀਂ ਕਹਿ ਸਕਦੇ ਕਿਉਂਕਿ ਬਾਣੀ ਕੇਵਲ ਗੁਰੂ ਗ੍ਰੰਥ ਸਾਹਿਬ ਚ ਹੈ ਰਚਨਾਵਾਂ ਜਿਹੜੀਆਂ ਨੇ ਉਹ ਭਾਈ ਗਰਦਾਸ ਦੀਆਂ ਨੇ ਭਾਈ ਨੰਦ ਲਾਲ ਦੀਆਂ ਨੇ ਜਿਨ੍ਹਾਂ ਨੂੰ ਗਾਇਨ ਕਰਨ ਦਾ ਪਰੰਪਰਾ ਅਨਸਾਰ ਕੀਰਤਨ ਕਰਨ ਦੀ ਆਗਿਆ ਹੈ ਸੋ ਕੀ ਹੈ ਕਿ ਕੁੰਜੀ ਤੇ ਲਾਉਂਦੇ ਨਹੀਂ ਜਦੋਂ ਕੁੰਜੀ ਨਹੀਂ ਲਏ ਤਾ ਤੁਹਾਡੇ ਕੋ ਜਿੰਨਾ ਮਰਜੀ ਪ੍ਰਕਾਸ਼ ਕਰ ਲਓ ਅੰਦਰਲੀ ਬਾਣੀ ਨੇ ਤੁਹਾਨੂੰ ਜਿਹੜਾ ਹੈ ਇਸ ਨੂੰ ਹਰਿਆ ਭਰਿਆ ਨਹੀਂ ਕਰਨਾ ਬਿਲਕੁਲ ਸੋ ਪਹਿਲਾਂ ਸਭ ਤੋਂ ਪਹਿਲਾਂ ਭਾਈ ਗਰਦਾਸ ਦੀ ਵਾਰ ਪੜੋ ਦੇ ਕਬੈਤ ਪੜੋ ਫਿਰ ਗੁਰੂ ਪਾਤਸ਼ਾਹ ਤੱਕ ਜਾਓ ਫਿਰ ਹੀ ਜਾ ਸਕਦੇ ਹੋ ਕੋਈ ਨਹੀਂ ਪੜਦਾ ਕੁੰਜੀ ਹੈ ਜੀ ਕੁੰਜੀ ਇਹ ਕਿਹੜਾ ਨਾਲ ਕੁੰਜੀ ਕੁੰਜੀ ਕਹਿੰਦਾ ਕੁੰਜੀ ਕੁੰਜੀ ਕਹਿੰਦਾ ਦਰਵਾਜ਼ਾ ਖੁੱਲ ਜੂ ਬਿਲਕੁਲ ਨਹੀਂ ਨਾ ਖੁੱਲੇਗਾ ਸੋ ਕੀ ਹੈ ਕਿ ਪਾਈ ਨੰਦ ਲਾਲ ਪੜੋ ਪਾਈ ਗਲਰਾਸ ਪੜੋ ਗੁਰਤੇਬਸ ਸਾਹਿਬ ਸੱਚੇ ਪਾਸ਼ਾ ਹਯੂਰ ਗੁਰਗਮਿੰਦਰ ਸਿੰਘ ਪਾਚਾ ਹਯੂਰ ਤੁਹਾਡੀ ਤੁਹਾਡੇ ਮਸਤਕ ਦਾ ਭਾਗ ਮੰਨ ਲੇ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਜੀ ਇਹ ਜਿਹੜੀ ਫਰੇਜ਼ ਤੁਹਾਨੂੰ ਪਹਿਲਾਂ ਸੁਮਹਾਵਰਾ ਸੁਣਾਇਆ ਉੱਤਰ ਚੱਕਿਆ ਕਿ ਅਨੰਦਪੁਰ ਦੀ ਧਰਤੀ ਜਿੱਥੇ ਮੰਗਤੇ ਵੀ ਬਾਦਸ਼ਾਹियां ਬਣਦੇ ਬਿਲਕੁਲ ਤੇ ਫਿਰ ਮੰਗਦੇ ਜੇ ਵਾਸ਼ੀਆਂ ਵੜਦੇ ਨੇ ਤੇ ਉਹ ਅਨੰਦਪੁਰ ਹੀ ਵੰਡਿਆ ਜਾ ਸਕਦਾ ਹੈ ਬਿਲਕੁਲ ਦੂਜੇ ਤਾਂ ਨਹੀਂ ਵੰਡਿਆ ਜਾ ਸਕਦਾ ਪਰ ਨਹੀਂ ਅਸੀਂ ਸੋ ਕੀ ਹੈ ਕਿ ਪਾਦਸ਼ਾਹ ਹਯੂਤ ਅਨੰਦਪੁਰ ਵਸ ਗਿਆ ਗੈਮਾ ਗੈਮ ਹੋ ਗਈ ਤੇ ਪਾਦਸ਼ਾਹ ਸੋ ਮੂਵ ਕਰਦੇ ਨੇ ਕਰਦੇ ਕਿਥੇ ਨੇ ਕਿ ਹੁਣ ਜਾਣਾ ਕਿੱਥੇ ਹੈ ਜਾਣਾ ਉੱਥੇ ਹੈ ਜਿੱਥੇ ਨਾਨਕ ਨੇ ਜਿਸ ਤਰਤ ਨੂੰ ਭਾਗ ਲਾਇਆ ਜੀ ਤੇ ਉਸ ਜਿਹੜੀ ਜਵਾਲਾ ਉਥੇ ਪ੍ਰਜਵਲਤ ਕੀਤੀ ਪਾਦਸ਼ਾਹ ਨੇ ਉਹਨੂੰ ਹੋਰ ਪ੍ਰਚੰਡ ਕਰਨਾ ਹੈ ਬਿਲਕੁਲ ਤੇ ਉਹਨੂੰ ਪਰਚੰਡ ਤਾਂ ਲਈ ਇਸੇ ਕਰਕੇ ਕਿ ਨਾਨਕੋਥਾਂ ਤਾਂ ਮੈਂ ਤੇ ਫੇਜ ਜਾਵੇ। ਤੋ ਨਾਨਕ ਤੁਰ ਪਿਆ। ਬਿਲਕੁਲ। ਨਾਨਕ ਨੂੰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦਾ ਨਾਮ ਦੇ ਦਿਓ। ਗੁਰੂ ਤੇਗ ਬਹਾਦਰ ਸਾਹਿਬ ਦਾ ਦੇ ਦਿਓ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦੇ ਦਿਓ। ਬਾਬਾ ਗੁਰੂ ਨਾਨਕ ਹੀ ਸਾਰੇ ਤਾਂ ਜਾ ਰਿਹਾ ਹੈ। ਤੇ ਕਾਲੋਂ ਸਾਹਿਬ ਮੈਂ ਤੈਨੂੰ ਹੋਰ ਦਵਾਂ ਕਿ ਦੁਨੀਆ ਤੇ ਕੇਵਲ ਦੋ ਪੈਗੰਬਰਾਂ ਦਾ ਨਾਮ ਨਾ ਬਾਬਾ ਲੱਗਦਾ ਹੈ। ਜੀ। ਕੇਵਲ ਦੋ ਨਾ। ਹਮ ਇੱਕ ਬਾਬਾ ਗੁਰੂ ਨਾਨਕ ਇਹ ਕੋਈ ਨਿਕਾ ਸ਼ਬਦ ਨਹੀਂ ਹੈ ਕਈ ਵਾਰਨ ਸੇ ਲੜ ਪੈਂਦੇ ਕਿ ਬਾਬਾ ਕੋ ਕਹਿੰਦੇ ਗੁਰੂ ਕੋ ਬਿਲਕੁਲ ਪਰ ਬਾਬਾ ਬਾਬਾ ਕੌਣ ਹੁੰਦਾ ਹੈ ਬਾਬਾ ਹੁੰਦਾ ਜਿਹੜਾ ਮੂਲ ਹੋਵੇ ਧਰੋਹ ਹੋਵੇ ਪਰਿਵਾਰ ਦਾ ਜੀ ਇੱਕ ਬਾਬਾ ਗੁਰੂ ਨਾਨਕ ਇੱਕ ਯਹੂਦੀਆਂ ਦਾ ਬਾਬਾ ਇਵਰ ਜੀ ਦੋ ਹੀ ਪੈਗਾਬਰਾਂ ਨੂੰ ਲੱਗਦੇ ਨੇ ਕਿਸੇ ਦੇ ਨਾਲ ਬਾਬਾ ਨਹੀਂ ਲੱਗਦਾ ਨਾ ਯਿਸੂ ਮਸੀਹ ਨਾਲ ਬਾਬਾ ਕਦੀ ਲੱਗਿਆ ਜੀ ਨਾ ਮਮ ਸਰ ਸੱਚ ਉਹਨਾਂ ਦੇ ਨਾਲ ਲੱਗਿਆ ਸਾਡੇ ਸਤਕਾਰਯੋਗ ਨੇ ਉਹ ਸਾਡੇ ਸਾਰੇ ਸਤਕਾਰਯੋਗ ਨੇ ਬਿਲਕੁਲ ਬਿਲਕੁਲ ਪਰ ਬਾਬਾ ਕੇਵਲ ਲੱਗਦਾ ਹੈ ਐਵਰ ਬਾਬਾ ਜੀ ਦੇ ਨਾਲ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਤੋਂ ਬਾਬਾ ਨਾਨਕ ਜਾ ਰਿਹਾ ਹੈ ਬਾਬਾ ਨਾਨਕ ਜਦੋਂ ਆਉਂਦਾ ਹੈ ਗੁਰਤੇਬਾ ਸਾਹਿਬ ਦੇ ਰੂਪ ਦੇ ਵਿੱਚ ਤੋਂ ਮਾਲਵੀ ਆਉਂਦੇ ਨੇ ਹੂੰ ਮਾਲਵੇ ਦੀ ਬੈਲਟ ਦੇ ਵਿੱਚ ਤੁਸੀਂ ਵੇਖੋਗੇ ਸਾਡੇ ਇਸ ਇਲਾਕੇ ਜਿੱਥੇ ਆਪਾਂ ਬੈਠੇ ਆਂ ਇੰਨੇ ਇੱਕ ਗੁਰਦੁਆਰੇ ਸਾਹਿਬ ਨੇ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਸੰਬੰਧਤ ਨੇ ਜੀ ਈਵਨ ਪਟਿਆਲੇ ਦੇ ਵਿੱਚ ਤੁਹਾਨੂੰ ਵੱਡੇ ਤਿੰਨ ਗੁਰਦੁਆਰਾ ਸਾਹਿਬ ਜਿਹੜੇ ਨੇ ਬਹਾਦਰਗੜ ਬਿਲਕੁਲ ਮੇਰੇ ਨਾਲ ਹੈ ਬਿਲਕੁਲ ਫਿਰ ਮੋਤੀਬਾਗ ਬਿਲਕੁਲ ਦੁਖਨਵਾਨ ਸਾਬ ਕੋਹੜਾ ਹਨੀ ਵਾਲੀ ਗੱਲ ਹੈ ਕਿ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇੱਕ ਸੈਂਟਰ ਹੈ ਗੁਰਦੁਆਰਾ ਹੈ ਡਾਕਟਰ ਤਾਰਨ ਸਿੰਘ ਉਹਨੇ ਬਣਾਇਆ ਕਿਸੇ ਨੂੰ ਨਹੀਂ ਪਤਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੁਦਾਈ ਸੀ ਉਥੋਂ ਦੀ ਪੜਾ ਕਰਕੇ ਆਏ ਸੀ ਨਹੀਂ ਦੱਸ ਰਹੇ ਅਸੀਂ ਲੋਕਾਂ ਨੂੰ ਹੁਣ ਇਹ ਜਿਹੜੇ ਨੇ ਸਾਡੇ ਸਾਹਮਣੇ ਆਉਣੇ ਚਾਹੀਦੇ 400 ਸਾਲਾਂ ਦੇ ਵਿੱਚ ਘਟੋ ਘਟੇ ਇਹ ਤੇ ਲੋਕੇਟ ਕਰ ਲਈਏ ਕਿ ਪਾਤਸ਼ਾਹ ਕਿੱਥੇ ਕਿੱਥੇ ਹਨ ਤਾਂ ਕਿ ਸੰਗਤਾਂ ਨਾਤਮਸਤ ਹੋ ਸਕਣ ਆਸ਼ਾ ਦੀ ਹੋਰ ਬਹੁਤ ਖੂਬਸੂਰਤ ਚੀਜ਼ਾਂ ਨੇ ਮਤਲਬ ਇੱਥੋਂ ਤੱਕ ਕਿ ਮੈਨੂੰ ਵੀ ਇੱਕ ਮਹੀਨਾ ਪਹਿਲਾਂ ਹੀ ਪਤਾ ਚੱਲਿਆ ਕਿ ਇੱਥੇ ਰਾਜਪੁਰੇ ਦੇ ਨਾਲ ਪਿੰਡ ਹੈ ਜੀ ਉੱਥੇ ਗੁਰੂ ਸਾਹਿਬ ਜਦੋਂ ਆਏ ਤੇ ਉਹਨਾਂ ਦੇ ਸਿੰਘ ਸਨ ਭਾਈ ਧਰਮਾ ਉਹ ਕਹਿੰਦੇ ਵੀ ਪਾਸ਼ਾ ਵੀ ਸਾਡੇ ਪਿੰਡ ਵਾਲਿਆਂ ਨੂੰ ਦਰਸ਼ਨ ਦੇ ਕੇ ਆਉ ਉਹ ਆਪਣੇ ਘੋੜੇ ਤੇ ਬਿਠਾ ਕੇ ਉਹਨਾਂ ਨੂੰ ਲੈ ਕੇ ਉਹ ਕਾਫੀ ਥੇਹ ਦੇ ਉੱਤੇ ਉੱਚਾ ਪਿੰਡ ਸੀ ਤੇ ਉੱਥੇ ਫਿਰ ਗੁਰੂ ਪਾਸ਼ਾ ਨੇ ਵਰ ਦਿੱਤਾ ਤੇ ਉਹ ਨਾਮ ਹੀ ਆਪਣੇ ਆਪ ਦੇ ਵਿੱਚ ਇੰਨਾ ਆ ਕਿ ਆਨੰਦ ਆਉਂਦਾ ਆ ਉੱਥੇ ਜੋ ਵਰ ਦਿੱਤਾ ਉਸੇ ਵਾਰ ਦੇ ਉੱਤੇ ਉਸ ਗੁਰਦੁਆਰਾ ਸਾਹਿਬ ਦਾ ਨਾਮ ਹੈ ਰਾਜਪੁਰੇ ਦੇ ਨੇੜੇ ਪਿੰਡ ਹੈ ਗੁਰਦੁਆਰਾ ਸਾਹਿਬ ਦਾ ਨਾਮ ਹੈ ਗੁਰਦੁਆਰਾ ਰੱਜੋ ਪੁੱਜੋ ਫੁੱਲੋ ਫੁੱਲੋ ਸਾਹਿਬ। ਇਹ ਕੀ ਬਾਤ ਹੈ? ਕੀ ਬਾਤ ਹੈ? ਪਾਸ਼ਾ ਨੇ ਉੱਥੇ ਵਾਰ ਦਿੱਤਾ ਕਿ ਤੁਸੀਂ ਰੱਜੋ ਪੁੱਜੋ ਫੁੱਲੋ ਫੁੱਲੋ ਸਾਹਿਬ। ਹੁਣ ਇਹ ਯਾਤਰਾ ਜਿਹੜੀ ਹੈ ਕਿਉਂਕਿ ਸਮੇਂ ਨੂੰ ਧਿਆਨ ਤਰਕਰ ਪੈ ਗਿਆ ਮੈਨੂੰ ਪਤਾ ਹੈ ਤੁਹਾਡਾ ਸੀਮਾ ਹੈ ਤੇ ਇਹ ਗੱਲਾਂ ਤੇ ਮੈਨੂੰ ਲੱਗਦਾ ਹੈ ਕਿ ਅਸੀਂ ਜੇ ਕਰਨੀ ਹੈ ਸ਼ੁਰੂ ਕਰ ਦਈਏ। ਬਿਲਕੁਲ। ਤੇ ਮਹੀਨਿਆਂ ਦੇ ਮਹੀਨੇ ਜਿਹੜੇ ਨੇ ਆਪਾਂ ਟਰੈਵਲ ਕਰ ਸਕਦੇ ਆਂ। ਤੇ ਹੈਗਾ ਕਿ ਹੁਣ ਗੁਰੂ ਪਾਸ਼ਾ ਦਾ ਮੁੱਖ ਜਿਹੜਾ ਹੈ ਉਹ ਈਸਟਰਨ ਸਟੇਟ ਵੱਲ ਹੁੰਦਾ ਹੈ। ਬਿਲਕੁਲ। ਜਿਨ ਉਹ ਗਏ ਨੇ ਪੂਰਬ ਵੱਲ ਤੁਰ ਪੂਰਬ ਤੱਕ ਗਏ ਪੂਰਬ ਵੱਲ ਹੁਣ ਤੁਰ ਪੂਰਬ ਵੱਲ ਜਾਣਾ ਕੋਈ ਸਹਿਜ ਪ੍ਰਕਿਰਿਆ ਨਹੀਂ ਹੈ ਹੂੰ ਸਾਧਨ ਨਹੀਂ ਹੈ ਰਸਤੇ ਨਹੀਂ ਹੈ ਤੇ ਪਰਿਵਾਰ ਨਾਲ ਹੈ ਬਿਲਕੁਲ ਸਪੁਰ ਇਹ ਹੈਗਾ ਕਿ ਕਾਲੂ ਸਾਹਿਬ ਸਰਬਜਿੰਦਰ ਦੋਮੀ ਜੀ ਆਪਣਾ ਪਰਿਵਾਰ ਲੈ ਕੇ ਜਾਣਗੇ ਤੇ ਪਹਿਲਾਂ ਇਹ ਸੁਖ ਸੁਭਰਾ ਦੇਖਾਂਗੇ ਜੀ ਅਸੀਂ ਵੇਖਾਂਗੇ ਮੇਰਾ ਪਰਿਵਾਰ ਸੇਫ ਹੈ ਹੂੰ ਸਿਕਿਉਰ ਹੈ ਪਰ ਜਦੋਂ ਪੈਗੰਬਰ ਜਾਏਗਾ ਤੇ ਪੈਗੰਬਰ ਤੇ ਖੁਦ ਸਾਰਾ ਕਰਤਾ ਹੈ ਸੰਸਾਰ ਦਾ ਪੈਗੰਬਰ ਨੂੰ ਕੀ ਦਾਰ ਇਹ ਵੀ ਖੂਬਸੂਰਤੀ ਹੈ ਕਿ ਗੁਰਨਾਨਕ ਪਾਸ਼ਾ ਪਹਿਲਾਂ ਆਪਣੇ ਸਾਥੀਆਂ ਨਾਲ ਜਾਂਦੇ ਨੇ ਹੁਣ ਗੁਰਨਾਨਕ ਪਾਸ਼ਾ ਆਪਣੇ ਪਰਿਵਾਰ ਪਰਿਵਾਰ ਨਾਲ ਜਾ ਰਹੇ ਨੇ ਸੋ ਇਹ ਜਦੋਂ ਤੁਸੀਂ ਜਾਓ ਵੇਖੋਗੇ ਇਹ ਯਾਤਰਾ ਦੇ ਵਿੱਚ ਜਾਓਗੇ ਤੇ ਅੱਜ ਦੇ ਜਿਹੜੇ ਮਾਡਰਨ ਸਟੇਟਸ ਨੇ ਨਾ ਉਦੋਂ ਤੇ ਹੈ ਨਹੀਂ ਸੀ ਉਦੋਂ ਤੇ ਨਾ ਬੰਗਾਲ ਸੀ ਨਾ ਓਡੀਸਾ ਸੀ ਨਾ ਕਿ ਕਲਿੰਗਾ ਸੀ ਕਲਿੰਗਾ ਦੈਟ ਇਜ਼ ਕਾਲਡ ਕਲਿੰਗਾ ਕਲਿੰਗਾ ਦੇ ਵਿੱਚ ਬਾਦਸ਼ਾਹ ਕਲਿੰਗਾਲ ਨੂੰ ਕਹੇ ਨੇ ਅਰੇ ਜਪਾਗਏ ਬੰਗਾਲ ਗਏ ਸੇ ੜੀਸਾ ਗਏ ਸੀ ਦੂਜੇ ਉਹ ਬੰਗਾਲ ੜੀਸਾ ਰ ਹੈ ਇਹ ਐਗਜ਼ਿਸਟ ਨਹੀਂ ਕਰਦਾ ਬਿਲਕੁਲ ਕਲਿੰਗਾ ਅੱਗੇ ਐਗਜ਼ਿਸਟ ਕਰਦਾ ਕਲਿੰਗਾ ਪ੍ਰਾਣਾ ਮਲ ਰਾਜ ਦਾ ਇੱਕ ਹਿੱਸਾ ਹੈ ਇਹ ਤੁਸੀਂ ਵੇਖੋ ਮਹਾਰਾਜ ਅਸ਼ੋਕ ਦੇ ਵੇਲੇ ਕਲਿੰਗਾ ਦੀ ਲੜਾਈ ਹੋਈ ਸੀ ਸਭ ਤੋਂ ਵੱਡੀ ਜਿਹਦੇ ਵਿੱਚ ਉਹਨੇ ਬੁੱਧ ਦੇ ਧਰਮ ਧਾਰਨ ਕਰ ਲਿਆ ਸੀ ਉਹਦੀ ਰੂਹ ਕੰਬ ਗਈ ਸੀ ਯਾਰ ਇਹ ਨਾ ਬਿਲਕੁਲ ਸੋ ਕੀ ਹੈ ਕਿ ਪਾਚਾ ਹਯੂਰ ਹਿਮਾਚਲ ਵਿੱਚ ਉਹਨਾਂ ਦਾ ਸਥਾਨ ਹੂੰ ਝੂਪੀ ਵਿੱਚ ਹੈ ਜੀ ਤੇ ਜੁਪੀ ਤੋਂ ਅੱਗੇ ਜਾ ਕੇ ਬਿਹਾਰ ਤੋਂ ਜਾਂਦਿਆਂ ਹੋਇਆਂ ਤੁਸੀਂ ਉਹ ਸਾਰੀਆਂ ਸਟੇਟਾਂ ਲੱਗ ਜੂ ਤੇ ਤੁਰ ਬੰਗਾਲ ਤੱਕ ਜੀ ਬਾਦਸ਼ਾਹ ਪਹੁੰਚਦੇ ਨੇ ਹੁਣ ਆਪਾਂ ਜੇ ਗੱਲ ਕਰੀਏ ਤੇ ਪਟਨਾ ਸਾਹਿਬ ਜੀ ਪਟਨਾ ਸਾਹਿਬ ਬਾਰੇ ਤੇ ਅਸੀਂ ਅਕਸਰ ਜਾਣਦੇ ਹਾਂ ਜੀ ਕਿ ਪਟਨਾ ਸਾਹਿਬ ਕੀ ਸਾਡਾ ਤਖਤ ਹੈ ਬਿਲਕੁਲ ਤਖਤ ਦੇ ਉੱਤੇ ਸਭ ਤੋਂ ਪਹਿਲਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੂਰ ਕੇ ਜੀ ਉਸੇ ਥਾਂ ਦੇ ਉੱਤੇ ਉਸੇ ਜਗ੍ਹਾ ਦੇ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਨਾਨਕ ਰੂਪ ਵਿੱਚ ਦੁਬਾਰਾ ਜੀ ਉਹੀ ਸੰਗਤਾਂ ਨੇ ਬਿਲਕੁਲ ਜਿਹੜੀਆਂ ਗੁਰੂ ਪਾਤਸ਼ਾਹ ਗੁਰਨਾਨਕ ਪਾਤਸ਼ਾਹ ਨੇ ਸਟੈਬਲਿਸ਼ ਕੀਤੀਆਂ ਉਹ ਤਾ ਕੇ ਮਿਲਦੀਆਂ ਨੇ ਤੁਸੀਂ ਹੈਰਾਨ ਹੋਗੇ ਕਿ ਬਹੁਤ ਸਾਰੇ ਜਿਹੜੇ ਗੁਰਦੁਆਰੇ ਨੇ ਇਹ ਚਾਚਾ ਫੱਗੂ ਮਲ ਦਾ ਇੱਕ ਗੁਰਦੁਆਰਾ ਹੈ ਜੀ ਬਿਹਾਰ ਦੇ ਵਿੱਚ ਤੇ ਚਾਚਾ ਫੱਗੂ ਮਲ ਜਿਹੜਾ ਸੀ ਉਹ ਢੀਕ ਕਰ ਰਿਹਾ ਸੀ ਕਿ ਮੈਨੂੰ ਪਤਾ ਹੈ ਮੇਰੇ ਘਰ ਨਾਨਕ ਨੇ ਆਉਣਾ ਜੀ ਤੇ ਆਪਣੇ ਵਰਗੇ ਜਿਹੜੇ ਸੀ ਉਹਨਾਂ ਹੱਸਦੇ ਸੀ ਛੇੜਦੇ ਸੀ ਇਹਨੂੰ ਬਿਲਕੁਲ ਕੀ ਦਾ ਸੇ ਨ ਵੀ ਨਹੀਂ ਪਤਾ ਕਿ ਨਾਨਕ ਜੀ ਚੱਲ ਬਸੇ ਨੇ ਜੀ ਉਹ ਆਪਣੇ ਘਰ ਦੇ ਦਰਵਾਜ਼ੇ ਵੀ ਉੱਤੇ ਰੱਖਦਾ ਹੈ ਕਿ ਜਦੋਂ ਪਾਸ਼ਾ ਘੋੜੇ ਤੇ ਚੜੇ ਕਿਉਂ ਨਹੀਂ ਕਿ ਉਹਨਾਂ ਨੂੰ ਦਿੱਕਤ ਨਾ ਆਵੇ ਜੀ ਬਿਲਕੁਲ ਪਾਸ਼ਾ ਪਹੁੰਚ ਜਾਂਦੇ ਤੇ ਅੱਜ ਕੱਲ ਉਹ ਗੁਰਦੇ ਦਾ ਨਾਂ ਹੀ ਗੁਰਦੇਵ ਸਾਹਿਬ ਦੇ ਨਾਂ ਤੇ ਨਹੀਂ ਹੈ ਚਾਚਾ ਫੱਗੂ ਮਲਗੋਤਵਾਰ ਸੋ ਇੱਕ ਖੂਬਸੂਰਤੀ ਹੈ ਕਿ ਗੁਰੂ ਨਾਨਕ ਪਾਸ਼ਾ ਦੇ ਸਿੱਖ ਕਿੱਥੋਂ ਤੱਕ ਸਨ ਜਦੋਂ ਸਿੱਖ ਕਿੱਥੋਂ ਤੱਕ ਨੇ ਪੰਜ ਪੈਰੀ ਉਥੋਂ ਨਹੀਂ ਆਉਣਗੇ ਬਿਲਕੁਲ ਬਿਲਕੁਲ ਜਿਹੜੀ ਮਾਡਰਨ ਹੀਰਾ ਹੈ ਮਾਡਰਨ ਯ era ਦੇ ਵਿੱਚ ਹਿੰਦੁਸਤਾਨ ਦਾ ਸਿਸਟਮ ਕਮਿਊਨਲ ਹੋ ਗਿਆ ਹੈ ਹੂੰ ਹਿੰਦੁਸਤਾਨ ਦਾ ਸਿਸਟਮ ਜਦੋਂ ਕਮਿਊਨਲ ਹੋਇਆ ਭਾਵੇਂ ਉਹ ਮੁਸਲਮਾਨਾਂ ਦੇ ਵੇਲੇ ਸੀ ਮੁਸਲਮਾਨ ਵੀ ਕੀ ਕਰਨਾ ਚਾਹੁੰਦੇ ਸਨ ਕਿ ਤੁਰਪੂਰਬ ਤੋਂ ਲੈ ਕੇ ਤੁਰਪਸ਼ਚਮ ਤੱਕ ਉਹ ਹਰੇ ਝੰਡੇ ਥੱਲੇ ਬਿਲਕੁਲ ਸਾਰਿਆਂ ਨੂੰ ਕਨਵਰਟ ਕਰ ਲੈਣਾ ਚਾਹੁੰਦੇ ਸਨ ਤੇ ਮੌਜੂਦਾ ਜਿਹੜਾ ਸਮਾਂ ਹੈ ਇਹ ਇਹ ਵੀ ਉਹੀ ਕਰ ਰਿਹਾ ਹੈ ਕਿ ਤੁਰਪੂਰਬ ਤੋਂ ਲੈ ਕੇ ਤੁਰਪਸ਼ਚਮ ਤੱਕ ਇੱਕ ਇੱਕੋ ਹੀ ਨਾ ਹੂੰ ਪਰ ਗੁਰਤੇਬ ਸਾਹਿਬ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਿਹਾ ਮੈਂ ਇਹ ਨਹੀਂ ਹੋਣਦਾਗਾ ਹੂੰ ਦੇ ਵੀਂਗੇ ਸਿੱਖ ਵੀਂਗੇ ਕਮਿਊਨਿਟੀ ਬਾਬੇ ਨਾਨਕ ਦੇ ਨਾਦੀ ਪੁੱਤਰ ਭੌਂ ਦੇ ਨਾਤੇ ਮੈਂ ਵੀ ਤੁਹਾਡੇ ਸਾਹਮਣੇ ਕਹਾਂਗਾ ਕਿ ਅਸੀਂ ਇਹ ਨਹੀਂ ਹੋਣ ਦਾਂਗੇ ਇੱਥੇ ਤੇ ਉਹੀ ਨਾਦ ਗੂੰਜੇਗਾ ਜਿਹੜਾ ਪਾਤਸ਼ਾਹ ਨੇ ਕਿਹਾ ਕਿ ਕੋਈ ਬੋਲੇ ਰਾਮ ਰਾਮ ਕੋਈ ਅਲਾਏ ਸਿੱਖ ਇੱਕ ਖੜਕੇ ਉਹ ਸਾਹਮਣੇ ਖੜਨਗੇ ਜੀ ਕਿਉਂਕਿ ਸਾਡੇ ਪਿਓ ਨੇ ਇੰਜ ਕਿਹਾ ਹੈ ਸਾਡਾ ਤੇ ਵਿਰਸਾ ਹੀ ਸ਼ਾਹਦਤ ਹੈ ਭਾਈ ਨਹੀਂ ਇਹਦੇ ਇਹਦੇ ਇਹਦੀਆਂ ਉਦਾਹਰਨਾਂ ਇਸ ਦੌਰ ਦੇ ਅੰਦਰ ਵੀ ਮਿਲਦੀਆਂ ਨੇ ਜਦੋਂ 350 ਸਾਲਾ ਗੁਰਗੋਬਿੰਦ ਸਿੰਘ ਪਾਤਸ਼ਾਹ ਦਾ ਪਟਨਾ ਦੇ ਵਿੱਚ ਮਨਾਇਆ ਗਿਆ ਤੇ ਉੱਥੇ ਜਿੰਨਾ ਜਿੰਨਾ ਲੋਕਾਂ ਨੂੰ ਮੈਂ ਮਿਲਿਆ ਉਹ ਸਾਰੇ ਗੈਰ ਸਿੱਖ ਸਨ ਆਪਾਂ ਗੈਰ ਸਿੱਖ ਕਹਿਣਾ ਵੀ ਵੈਸੇ ਅਜੀਬ ਲੱਗੇਗਾ ਪਰ ਇੱਕ ਸਮਝਾਉਣ ਦੇ ਹਿਸਾਬ ਦੇ ਨਾਲ ਜੇ ਗੱਲ ਕਰਨੀ ਪਵੇ ਮਿਸਾਲ ਦੇ ਤੌਰ ਤੇ ਉਹ ਸਰੂਪਤਰੀ ਸਿੱਖ ਨਹੀਂ ਹਨ ਬਿਲਕੁਲ ਉਹ ਉਹਨਾਂ ਦੇ ਵਿੱਚ ਇੰਨਾ ਪਿਆਰ ਹੈ ਡਾਕਟਰ ਸਾਹਿਬ ਜਿਵੇਂ ਪੰਜਾਬ ਤੋਂ ਸੰਗਤਾਂ ਜਾਂਦੀਆਂ ਉਹਨਾਂ ਦੀ ਪ੍ਰਾਇਓਰਟੀ ਦਾ ਧਿਆਨ ਰੱਖਦੇ ਨੇ ਕਿ ਇਹਨਾਂ ਨੇ ਛੇਤੀ ਲੰਗਰ ਛਕਣਾ ਹੈ ਛੇਤੀ ਮੱਥਾ ਟੇਕਣਾ ਹੈ ਤੇ ਮੈਂ ਬਹੁਤ ਸਾਰੇ ਅਜਿਹੇ ਬੰਦਿਆਂ ਨੂੰ ਮਿਲਿਆ ਕਿ ਮੰਨ ਲਓ ਕਿ ਰਿਪੋਰਟਿੰਗ ਦੇ ਦੌਰਾਨ ਮੈਂ ਉਹਨਾਂ ਨੂੰ ਦੇਖਿਆ ਕਿ ਲਾਈਨ 'ਚ ਲੱਗੇ ਹੋਏ ਨੇ 4 ਵਜੇ ਦਾ ਸਮਾਂ ਸ਼ਾਮ ਦਾ ਤੇ ਜਦੋਂ ਮੈਂ ਕੰਮ ਕਰਕੇ ਦੂਸਰੇ ਪਾਸੇ ਤੋਂ ਰਿਪੋਰਟਿੰਗ ਕਰਕੇ 3 ਘੰਟੇ ਬਾਅਦ ਆ ਰਿਹਾ ਹਾਂ ਤਾਂ ਲਾਈਨ ਬਹੁਤ ਜ਼ਿਆਦਾ ਲੰਮੀ ਹੈ ਤੇ ਉਹ ਬਿਲਕੁਲ ਉਹਦੇ ਗੁਰਦੁਆਰਾ ਸਾਹਿਬ ਦੇ ਨੇੜੇ ਪਹੁੰਚੇ ਹੋਏ ਆ ਉਦੋਂ 8 ਵਜੇ ਹੋਏ ਯਾਨੀ ਕਿ ਉਹ 3-4 ਘੰਟੇ ਮੱਥਾ ਟੇਕਣ ਦੀ ਵੀ ਉਡੀਕ ਕਰ ਰਹੇ ਨੇ ਲੰਗਰ ਛਕਣ ਦੀ ਉਡੀਕ ਕਰ ਰਹੇ ਨੇ ਉਹਨਾਂ ਦੇ ਅੰਦਰ ਇਹਨਾਂ ਸਹਿਜ ਹੈ ਤੇ ਦੂਸਰਾ ਇਸੇ ਤਰ੍ਹਾਂ ਗੁਰਦਾਰ ਪਟਨਾ ਸਾਹਿਬ ਦੀ ਦਰਸ਼ਨ ਡਿਊਟੀ ਦੇ ਨਾਲ ਮਸਜਿਦ ਹੈ 400 450 ਸਾਲ ਪੁਰਾਣੀ ਮਸਜਿਦ ਹੈ ਹੈਰੀਟੇਜ ਦੇ ਅੰਡਰ ਹੁੰਦੀ ਹੈ ਮੰਨਿਆ ਜਾਂਦਾ ਹੈ ਕਿ ਜਦੋਂ ਪੀਰ ਪੀ ਖਨਸ਼ਾ ਗਏ ਤੇ ਉਹ ਉਸ ਰਾਤ ਉੱਥੇ ਠਹਿਰੇ ਪਹਿਲੀ ਰਾਤ ਕਿਉਂਕਿ ਯਕੀਨ ਨਹੀਂ ਸੀ ਕਿ ਪਤਾ ਨਹੀਂ ਕਿਸ ਤਰ੍ਹਾਂ ਦੇ ਸੱਜਣ ਆਏ ਨੇ ਹੌਲੀ ਹੌਲੀ ਯਕੀਨ ਹੋਇਆ ਤੇ ਉਹ ਠਹਿਰੇ ਉੱਥੋਂ ਦੇ ਦੋ ਮੁੰਡੇ 16 ਸਾਲ ਇੱਕ 18 ਸਾਲ ਦੇ ਮੁੰਡੇ ਮੈਨੂੰ ਮਿਲੇ ਉਹ ਮੈਨੂੰ ਇਹ ਦੱਸਦੇ ਆ ਕਿ ਜਦੋਂ ਵੀ ਪਟਨਾ ਸ਼ਹਿਰ ਦੇ ਅੰਦਰ ਗੁਰਪੁਰਬ ਹੁੰਦਾ ਆ ਤੇ ਉਹ ਵਲੰਟੀਰੀ ਇਸੇ ਤਰ੍ਹਾਂ ਹਰ ਸਾਲ ਸੇਵਾ ਕਰਦੇ ਨੇ ਮੁਸਲਮਾਨ ਬੰਦੇ ਸੇਵਾ ਕਰ ਰਹੇ ਨੇ ਹਿੰਦੂ ਬੰਦੇ ਸੇਵਾ ਕਰ ਰਹੇ ਨੇ ਸੋ ਇਹ ਇੰਜ ਹੈ ਕਿ ਸਿੱਖੀ ਦੀ ਖੂਬਸੂਰਤੀ ਹੈ ਜੀ ਗੁਰੂ ਗ੍ਰੰਥ ਸਾਹਿਬ ਦੀ ਖੂਬਸੂਰਤੀ ਹੈ ਕਿ ਇਹਦੇ ਵਿੱਚ 36 ਦੇਵੀ ਮਹਾਂਪੁਰਖਾਂ ਦਾ ਦੇਵੀ ਨਾਲ ਹੈ ਬਿਲਕੁਲ ਮੈਂ ਤੁਹਾਨੂੰ ਫਿਰ ਕਿਹਾ ਸੀ ਕਿ ਮੈਂ ਲੈਬ 'ਚ ਬੈਠਾ ਜੀ ਇੱਕ ਜਮਦੀਦ ਗੱਲ ਨਹੀਂ ਕਰ ਰਿਹਾ ਕਿ ਸਰਬਜਿੰਦਰ ਦਾ ਸੁਮੇਸਿਕਾ ਗੁਰੂ ਨਾਨਕ ਪਾਸ਼ਾ ਦਾ ਪੁੱਤ ਹੈ ਮੈਂ ਦਾਵਾ ਇਹਨਾਂ ਕਰਦਾ ਕਿ ਬਾਬਾ ਨਾਨਕ ਮੇਰਾ ਹੀ ਹੈ ਜੀ ਇਹ ਮੇਰਾ ਮੇਰੀ ਹੀ ਮੁਹੱਬਤ ਹੈ ਹਰ ਜਿਹੜਾ ਮਹਿਬੂਬ ਨੂੰ ਪਿਆਰ ਕਰ ਲਈ ਜਿਹਦੀ ਉਹਦੀ ਮੁਹੱਬਤ ਹੁੰਦੀ ਉਹ ਕਿਦੀ ਮੇਰਾ ਹੈ ਉਹ ਦੂਜੇ ਨਾਲ ਸ਼ੇਅਰ ਨਹੀਂ ਕਰ ਸਕਦੀ ਹਾਲਾਂਕਿ ਉਹ ਸਰਬਤਰ ਦਾ ਹੈ ਪਰ ਮੈਨੂੰ ਲੱਗਦਾ ਹੈ ਕਿ ਮੈਂ ਬਾਬੇ ਨਾਨਕ ਦਾ ਪੁੱਤਰ ਹੈ ਮੇਰਾ ਮੇਰੀ ਮੁਹੱਬਤ ਹੈ ਪਰ ਇਸ ਦੇ ਬਾਵਜੂਦ ਮੈਂ ਜਿਹੜਾ ਹੈ ਲੈਬੋਰੀਟਰੀ 'ਚ ਬੈਠਾ ਜਦੋਂ ਤੇ ਮੈਨੂੰ ਉਸ ਤਰ੍ਹਾਂ ਦੀ ਗੱਲ ਕਰਨੀ ਪੈਗੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੁਸੀਂ ਵੇਖੋ ਕਿ ਕਿੰਨੀ ਬੰਧਤਾ ਹੈ ਬਿਲਕੁਲ ਪਿੰਨਤਾ ਨਹੀਂ ਪਿੰਨਤਾ ਵੰਡਦੀ ਹੈ ਉਹ ਬਿੰਨਤਾ ਜੋੜਦੀ ਹੈ ਆ ਰੁੱਖ ਨੇ ਵੇਖੋ ਚਾਰ ਚੁਫੇਰੇ ਤੁਹਾਡੇ ਕਿੰਨੇ ਰੰਗ ਨੇ ਜੇ ਸਪੋਜ ਤੁਹਾਡਾ ਤੇ ਮੇਰਾ ਤੇ ਇਹ ਸਿੰਘ ਦਾ ਮੂੰਹ ਇੱਕੋ ਜਿਹਾ ਹੁੰਦਾ ਤੇ ਸਾਨੂੰ ਪਿਆਰ ਹੀ ਨਹੀਂ ਨਹੀਂ ਹੁੰਦਾ ਇੱਕ ਦੂਜੇ ਬਿਲਕੁਲ ਅਸੀਂ ਇੱਕ ਦੂਜੇ ਨੂੰ ਇੱਕ ਦੂਜੇ ਨੂੰ ਅਜੀਬ ਲੱਗਣੇ ਸ਼ੁਰੂ ਹੋ ਜਾਣਾ ਸੀ ਕਿ ਕਿ ਅਸੀਂ ਇੱਕ ਦੂਜੇ ਨੂੰ ਮੁਹੱਬਤ ਇਸ ਕਰਕੇ ਕਰਦੇ ਆ ਸਾਨੂੰ ਫੁੱਲ ਇਸ ਕਰਕੇ ਸੋਹਣੇ ਲੱਗਦੇ ਨੇ ਸਾਨੂੰ ਫਰੂਟ ਇਸ ਕਰਕੇ ਸੋਹਣੇ ਲੱਗਦੇ ਨੇ ਕਿ ਉਹ ਵੱਖੋ ਵੱਖਰੇ ਰੰਗ ਵੱਖੋ ਵੱਖਰੇ ਸਵਾਦ ਵੱਖੋ ਵੱਖਰੀ ਮਹਿਕ ਦੇ ਨੇ ਹਮ ਮੇਰਾ ਮੂੰਹ ਤੁਹਾਡਾ ਇਸ ਕਰਕੇ ਬਕਰਾ ਹੈ ਕਿ ਇੰਜੀਨੀਅਰ ਹੈ ਨਾ ਜੀ ਇੰਜੀਨੀਅਰ ਜਰੂਰ ਡਿਜ਼ਾਈਨ ਕਰਦਾ ਹੈ ਤੇ ਉਹਦੀ ਸੀਮਾ ਹੈ ਬਿਲਕੁਲ ਉਹ ਤਿੰਨ ਜਾਂ ਚਾਰ ਡਿਜ਼ਾਈਨ ਬਣਾਉਂਗਾ ਮੁੜ ਕੇ ਉਹਨਾਂ ਨੂੰ ਇਧਰ ਇਧਰ ਕਰੀ ਜਾਊਗਾ ਪਰ ਉਹ ਜਿਹੜਾ ਅਸਮਾਨਾ ਦੇ ਵਿੱਚ ਬੈਠਾ ਹੈ ਉਹ ਏਡਾ ਵੱਡਾ ਡਿਜ਼ਾਈਨਰ ਹੈ ਕਿ ਉਹਨੇ ਅਰਬਾਂ ਬੰਦੇ ਅਰਬਾਂ ਡਿਜ਼ਾਈਨ ਕਰ ਦਿੱਤੇ ਇੱਕ ਡਿਜ਼ਾਈਨ ਦੂਜੇ ਨਾਲ ਨਹੀਂ ਮਿਲਦਾ ਤੇ ਮਹੱਬਤ ਦੀ ਇਹ ਮਹੱਬਤ ਦੀ ਸਿਖਰ ਹੀ ਹੈ ਕਿ ਏਵੀ ਉਚਾਰਨਾ ਹੈ ਕਿ ਅਵਲਲਲਾ ਨੂਰ ਪਾਇਆ ਏਵੀ ਉਚਾਰਨਾ ਹੈ ਕਿ ਇੱਕ ਸਪੀਤਾ ਇੱਕ ਸਕੇਮ ਬਾਰਕ ਏਵੀ ਉਚਾਰਨਾ ਹੈ ਕਿ ਮਾਨਸ ਕੀ ਜਾ ਸਭੈ ਇੱਕੋ ਪਹਿਚਾਨ ਬਣੋ ਸਾਨੂੰ ਤੇ ਪਹਿਰ ਪਹਿਰ ਤੇ ਜੋ ਮੁਹੱਬਤ ਦੀਆਂ ਨਿਸ਼ਾਨਦੇਹੀਆਂ ਮਿਲੀਆਂ ਹੋਈਆਂ ਨੇ ਤੇ ਇਹ ਇਸੇ ਕਰਕੇ ਪਾਸ਼ਾ ਗੁਰੂ ਜਦੋਂ ਹੁਕਮ ਕਰਦੇ ਨੇ ਕਿ ਰੰਗ ਪਰੰਗ ਅਪਾਰ ਜਨਾ ਕਿ ਅਪਾਰ ਰੰਗ ਨੇ ਰੰਗ ਪਰੰਗ ਅਪਾਰ ਜਨਾ ਤੇ ਅਸੀਂ ਉਹਨਾਂ ਨੂੰ ਕਲਾਵੇਚ ਲੈਣਾ ਹੈ ਬਿਲਕੁਲ ਦੁਨੀਆ ਦਾ ਤੁਹਾਡੀ ਮਾਰਫਤ ਮੈਂ ਕਰਨ ਕਿ ਕੁੱਲ ਸੰਸਾਰ ਦੇ ਲੋਕਾਂ ਨੂੰ ਮੇਰੀ ਇਹ ਹੰਬਲ ਰਿਕੁਐਸਟ ਹੈ ਖਾਸ ਕਰਕੇ ਹਿੰਦੁਸਤਾਨ ਕਿ ਜੇ ਸਰਵਾਈਵਲ ਤੁਹਾਡੀ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਬਚੇ ਰਹਿਣਾ ਹੈ ਜੀ ਤੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਮਾਡਲ ਤੇ ਉਹਦਾ ਸਿਧਾਂਤ ਅਡਾਪਟ ਕਰਨਾ ਪਏਗਾ ਪਾਤਸ਼ਾਹ ਨੇ ਐਵੇਂ ਨਹੀਂ ਚੁੱਕੀ ਵਿੱਚ 36 ਮਪਾਤੇ ਕੇਵਲ ਛੇ ਨੇ ਗੁਰੂ ਪਾਤਸ਼ਾਹ ਬਿਲਕੁਲ ਫਿਰ ਛੇ ਹੀ ਹੁੰਦੇ ਬਾਕੀ ਬਾਕੀ ਨਹੀਂ ਬਣੀ ਕੋਈ ਪਾਈ ਕੀ ਇਸ ਕਰਕੇ ਨੇ ਕਿ ਲੋਕਾਂ ਨੂੰ ਪਤਾ ਲੱਗ ਜਾਏ ਕਿ ਇਹ ਪੈਗੰਬਰੀ ਅਜਮਤ ਇਹ ਰੱਬ ਦੇ ਰੂਪ ਰੱਬ ਦੇ ਬੰਦੇ ਕਿਸੇ ਵੀ ਕੋਨੇ ਵਿੱਚ ਕਿਸੇ ਵੀ ਧਰਮ ਵਿੱਚ ਕਿਸੇ ਵੀ ਸਭਿਆਚਾਰ ਵਿੱਚ ਪੈਦਾ ਹੁੰਦੇ ਨੇ ਤੇ ਉਹ ਰੱਬ ਦੇ ਬੰਦੇ ਜਦੋਂ ਪੈਦਾ ਹੁੰਦੇ ਨੇ ਉਹ ਭਾਵੇਂ ਨਾਮਦੇਵ ਜਿਹੜਾ ਹੈ ਉਹ ਦੱਖਣ ਚ ਪੈਦਾ ਹੋਇਆ ਤੇ ਭਾਵੇਂ ਜੈਦੇਵ ਪੂਰਬ ਚ ਪੈਦਾ ਹੋਇਆ ਹੋਵੇ ਤੇ ਭਾਵੇਂ ਬਾਬਾ ਫਰੀਦ ਪੱਛਮ ਚ ਪੈਦਾ ਹੋਏ ਗੁਰੂ ਪਾਸ਼ਾ ਕੜਿੰਗੜੀ ਪੋਂਦਾ ਹੈ ਜੀ ਕੜਿੰਗੜੀ ਕੋਈ ਪੋਂਦਾ ਵੇਖਿਆ ਵੰਡ ਦੇ ਵੇਖੇ ਨੇ ਪਰ ਬਾਬਾ ਨਾਨਕ ਤੇ ਕੜਿੰਗੜੀ ਪਾ ਜੈਦੇਵ ਲਈ ਜੀ ਬਾਬਾ ਫਰੀਦ ਜਿਹੜਾ ਹੈ ਉਹ ਕੀ ਹੈ ਕਾਫਰ ਹੈ ਸੌਰੀ ਜਿਹੜਾ ਹੈ ਉਹ ਮਲੇਸ਼ ਹੈ ਤੇ ਬਾਬੇ ਫਰੀਦ ਲਈ ਜੈ ਦੇਵ ਕਾਫਰ ਹੈ ਜੀ ਹੁਣ ਇੰ ਇੰਨਾ ਵੱਡੀ ਤੇ ਇੱਕ ਦੂਜੇ ਨਫ਼ਰਤ ਸੀ ਪਰ ਗੁਰੂ ਪਾਤਸ਼ਾਹ ਦੋਵੇਂ ਕੀ ਕਰ ਜੱਫੀ ਪਾਉਂਦੇ ਨੇ ਬਿਲਕੁਲ ਪਤਾ ਹੀ ਨਹੀਂ ਲੱਗਦਾ ਕਾਫਰ ਕਿਹੜਾ ਹੈ ਤੇ ਮਲੇਸ਼ ਕਿਹੜਾ ਹੈ ਇੱਕ ਹੋ ਜਾਂਦੇ ਨੇ ਇਹ ਵੀ ਖੂਬਸੂਰਤ ਚੀਜ਼ ਹੈ ਕਿ ਬਾਬਾ ਫਰੀਦ ਤਾ ਗੁਰਨਾਨਕ ਪਾਸ਼ਾ ਤੋਂ ਪਹਿਲਾਂ ਹੀ 1268 ਦੇ ਵਿੱਚ ਚਲੇ ਗਏ ਨੇ ਗੁਰਨਾਨਕ ਪਾਸ਼ਾ 1469 ਚੋਂਦੇ ਨੇ ਪਰ ਕਹਿੰਦੇ ਵੀ ਜਦੋਂ ਗੁਰਨਾਨਕ ਪਾਸ਼ਾ ਬਾਬਾ ਫਰੀਦ ਦੇ ਅੱਗੋਂ ਪੀੜੀ ਦੇ ਵਿੱਚ ਬਾਬਾ ਸ਼ੇਖ ਇਬਰਾਹਿਮ ਕੋਲ ਗਏ ਤੇ ਕਹਿੰਦੇ ਸ਼ੇਖ ਇਬਰਾਹਿਮ ਸਾਹਿਬ ਨੇ ਉਸੇ ਵਿਸ਼ਵਾਸ ਦੇ ਨਾਲ ਉਹਨਾਂ ਨੂੰ ਬਾਬਾ ਫਰੀਦ ਦੀ ਸਾਰੀ ਬਾਣੀ ਉਹਨਾਂ ਨੂੰ ਹਵਾਲੇ ਕੀਤੀ। ਹਵਾਲੇ ਕੀਤੀ। ਕਿਉਂਕਿ ਇਹ ਵੱਡੇ ਰੂਹ ਵੱਡੀਆਂ ਰੂਹਾਂ ਨੇ ਨਾ ਸ਼ੇਖ ਫਰੀਦ ਦੀ ਗੱਦੀ ਤੇ ਬਹਿਣਾ ਕੋਈ ਸਰਬਜਿੰਦਰ ਤੇ ਬਹਿਣ ਨਾਲੋਂ ਜ਼ਿਆਦਾ ਢਿੱਲੋਂ ਤੇ ਕੋਈ ਤੁਸੀਂ ਨਹੀਂ ਬਹਿ ਸਕਦੇ। ਬਿਲਕੁਲ। ਉਹ ਤੇ ਓਡੀ ਫਲਾਈਟ ਵਾਲਾ ਬੰਦਾ ਹੋਏਗਾ ਨਾ। ਤੇ ਜਦੋਂ ਓਡੀ ਫਲਾਈਟ ਵਾਲਾ ਹੈਗਾ ਤੇ ਜਦੋਂ ਗੁਰਨਾਨਕ ਪਾਸ਼ਾ ਦੀ ਅੱਖਾਂ ਚੱਖਾਂ ਪਾਈਆਂ ਹੋਣਗੀਆਂ ਤੁਹਾਨੂੰ ਮੈਂ ਇੱਕ ਇਨਸੀਡੈਂਟ ਦੱਸਦਾ ਜਿਹੜਾ ਬੜਾ ਖੂਬਸੂਰਤ ਹੈ ਅਸੀਂ ਮੰਦ ਕਰਦੇ ਨਹੀਂ ਅਸੀਂ ਬਾਬਾ ਕੌਡਾ ਜੀ ਨੂੰ ਇਹ ਕਰਤਾ ਅਜੀਬ ਕਹੀ ਜਾਂਦੇ ਆ ਕਿ ਕੌਡਾ ਰਾਖਸ਼ ਉਹ ਯਾਰੋ ਹੱਦ ਹੋ ਗਈ ਕਿ ਕੌਡਾ ਰਾਖਸ਼ ਹੈ ਕੋਣ ਹੈ ਕੌਡੇ ਰਾਖਸ਼ ਜੇ ਜਾ ਕੇ ਵੇਖੋ ਐਮਪੀ ਦੇ ਮਧ ਪ੍ਰਦੇਸ਼ ਦੇ ਵਿੱਚ ਹੂੰ ਹੁਣ ਥੋੜਾ ਉਹ ਗੁਰਦੁਆਰਾ ਬਣਾਤਾ ਨਹੀਂ ਤਾਂ ਬੜਾ ਮਾੜਾ ਹਾਲ ਸੀ ਜੀ ਕੀ ਹੈ ਕਿ ਕੌਡੇ ਨਾਲ ਇਨਜਸਟਿਸ ਹੋਇਆ ਹੈ ਸੋਸਾਇਟੀ ਜੋ ਕਿ ਕਉਡੇ ਦੀ ਮਾਂ ਸੀ ਬਲੌਗ ਚ ਟੂ ਹਾਇਰ ਕਲਾਸ ਐਂਡ ਫਾਦਰ ਬਲੌਗ ਚ ਲੋਅਰ ਕਲਾਸ ਇਨਜਸਟਿਸ ਹੋਇਆ ਹੈ ਪਿਆਰ ਨਹੀਂ ਮਿਲਿਆ ਤੇ ਉਹ ਫਿਰ ਜੰਗਲ ਚ ਚਲੇ ਗਿਆ ਉੱਥੇ ਤੜੀ ਜਿਵੇਂ ਚੰਬਲ ਦੇ ਡਾਕੂ ਆਪਾਂ ਫਿਲਮਾਂ ਨਹੀਂ ਵੇਖੀ ਬਿਲਕੁਲ ਉਹ ਕਹਿੰਦਾ ਕੋਈ ਨਹੀਂ ਫਿਰ ਅਲੀਟ ਆਵੇ ਸਹੀ ਹਮ ਜਿਹੜਾ ਅਲੀਟ ਆਊ ਮੈਂ ਗੱਲ ਗੱਲ ਫੜੂੰਗਾ ਜੀ ਗੁਰੂ ਨਾਨਕ ਪਾਤਸ਼ਾਹ ਨੋ ਇੰਗਲੀਸ਼ ਗੋਇੰਗ ਯਾਰ ਗੁਰੂ ਪਾਚਨ ਪਤਾ ਹੈ ਕਿ ਉੱਥੇ ਜਾਗਿਆ ਬੰਦਾ ਹੈ ਜਿਹਦੇ ਅੰਦਰ ਅੰਦਰ ਨੀਂਦ ਭਰੀ ਹੈ ਉਹਨੂੰ ਲਾਉਣਾ ਹੈ ਉੱਥੋਂ ਏ ਬਿਲਕੁਲ ਤੇ ਗੁਰੂ ਪਾਤਸ਼ਾਹ ਕਹਿੰਦੇ ਜਦੋਂ ਉਹ ਜੰਗਲ ਚ ਗਏ ਉਥੋਂ ਦੀ ਲੋਕਾਂ ਦੀ ਟਰੈਡੀਸ਼ਨ ਸਾਡੀ ਰਵਾਇਤ ਹੋ ਰਹੀ ਸਾਡੀਆਂ ਸਾਖੀਆਂ ਦੀ ਰਵਾਇਤ ਵੀ ਹੋ ਰਹੀ ਪਰ ਉਹਨਾਂ ਉਹਨਾਂ ਕਿਉਂਕਿ ਮੈਂ ਉਹਨਾਂ ਲੋਕਾਂ ਚ ਰਹਿ ਕੇ ਆਇਆ ਮੈਂ ਪ੍ਰੋਜੈਕਟ ਕੀਤਾ ਹੈ ਸੈਂਟਰ ਗਵਰਨਮੈਂਟ ਦਾ ਬਿਲਕੁਲ ਉਹ ਸਾਰਾ ਪ੍ਰੋਜੈਕਟ ਜਿਹੜਾ ਸੀ ਉਹ ਸੈਂਟਰ ਗਵਰਨਮੈਂਟ ਦੀ ਮਿਨੋਰਟੀ ਕਮਿਸ਼ਨ ਨੂੰ ਕਰਾਇਆ ਗਿਆ ਸੀ ਤੇ ਉਹਦੇ ਵਿੱਚ ਕੀ ਹੈ ਕਿ ਉਹ ਲੋਕਾਂ ਨੇ ਰੋਕਿਆ ਕਿ ਅੱਗੇ ਕੌਡਾ ਹੈ ਸਰਵਾਢ ਲਿੰਦਾ ਪਰ ਪਾਤਸ਼ਾਹ ਤੇ ਜੱਲੀ ਉਰਕੋ ਸੀ ਤੇ ਕਹਿੰਦੇ ਉੱਥੇ ਇੱਕ ਸੈਂਟੈਂਸ ਬੋਲਿਆ ਇੱਕ ਵਾਕ ਸੀ ਉਹ ਵਾਕ ਮਹਾਵਾਕ ਕਿਵੇਂ ਹੁੰਦੇ ਨੇ ਉਹਨੇ ਕਿਹਾ ਗੁਰੂ ਨਾਨਕ ਪਾਸ਼ਾ ਨੂੰ ਕੋਡਾ ਸੰਬੋਧਿਤ ਹੈ ਓਏ ਤੂੰ ਬੰਦਾ ਤੇ ਨਹੀਂ ਕੋਡਾ ਕਹਿ ਰਿਹਾ ਹੈ ਓਏ ਤੂੰ ਬੰਦਾ ਤੇ ਨਹੀਂ ਲੋਕ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਮਰ ਜਾਂਦੇ ਨੇ ਮੈਂ ਤੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਮਰ ਗਿਆ ਹਾਂ ਅੱਜ ਤੋਂ ਬਾਅਦ ਮੈਂ ਤੇਰਾ ਬੰਦਾ ਤੇ ਪਾਸ਼ਾ ਨੇ ਉਸ ਨੂੰ ਗੱਡਣ ਲਾ ਕੇ ਆਪਣਾ ਨਾਦੀ ਪੁੱਤ ਬਣਾਇਆ ਤੇ ਉਸ ਨਾਦੀ ਪੁੱਤ ਦੀ ਜਿਹੜੀ ਕੰਟਰੀਬਿਊਸ਼ਨ ਹੈ ਉਹ ਹੀ ਹੈ ਕਿ ਤੁਰ ਦੱਖਣ ਤੋਂ ਲੈ ਕੇ ਤੁਰ ਪੂਰਬ ਤੱਕ ਜਿੰਨੇ ਵੀ ਇਹ ਤੁਹਾਡੇ ਜਿਨ੍ਹਾਂ ਨੂੰ ਤੁਸੀਂ ਸਿੱਖ ਕਹਿੰਦੇ ਸੀ ਕਿ ਇਚਾਰਾ ਮਿਲਦੇ ਨੇ ਇੱਕ ਕੌਡੇ ਦੀ ਜਿਹੜੀ ਹੈ ਬਖਸ਼ਿਸ਼ ਹੈ ਜਿਹੜੀ ਨਾਨਕ ਸੱਚੇ ਪਾਤਸ਼ਾਹ ਨੇ ਕੀਤੀ ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਦੀ ਉਸ ਸਿੱਖ ਨੇ ਉਹ ਗੁਰੂ ਨਾਨਕ ਪਾਤਸ਼ਾਹ ਨੂੰ ਰੱਬ ਮੰਨਦੇ ਨੇ ਉਹ ਉਹਨਾਂ ਦਾ ਪੀਰ ਹੈ ਸੋ ਪਾਤਸ਼ਾਹ ਹਜ਼ੂਰ ਦੀਆਂ ਯਾਤਰਾਵਾਂ ਮੀ ਜਿਹੜੀਆਂ ਸੀ ਉਹਨਾਂ ਨੂੰ ਸਨਮੁਖ ਸੰ ਤੇ ਉਹ ਹਿਊਮੈਨਿਟੀ ਦੀ ਗੱਲ ਹੈ ਜੀ ਸਿੱਖੀ ਨੇ ਸਰਬੱਤ ਦਾ ਸੰਸਾਰ ਨੂੰ ਸੱਚਖੰਡ ਵਿੱਚ ਤਬਦੀਲ ਕਰਨਾ ਹੈ ਤੋ ਸਤਖੰਡ ਕੀ ਹੈ ਕੋਈ ਸਮਾਨਾ ਦੇ ਵਿੱਚ ਪਲੇਸ ਨਹੀਂ ਹੈ ਹੂੰ ਉਹ ਤਾਂ ਜਿਸ ਨੂੰ ਅਸੀਂ ਬੇਗਮ ਪੁਰਾਟੀ ਨੇ ਜਿੱਥੇ ਨਾ ਦੁੱਖ ਨਾ ਭੁੱਖ ਨਾ ਰੋਗ ਤੇ ਇਹ ਦੁੱਖ ਨਾ ਭੁੱਖ ਨਾ ਰੋਗ ਦੀ ਜਿਹੜੀ ਗਿਆ ਅਸੀਂ ਕਹਿੰਦੇ ਕਿ ਆਇਆ ਕਿਉਂ ਨਹੀਂ ਇਸ ਕਰਕੇ ਇਸ ਕਰਕੇ ਨਹੀਂ ਆਇਆ ਕਿਉਂਕਿ ਸਿੱਖਾਂ ਦੀ ਕਮਜ਼ੋਰੀ ਹੈ ਜੀ ਅਸੀਂ ਸਿੱਖ ਵੰਡ ਦਰ ਵੰਡ ਟੁਕੜ ਵੰਡ ਵਿੱਚ ਤਬਦੀਲ ਹੋ ਚੁੱਕੇ ਹਾਂ ਬਿਲਕੁਲ ਅਸੀਂ ਇੰਨੇ ਕ ਆਪਣੇ ਹਿੱਸੇ ਕਰ ਲਏ ਨੇ ਅਸੀਂ ਇੱਕ ਗੱਲ ਕਹਿੰਦੇ ਨਹੀਂ ਕਿ ਬਾਬਾ ਨਾਨਕ ਸਾਡਾ ਪਿਓ ਹੈ ਜੇ ਤੁਹਾਡਾ ਬਾਬਾ ਨਾਨਕ ਪਿਓ ਹੋਊਗਾ ਗੱਲ ਹੀ ਮੁੱਕ ਗਈ ਸਾਰੇ ਤੁਹਾਡੇ ਹੋਗੇ ਬਿਲਕੁਲ ਜਦੋਂ ਤੁਸੀਂ ਵੱਖ-ਵੱਖ ਫਿਰਕਿਆਂ ਕਬੀਲਿਆਂ ਭਾਈਚਾਰਿਆਂ ਕੌਮਾਂ ਜੱਟਾਂ ਫੁਲਾਨਿਆਂ ਪਾਪਿਆਂ ਲਬਾਣਿਆਂ ਦੇ ਵਿੱਚ ਵੰਡੀ ਜਾਓਗੇ ਤੇ ਫਿਰ ਸਮੱਸਿਆਵਾਂ ਫੇਸ ਕਰਨੀਆਂ ਪੈਣਗੀਆਂ ਗੁਰੂ ਨਾਨਕਵਾਲ ਗੁਰੂ ਨਾਨਕ ਸੱਚੇ ਪਾਤਸ਼ਾਹ ਹਜ਼ੂਰਵਾਲ ਜਦੋਂ ਤੁਸੀਂ ਪੇਟ ਕਰ ਲੋਗੇ ਤੇ ਗੁਰੂ ਨਾਨਕ ਪਾਤਸ਼ਾਹ ਨੂੰ ਕੋਈ ਫਰਕ ਨਹੀਂ ਪੈਣਾ ਪਰ ਜਿੱਦਣ ਉਹਨਾਂ ਨੇ ਪੇਟ ਕਰ ਲਈ ਸਾਡੇ ਪੱਲੇ ਕੁਝ ਨਹੀਂ ਰਹਿਣਾ ਜੀ ਤੋਂ ਪਾਤਸ਼ਾਹ ਗੁਰਦੇਵ ਸਾਹਿਬ ਪਟਨੇ ਹੀ ਆਪਣਾ ਪਰਿਵਾਰ ਛੱਡਿਆ ਤੇ ਪਹੁੰਚੇ ਕਿੱਥੇ ਨੇ ਟਾਕੇ ਜੀ ਟਾਕਾ ਜਿਹੜਾ ਸੀ ਹਿੰਦੂਆਂ ਦਾ ਇੱਕ ਬਹੁਤ ਵੱਡਾ ਪਲੇਸ ਟਾਕੈਸ਼ਵਰੀ ਮੰਦਿਰ ਸੀ ਉੱਥੇ ਆ ਸਰ ਜੀ ਟਾਕੈਸ਼ਵਰੀ ਮਾਤਾ ਦਾ ਮੰਦਿਰ ਸੀ ਲੋਕੀ ਪੂਜਾ ਕਰਦੇ ਸੀ ਟਾਕੇ ਦੇ ਲੋਕ ਲੈਣ ਆਏ ਪਟਨਾ ਸਾਹਿਬ ਆਇਆ ਇਸਟੋਰੀਕਲ ਫੈਕਟ ਹੈ ਬਿਲਕੁਲ ਇਹਦਾ ਮਤਲਬ ਹੈ ਕਿ ਗੁਰੂ ਨਾਨਕ ਸੱਚਾ ਪਾਤਸ਼ਾਹ ਉੱਥੇ ਉੱਥੇ ਘੁੰਮ ਰਿਹਾ ਹੈ ਬਿਲਕੁਲ ਐਵੇਂ ਨਹੀਂ ਆ ਗਿਆ ਉਹ ਕਿ ਉਹਨਾਂ ਪਰ ਲੱਗ ਗਿਆ ਕਿ ਉਹ ਪਟਨਾ ਸਾਹਿਬ ਆ ਗਏ ਲੈ ਕੇ ਗਏ ਨੇ ਉਥੇ ਵੀ ਗੁਰਦੁਆਰਾ ਸੰਗਤ ਟੋਲਾ ਹੂੰ ਗੁਰੂ ਨਾਨਕ ਪਾਤਸ਼ਾਹ ਦੇ ਗੁਰਦੁਆਰਾ ਗੁਰਦੁਆਰਾ ਸੰਗਤ ਟੋਲਾ ਜਿਹੜਾ ਹੈ ਉਹ ਇੱਕ ਘਰ ਸੀ ਪਾਸ਼ਾ ਜਦੋਂ ਗਏ ਤਾਂ ਉੱਥੇ ਵੀ ਐਗਜੈਕਟ ਉਹੀ ਹੈ ਜਿਹੜੀ ਜਿਹੜਾ ਮਾਈ ਦਾ ਜੋਦੇ ਨਾਲ ਡੱਲੇ ਇੱਥੇ ਮੈਂ ਤੁਹਾਨੂੰ ਦੱਸਿਆ ਸੀ ਅਮਰਸਾਦ ਨੇੜੇ ਵਾਪਰੇ ਆ ਉੱਥੇ ਮਾਤਾ ਰੋਟੀਆਂ ਬਗਾ ਰਹੀ ਕਹਿੰਦੇ ਤੇ ਉਹ ਗੁਰੂ ਨਾਨਕ ਦੇ ਸ਼ਬਦ ਗਾ ਰਹੀ ਹੈ ਕਿ ਉਹਨੇ ਆਉਣਾ ਹੈ ਉਹਨੇ ਆਉਣਾ ਹੈ ਬਿਲਕੁਲ ਉਹਨੇ ਦਰਵਾਜ਼ਾ ਪਾਸ਼ਾ ਨੇ ਖੜਕਾਇਆ ਐਗਜੈਕਟਲੀ ਉਹਨੂੰ ਜੀ ਦਰਵਾਜ਼ਾ ਉਹ ਕਹਿੰਦੀ ਮੇਰੇ ਕੋਲ ਵੇਲ ਨਹੀਂਗਾ ਪਾਸ਼ਾ ਨੇ ਆਉਣਾ ਹੂੰ ਤੇ ਉਹ ਕਹਿੰਦੇ ਵੀ ਠੀਕ ਹੈ ਮਾਤਾ ਫਿਰ ਲੰਗਰ ਛਕਾ ਦੇਣਾ ਕਹਿੰਦੀ ਲੰਗਰ ਉਹਨਾਂ ਲਈ ਬਿਲਕੁਲ ਹੁਣ ਉਹ ਕਹਿੰਦੇ ਵੀ ਚਲੋ ਠੀਕ ਹੈ ਲੰਗਰ ਉਹਨਾਂ ਨੂੰ ਛਕਾ ਦੀ ਪਰ ਜਿਹੜਾ ਚੂਲਾ ਅੰਦਰ ਰੱਖਿਆ ਹੈ ਤੂੰ ਉਹ ਦੇ ਦੇ ਮੈਨੂੰ ਹੂੰ ਹੁਣ ਇਹ ਇਟਸ ਅ ਮੈਰਕਲ ਬਿਲਕੁਲ ਕਿ ਜੂ ਇਹਨੂੰ ਕਿਨੂੰ ਕਿਹੜਾ ਚੂਲਾ ਰੱਖਿਆ ਜਿਹੜਾ ਬਾਹਰ ਬੋਲ ਰਿਹਾ ਤੂੰ ਬੋਲ ਫਿਕਾਉਂ ਰਿਹਾ ਹੈ ਨਾਨਕ ਬੋਲ ਰਿਹਾ ਹੈ ਫਿਰ ਮਤਲਬ ਬਨ ਟੁੱਟ ਜਾਂਦੇ ਨੇ ਅੱਖਾਂ ਚ ਥਰੂ ਨੇ ਦੇ ਗੁਰੂ ਨਾਨਕ ਪਾਤਸ਼ਾਹ ਦੀ ਗੁਰ ਤੇਗ ਬਹਾਦਰ ਦੀ ਗਲਬਕੜੀ ਹੈ ਕਿਉਂਕਿ ਗੁਰੂ ਨਾਨਕ ਦੀ ਧੀ ਜਿਹੜੀ ਸੀ ਉਹ ਉਹਨਾਂ ਦੇ ਵਿਨਾਲ ਇੱਕ ਸੂਰ ਹੋ ਕੇ ਉਹਨਾਂ ਦੀ ਨਾਦੀ ਧੀ ਬਣ ਚੁੱਕੀ ਜੀ ਉੱਥੇ ਹੈ ਗੁਰਦੁਆਰਾ ਸੰਗਤ ਟੋਲਾ ਗੁਰਦੁਆਰਾ ਸੰਗਤ ਟੋਲਾ ਦੇ ਵਿੱਚ ਕਿਉਂਕਿ ਉਹ ਜਗ੍ਹਾ ਤੇ ਕਬਜ਼ਾ ਹੋ ਗਿਆ ਦੇਸ਼ਾਂ ਜਦੋਂ ਵੰਡੋਗੇ ਲੋਕਾਂ ਨੇ ਕਬਜ਼ਾ ਕਰ ਲਿਆ ਪਰ ਉੱਥੇ ਸਨ ਗੁਰੂ ਪਾਤਸ਼ਾਹ ਦਾ ਜੋੜਾ ਉੱਥੇ ਪਿਆ ਸੀ ਬਿਲਕੁਲ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੀ ਅੱਜ ਕੱਲ੍ਹ ਲੋਕ ਚੁੱਕ ਕੇ ਉੱਥੋਂ ਮਤਲਬ ਉਹਦਾ ਪ੍ਰਕਾਸ਼ ਜਿਹੜਾ ਹੈ ਉੱਥੇ ਕਰ ਦਿੱਤਾ ਜਿੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਗੁਰਦਾਰੇ ਕੋ ਗੁਰਦਰ ਦੀ ਪਿਜੀਸ਼ਨ ਠੀਕ ਹੈ ਸੋ ਇੱਥੋਂ ਕੀ ਹੁੰਦਾ ਹੈ ਕਿ ਇੱਥੋਂ ਗੁਰੂ ਪਾਤਸ਼ਾਹ ਅਸਾਮ ਜਾਂਦੇ ਨੇ ਜੀ ਅਸਾਮ ਕੀ ਹੈ ਕਿ ਅਸਾਮ ਦੇ ਉੱਤੇ ਮੁਗਲ ਹਕੂਮਤ ਰੰਗਜੀਤ ਦਾ ਜਿਹੜਾ ਇੱਕ ਸੈਨਾਪਤੀ ਹੈ ਉਹ ਕਬਜ਼ਾ ਕਰਨਾ ਚਾਹੁੰਦਾ ਹੈ ਗੁਰੂ ਪਾ ਚੌਥੀ ਜਾਣਦੇ ਨੇ ਤੇ ਉਹਨਾਂ ਨੂੰ ਉਹਨਾਂ ਦਾ ਫੈਸਲਾ ਕਰਾਉਂਦੇ ਨੇ ਬਿਲਕੁਲ ਕਿ ਹਜ਼ਾਰਾਂ ਲੋਕੀ ਮਰ ਜਾਣਗੇ ਪਰ ਤੁਹਾਨੂੰ ਕੀ ਆ ਟੁਕੜਾ ਜ਼ਮੀਨ ਦਾ ਹੈ ਤੇ ਫਿਰ ਉਹ ਕਹਿੰਦਾ ਕਿ ਜਦੋਂ ਫੈਸਲਾ ਹੋ ਜਾਂਦਾ ਹੈ ਉਸ ਜਗ੍ਹਾ ਦੇ ਉੱਤੇ ਕੀ ਹੁੰਦਾ ਹੈ ਕਿ ਦੋਵਾਂ ਸੈਨਾਵਾਂ ਨੇ ਇੱਕ ਵੱਡਾ ਢਿੱਲਾ ਬਣਾਇਆ ਹੂੰ ਉਸ ਢਲੇ ਉਤੇ ਗੁਰੂ ਪਾਤਸ਼ਾਹ ਨੂੰ ਮਰਾਜਮਨ ਕੀਤਾ। ਅੱਜ ਕੱਲ ਉਹ ਤੇ ਬੜਾ ਸੁੰਦਰ ਕੋਟਵਾਰਾ ਸ਼ੋਭਤ ਹੈ। ਬਿਲਕੁਲ। ਉਥੋਂ ਪਾਤਸ਼ਾਹ ਹਜ਼ੂਰ ਫਿਰ ਵਾਪਸ ਉਹ ਜਦੋਂ ਟਾਕੇ ਨੇ ਤੇ ਇੱਥੇ ਇਨਫੋਰਮੇਸ਼ਨ ਮਿਲਦੀ ਹੈ ਕਿ ਪਾਤਸ਼ਾਹ ਬਾਦ ਗੋਬਿੰਦ ਨੇ ਜਨਮ ਲੈ ਲਿਆ। ਜੀ। ਤੇ ਫਿਰ ਸੱਤੇ ਪਾਸ਼ਾ ਹਜ਼ੂਰ ਅਸਾਮ ਦਾ ਫੈਸਲਾ ਕਰਾ ਕੇ ਪਟਨਾ ਪਹੁੰਚਦੇ ਨੇ ਪਟਨੇ ਤੋਂ ਵਾਪਸ ਹੁੰਦੇ ਹੋਏ ਲਖਨੌਰ ਆਉਂਦੇ ਨੇ ਲਖਨੌਰ ਤੁਹਾਨੂੰ ਪਤਾ ਹੈ ਕਿ ਉਹਨਾਂ ਦੇ ਇਨਲਾਜ ਉੱਥੇ ਸਨ ਜਿਹੜੇ ਕਿ ਕਰਤਾਰਪੁਰ ਭਾਵੇਂ ਆ ਗਏ ਉਹਨਾਂ ਦੇ ਸਾਰੇ ਸਨ ਸਾਰੇ ਸਨ ਆ ਗਏ ਅਜੀਬ ਉੱਥੇ ਗੁਰਦੁਆਰਾ ਸਾਹਿਬ ਸੇ ਸ਼ੋਕ ਨੇ ਸੋ ਇਨਾਂ ਸਾਰੀਆਂ ਥਾਵਾਂ ਦੇ ਉੱਤੇ ਗੁਰੂ ਪਾਸ਼ਾ ਦਾ ਇੱਕੋ ਹੀ ਮੰਤਵ ਸੀ ਕਿ ਪਾਸ਼ਾ ਦੇ ਸਿੱਖਾਂ ਨੂੰ ਆਪਣੇ ਗੱਲ ਨਾਲ ਲੜਾਉਣਾ ਸਿੱਖੀ ਦੇ ਸਿਧਾਂਤ ਨੂੰ ਪ੍ਰਜਵਲਿਤ ਕਰਨਾ ਪ੍ਰਚੰਡ ਕਰਨਾ ਤਾਂ ਕਿ ਉਹ ਆਪਣੇ ਇੰਸਟੀਚਿਊਸ਼ਨ ਆਪਣੇ ਮੇਨ ਤਰੂ ਹਰਨਾ ਜੁੜੇ ਰਹਿਣ ਤੇਸ ਦਾ ਪ੍ਰਗਟਾ ਜਿਹੜਾ ਹੈ ਤੁਹਾਨੂੰ ਪਤਾ ਹੀ ਹੈ ਕਿ 1699 ਦੀ ਵਿਸਾਖੀ ਨੂੰ ਹੁੰਦਾ ਹੈ ਜੀ ਤੁਸੀਂ ਤੇ ਇੱਕੋ ਹੀ ਦਿੱਤਾ ਨਾ ਲਾਹੌਰ ਵਾਲਾ ਬਾਬਾ ਭਾਈ ਦਇਆ RAM ਦਇਆ RAM ਦਇਆ ਸਿੰਘ ਬਣ ਗਿਆ ਚਾਰ ਤੇ ਉਹਨਾਂ ਦੇ ਉੱਤੇ ਬਿਲਕੁਲ ਕਿੱਥੋਂ ਆਇਆ ओडिशा तो आए गुजरात तो किमे ਤੁਸੀਂ ਇਮੇਜਿਨ ਕਿਵੇਂ ਕਰ ਸਕਦੇ ਜੋ ਕਿ ਇਹਦਾ ਮਤਲਬ ਹੈ ਕਿੰਨਾ ਫਾਸ ਸਿਸਟਮ ਸੀ ਗੁਰਨਾਪੁਰ ਗੁਰੂ ਪਾਸ਼ਾ ਜਰੂ ਹੁਕਮ ਜਾਰੀ ਕੀਤਾ ਕਿ 1600 ਨੇ ਨਦੀ ਵਸਾਕੀ ਇਸਵਰ ਆਨੰਦਪੁਰ ਹੋਏਗੀ ਸਾਰੇ ਪਹੁੰਚਦੇ ਨੇ ਤੇ ਇਹ ਉਹੀ ਆਨੰਦਪੁਰ ਦੀ ਧਰਤੀ ਹੈ ਜਿੱਥੇ ਕਸ਼ਮੀਰੀ ਪੰਡਤ ਆਉਂਦੇ ਬਿਲਕੁਲ ਤੇ ਕਸ਼ਮੀਰੀ ਪੰਡਤ ਜਦੋਂ ਆਉਂਦੇ ਨੇ ਤੇ ਫਿਰ ਪਾਸ਼ਾ ਜੋ ਕਹਿੰਦੇ ਨੇ ਉਹ ਤੁਹਾਨੂੰ ਵੀ ਪਤਾ ਹੈ ਮੈਨੂੰ ਵੀ ਪਤਾ ਹੈ ਫਿਰ ਅਲਟੀਮੇਟਲੀ ਕੀ ਹੈ ਕਿ ਸੀਸਗੰਜ ਦਾ ਪਲੇਸ ਬਿਲਕੁਲ ਤੇ ਪਾਸ਼ਾ ਦੀ ਸ਼ਹਾਦਤ ਸੀਸਗਨ ਸਾਹਿਬ ਤੋਂ ਪਹਿਲਾਂ ਇਹ ਵੀ ਬੜਾ ਇੱਕ ਦਿਲਚਸਪ ਕਿੱਸਾ ਹੈ ਮੈਨੂੰ ਲੱਗਦਾ ਸ਼ਾਇਦ ਪੈਰਤਨ ਸਿੰਘ ਭੰਗੂ ਦੇ ਪੰਤ ਪ੍ਰਕਾਸ਼ ਦੇ ਵਿੱਚ ਬਹੁਤ ਡਿਟੇਲ ਦੇ ਵਿੱਚ ਉਹ ਬਿਆਨ ਕਰਦੇ ਆ ਕਿ ਕਿਸ ਤਰ੍ਹਾਂ ਆਗਰਾ ਦੇ ਵਿੱਚ ਉਹ ਆਪਣੀ ਗ੍ਰਿਫਤਾਰੀ ਦਾ ਸਵਾਬ ਆ ਬਣਾ ਕੇ ਫਿਰ ਅੱਗੇ ਤੁਰਦੇ ਨੇ ਇਹ ਕੱਟੇ ਨੂੰ ਸਭ ਬਹੁਤ ਬਹੁਤ ਸਾਰਾ ਕਿਉਂਕਿ ਇਹ ਦੋ ਤਿੰਨ ਥੀਵਿਊਜ਼ ਸਾਡੇ ਸਾਹਮਣੇ ਆਉਂਦੇ ਨੇ ਇੱਕ ਆਗਰੇ ਵਾਲਾ ਆਉਂਦਾ ਹੈ ਇੱਕ ਰੋਪੜ ਤੋਂ ਪਿੱਛੇ ਥੋੜਾ ਜਿਆ ਇੱਥੋਂ ਦੇਖ ਕੇ ਗੁਰੂ ਗ੍ਰੰਥ ਗੁਰੂ ਪਾਤਸ਼ਾਹ ਦੀ ਗ੍ਰਿਫਤਾਰੀ ਹੁੰਦੀ ਹੈ ਇਹ ਹਿਸਟੋਰੀਕਲ ਚਲੋ ਆਪਾਂ ਆਪਣਾ ਇੱਥੇ ਨਹੀਂ ਕਿ ਅਸਲ ਅਲਟੀਮੇਟਲੀ ਆਪਣਾ ਨ ਇਹ ਆਪਣੇ ਧਰਮ ਲਈ ਤੇ ਜਾਨ ਨਿਸ਼ਾਵਰ ਕਰਨ ਦੀਆਂ ਕਰੋੜਾਂ ਆਧਾਰਨਾ ਨੇ ਬਿਲਕੁਲ ਪਰ ਅਦਰ ਦੇ ਧਰਮ ਲਈ ਕਿਸੇ ਹੋਰ ਦੇ ਧਰਮ ਲਈ ਤੇ ਉਹ ਧਰਮ ਲਈ ਜਿਹਦੇ ਨਾਂ ਸਿਧਾਂਤਾਂ ਨਾਲ ਤੁਸੀਂ ਉਹਦੇ ਪੈਰੋਕਾਰ ਜੋ ਬਿਲਕੁਲ ਨਾ ਹੁੰਦਾ ਜੀ ਟ੍ਰੈਡੀਸ਼ਨ ਦੇ ਪੈਰੋਕਾਰ ਜੋ ਨਾ ਉਹਨਾਂ ਦੇ ਸਿੰਬਲ ਜਪਾਉਣ ਦੇ ਜੋ ਤੇ ਉਹਨਾਂ ਸਿੰਬਲ ਜ ਨੂੰ ਬਚਾਉਣ ਲਈ ਦੋ ਸ਼ਾਹਤਾਂ ਵੇਖ ਲਓ ਇੱਥੇ ਪੰਚਮ ਪਾਸ਼ਾ ਤੇ ਦੋ ਸ਼ਾਇਦ ਹੁੰਦੇ ਨੇ ਪੰਚਮ ਪਾਸ਼ਾ ਤੇ ਕਿ ਇਹਨੇ ਖੁਸਰੋ ਦੀ ਮਦਦ ਕੀਤੀ ਤੇ ਖੁਸਰੋ ਤੇ ਮੁਸਲਮਾਨ ਸੀ ਯਾਰ ਬਿਲਕੁਲ ਗਾਂਗੀਰ ਦਾ ਬੇਟਾ ਸੀ ਤੇ ਉਹਤੇ ਦੋਸ਼ਾਇਦ ਕਰ ਰਹੇ ਨੇ ਕਿ ਇਸਨੇ ਖੁਸਰੋ ਦੀ ਮਦਦ ਕੀਤੀ ਇਸ ਕਰਕੇ ਅਸੀਂ ਇਸ ਨੂੰ ਪਰਸੀਕਿਊਟ ਕਰਾਂਗੇ ਬਿਲਕੁਲ ਇੱਥੇ ਦੋਸ਼ਾਇਦ ਕੀ ਹੁੰਦਾ ਹੈ ਕਿ ਇਹਨੇ ਕਸ਼ਮੀਰੀ ਪੰਡਤਾਂ ਦੀ ਤੇ ਮੈਂ ਤੁਹਾਡੇ ਮਾਧਿਅਮ ਰਹਿਦਾ ਕਿ ਥੋੜਾ ਜਿਆਦਾ ਸੋਚੋ ਭਾਵੇਂ ਤੁਸੀਂ ਇਸਲਾਮ ਧਰਮ ਦੇ ਪੈਰਾਕਾਰ ਕਰਵਾਉ ਕਰ ਜੋ ਜਾਂ ਭਾਵੇਂ ਵੇਦਾਂ ਦੇ ਪੈਰਾਕਾਰ ਜੋ ਪਰ ਸੋਚੋ ਸਹੀ ਕਿ ਗੁਰੂ ਅਰਜਨ ਤੇ ਗੁਰੂ ਤੇਗ ਬਹਾਦਰ ਸਾਹਿਬ ਜੇ ਇਹ ਨਾ ਹੁੰਦੇ ਅਸੀਂ ਤੇ ਹੋਣਾ ਹੀ ਨਹੀਂ ਸੀ ਤੁਸੀਂ ਵੀ ਕਿੱਥੇ ਹੋਣਾ ਸੀ ਬਿਲਕੁਲ ਸੋ ਕੁਝ ਨਾ ਕੁਝ ਤੇ ਹੈਗਾ ਹੈ ਕਿ ਆਨੈਸਟੀ ਚਾਹੀਦੀ ਹੈ ਇਮਾਨਦਾਰੀ ਚਾਹੀਦੀ ਹੈ ਕਿ ਉਸ ਆਨੈਸਟੀ ਉਸ ਇਮਾਨਦਾਰੀ ਨੂੰ ਹੁੰਦਿਆ ਨਤਮਸਤਕ ਹੋਣਾ ਚਾਹੀਦਾ ਹੈ ਕਿ 400 ਸਾਲਾ ਕੇਵਲ ਸਿੱਖ ਕੇ ਮਨਾਉਣਾ ਇਹ ਵੀ ਇੱਕ ਅਜੀਬ ਸਾਡੀ ਘਮਣ ਘੇਰੀ ਹੈ ਕਿ ਮਾਡਰਨ ਦੌਰ ਦੇ ਅੰਦਰ ਅਸੀਂ ਇਹ ਵੀ ਇੰਜ ਨਹੀਂ ਵੇਖ ਰਹੇ ਕਿ ਗੁਰਤੇਗ ਬਹਾਦਰ ਪਾਸ਼ਾ ਕਸ਼ਮੀਰੀ ਪੰਡਤਾਂ ਦੇ ਲਈ ਖੜਦੇ ਨੇ ਯਾਨੀ ਕਿ ਇੱਕ ਕਸ਼ਮੀਰੀ ਪੰਡਤਾਂ ਦੀ ਸਮੱਸਿਆ ਆ ਕਸ਼ਮੀਰ ਦੀ ਸਮੱਸਿਆ ਆ ਤੇ ਦੂਸਰੇ ਪਾਸੇ ਅਸਾਮ ਦੀਆਂ ਸਮੱਸਿਆ ਨੂੰ ਵੀ ਉਹ ਸੁਲਝਾਉਂਦੇ ਨੇ ਪਰ ਮਾਡਰਨ ਦੌਰ ਦੇ ਅੰਦਰ ਸਭ ਤੋਂ ਵੱਡੀ ਸਮੱਸਿਆ ਕਸ਼ਮੀਰ ਦੀ ਉਸੇ ਤਰ੍ਹਾਂ ਬਰਕਰਾਰ ਆ ਅਸਾਮ ਦਾ ਸਿਟੀਜ਼ਨ ਐਮੈਂਡਮੈਂਟ ਬਿੱਲ ਵਾਲੀ ਬਰਕਰਾਰ ਆ ਪਰ ਕਿਸੇ ਦੌਰ ਦੇ ਅੰਦਰ ਪਾਸ਼ਾ ਨੇ ਉਹ ਸਮੱਸਿਆਵਾਂ ਇਹ ਜੇ ਪਾਸ਼ਾ ਨਾਲ ਪਿੱਟ ਕਰੂਗਾ ਹਿੰਦੁਸਤਾਨ ਤੇ ਫਿਰ ਇੰਜ ਹੀ ਹੋਊਗਾ ਜੀ ਪਿੱਟ ਕਰਨ ਦੇ ਨਤੀਜੇ ਭੁਗਤਣੇ ਪੈਣਗੇ ਬਿਲਕੁਲ ਇਹ ਪੰਮੇ ਸੇ ਕੋਣ ਪੰਮੇ ਅਦਰ ਕਮਿਊਨਿਟੀ ਜੋਂ ਸਿੱਖਾਂ ਨੂੰ ਪਹੁੰਚਣੇ ਪਹਿਰੇ ਨੇ ਉਹਨਾਂ ਨੂੰ ਪਹੁੰਚਣੇ ਪੈਗੇ ਇੱਥੇ ਤੁਸੀਂ ਹੋ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ ਮਤਲਬ ਇਹ ਯਾਤਰਾਵਾਂ ਇਹ ਸ਼ਹਾਦਤ ਇਹ ਇਹੋ ਇਸ਼ਾਰੇ ਕਰਦੀ ਹੈ ਕਿ ਇਨਸਾਨੀਅਤ ਦੀ ਬੁਨਿਆਦ ਤਾਂ ਹੀ ਬਰਕਰਾਰ ਰਹੇਗੀ ਜੇ ਤੁਸੀਂ ਆਪਣੇ ਤੋਂ ਪਹਿਲਾਂ ਦੂਸਰੇ ਦੇ ਹੱਕਾਂ ਲਈ ਦੂਸਰੇ ਦੇ ਦੁੱਖ ਦਰਦ ਨੂੰ ਸਮਝੋਗੇ ਜੇ ਤੁਸੀਂ ਬਾਹਾਂ ਖੁੱਲੀਆਂ ਰੱਖੋਗੇ ਤੇ ਬਾਹਾਂ ਖੁੱਲੀਆਂ ਤੇ ਮੈਂ ਦਾਅਵੇ ਨਾ ਕਹਿੰਦਾ ਕਿ ਸਿੱਖ ਪੈਗੰਬਰੀਆ ਜਮਤੋਂ ਬਿਨਾ ਬਾਹਾਂ ਨਹੀਂ ਖੋਲੀਆਂ ਗਿਆ ਨੇ ਇਤੋ ਹੀ ਕੋਲ ਦੇ ਇੱਥੇ ਮੈਂ ਤੁਹਾਨੂੰ ਖੂਬਸੂਰਤ ਇੱਕ ਪਹਿਲਾਂ ਦੱਸ ਕੇ ਮੈਨੂੰ ਪਤਾ ਹੈ ਕਿ ਤੁਹਾਡਾ ਟਾਈਮ ਬਹੁਤ ਜ਼ਿਆਦਾ ਮੈਂ ਲੈ ਲਿਆ ਪਰ ਇੱਕ ਮੈਂ ਤੁਹਾਨੂੰ ਦੱਸੂਗਾ ਕਿ ਸਾਡੀ ਰਖਾਂ ਦੇ ਕੋ ਸਿਕਾਂ ਦਾ ਦਗਾ ਦੇ ਕੋ ਕਿ ਭਾਈ ਜਤਾ ਜੀ ਗੁਰੂ ਪਾਸ਼ਾ ਦੇ ਸੀਸ ਲੈ ਕੇ ਆਏ ਬਿਲਕੁਲ ਪਰ ਭਾਈ ਜਤਾ ਤੋਂ ਪਹਿਲਾਂ ਇੱਕ ਬੰਦਾ ਹੋਰ ਆਇਆ ਜਿਹਦਾ ਇਤਿਹਾਸ ਚ ਜੇਕਰ ਕੋਈ ਜੇਕਰ ਰੈਫਰੈਂਸ ਪਰਸ਼ੀਨ ਚ ਮਿਲਦਾ ਹੈ ਉਹਨੂੰ ਅਸੀਂ ਲਿਖੇ ਨੇ ਉਸੇ ਖਵਾਜਾ ਅਬਦੁੱਲਾ ਖਵਾਜਾ ਅਬਦੁੱਲਾ ਐਲ ਕਾਰਸੀ ਬਹੁਤ ਵੱਡਾ ਮੁਗਲਾਂ ਦਾ ਜੀ ਉਹਨੇ ਸਭ ਤੋਂ ਪਹਿਲਾਂ ਬਗਾਵਤ ਕੀਤੀ ਉਥੋਂ ਆਪਣੇ ਪਰਿਵਾਰ ਸਮੇਤ ਭੱਜ ਕੇ ਨਾਦਪੁਰ ਸਾਹਿਬ ਆਇਆ ਤੇ ਗੁਰੂ ਪਾਤਸ਼ਾਹ ਜਦੋਂ ਸਰਸਾ ਨਦੀ ਪਾਰ ਕਰਦੇ ਨੇ ਤੇ ਉਦੋਂ ਸੇਫ ਜ਼ੋਨ ਡੰਡਾ ਆਸ਼ੀਰਵਾਦ ਹੋਇਆ ਸੀ ਜਦੋਂ ਆਨੰਦਪੁਰ ਦੀ ਧਰਤੀ ਤੋਂ ਨਿਕਲੇ ਨੇ ਤੇ ਭਾਈ ਬਚਿੱਤਰ ਸਿੰਘ ਤੇ ਖਵਾਜਾ ਅਬਦੁੱਲਾ ਨੇ ਕਿਲੇ ਤੇ ਚੜ ਕੇ ਤੀਰਾਂ ਦੀ ਬਿਛਾੜ ਕਰਕੇ ਸੇਫ ਜ਼ੋਨ ਪ੍ਰੋਵਾਈਡ ਕੀਤਾ ਸੀ ਤੋ ਇਹ ਗੱਲਾਂ ਜਿਹੜੀਆਂ ਨੇ ਸਾਡੇ ਸਾਹਮਣੇ ਆਉਣੀਆਂ ਚਾਹੀਦੀਆਂ ਨੇ ਗੁਰਤੇਬਾ ਸਾਹਿਬ ਦੇ ਸਾਹਮਣੇ ਤੇ ਘਟੋ ਘਟ ਕੁੰਮਾ ਮਾਈ ਤੋਂ ਲਈ ਕੇ ਉਸ ਦਿਨ ਆ ਭਾਈ ਬਚਿੱਤਰ ਸਿੰਘ ਜ਼ਖਮੀ ਹੋਏ ਭਾਈ ਬਚਿੱਤਰ ਸਿੰਘ ਆ ਤੇ ਫਿਰ ਉਹ ਕੋਟਲਾ ਨਿਹੰਗਾਂ ਵਾਲਾ ਸਾਰਾ ਹੁਣ ਸਾਡੀ ਚੀਤਿਆਂ ਜੋ ਕੋਟਲਾ ਨਿਹੰਗ ਸਿੰਘ ਗੁੰਮ ਕਿਵੇਂ ਹੋ ਗਿਆ ਸਾਡੇ ਚ ਉਹਨਾਂ ਦੀ ਬੇਟੀ ਜਿਹੜੀ ਐ ਮੇਰੇ ਬੀਬੀ ਮੁਲਤਾਜ ਕਿਵੇਂ ਗੁੰਮ ਹੋ ਗਈ ਕੁੰਮਾ ਮਾਈ ਕਿਵੇਂ ਗੁੰਮ ਹੋ ਗਿਆ ਖਵਾਜ ਅਬਦੁੱਲਾ ਕਿਵੇਂ ਗੁੰਮ ਹੋ ਗਿਆ ਤੇ ਇਹ ਵੀ ਇੱਕ ਦੁਖਾਂਤਕ ਪੱਖ ਹੈ ਕਿ ਨਹੀਂ ਸੀ ਹੋਣਾ ਚਾਹੀਦਾ ਪਰ ਸਾਡੇ ਵੰਡ ਹੋਈ 1947 ਦੀ ਤੇ ਮੰਨਿਆ ਜਾਂਦਾ ਹੈ ਕਿ ਨਿਆਂਖਾਨ ਦਾ ਪਰਿਵਾਰ ਉਹਨਾਂ ਦੀ ਪੀੜ੍ਹੀ ਚੋਂ ਫਿਰ ਵੰਡ ਦੇ ਵੇਲੇ ਲਾਹੌਰ ਪਹੁੰਚ ਗਏ ਉਹਨਾਂ ਦੀ ਪੀੜ੍ਹੀ ਚੋਂ ਹਜੇ ਵੀ ਉਹ ਪਰਿਵਾਰ ਹੈਗਾ ਜਿਨ੍ਹਾਂ ਨੂੰ ਅਸੀਂ ਪਿਛਲੇ ਦਿਨਾਂ ਦੇ ਅੰਦਰ ਡਾਕੂਮੈਂਟਰੀ ਦੇ ਵਿੱਚ ਰਿਕਾਰਡ ਕੀਤਾ ਸੀ ਸੋ ਇਹ ਇਹ ਪਾਸ਼ਾ ਹਜ਼ੂਰ ਨੇ ਜਿਹੜੀਆਂ ਪੈੜਾਂ ਪਾਈਆਂ ਉਹਨਾਂ ਪੈੜਾਂ ਨੂੰ ਆਪਾਂ ਨਤਮਸਤਕ ਹੋਣਾ ਹੈ 400 ਸਾਲਾਂ ਦੇ ਵਿੱਚ ਅਤੇ ਉਹ ਇਸ਼ੂ ਜਿਹੜੇ ਨੇ ਜਿਹੜੇ ਲੁਪਤ ਹੋ ਗਏ ਨੇ ਕੇਵਲ ਕੀਰਤਨ ਦਰਬਾਰ ਕਰਨਾ ਬਹੁਤ ਕੀਰਤਨ ਦਰਬਾਰ ਬਹੁਤ ਜ਼ਰੂਰੀ ਹੈ ਪਰ ਕੇਵਲ ਸੰਤੋਸ਼ਟ ਨਹੀਂ ਹੋਣਾ ਸਿੱਕੀ ਸੰਤੁਸ਼ਟੀ ਮਾਰਗ ਨਹੀਂ ਹੈ ਸਿੱਕੀ ਤੜਪ ਮਾਰਗ ਹੈ ਸਿੱਖ ਸੰਤੋਸ਼ ਹੋ ਗਤ ਗਿਆ ਅਸੀਂ ਸੰਤੋਸ਼ਟੋ ਕੇ ਬਹਿ ਗਏ ਕਿ ਗੁਰਦੁਆਰਾ ਸਾਹਿਬ ਗਏ ਮੱਥਾ ਟੇਕਿਆ ਪ੍ਰਸ਼ਾਦ ਕਰਾਇਆ ਤੇ ਬਾਹਰ ਆ ਗਏ ਨਾ ਇਹ ਸਾਡਾ ਸੁਭਾਅ ਨਹੀਂ ਇਹ ਸੰਤੁਸ਼ਟੀ ਮਾਰਗ ਹੈ ਜੀ ਬਾਬਾ ਕਹਿੰਦਾ ਤੜਪ ਮਾਰਗ ਤੜਪਨ ਮਾਰਗ ਨਾ ਹੁੰਦਾ ਤੇ ਕਿੱਥੇ ਮੱਕਾ ਮਦੀਨਾ ਹੈ ਬਿਲਕੁਲ ਉਹ ਤੜਪ ਮਾਰਗ ਹੈ ਸੋ ਸਿੱਖੀ ਦੇ ਵਿੱਚ ਤੜਫ ਮਰ ਗਿਆ ਅਸੀਂ ਲੋਕਾਂ ਲਈ ਜੂਣਾ ਯਾਰ ਅਸੀਂ ਆਪਣੇ ਲਈ ਜੂਣਾ ਨਹੀਂ ਹੈ ਬਹੁਤ ਖੂਬਸਰਤ ਬਹੁਤ ਵਧੀਆ ਤੇ ਲੋਕਾਂ ਲਈ ਜੂਣਾ ਤਾਂ ਕਿ ਦੁਨੀਆਂ 'ਚ ਦੱਸ ਗਏ ਕਿ ਲੋਕਾਂ ਲਈ ਜੂਣ ਦਾ ਜਿਹੜਾ ਮਾਰਗਦਰਸ਼ਨ ਕਰਨ ਵਾਲਾ ਪੈਗੰਬਰੀ ਅਜਮਤ ਗੁਰੂ ਨਾਨਕ ਸੱਚੇ ਪਾਸ਼ਾ ਹਜ਼ੂਰ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੇ ਉਹ ਸਿਧਾਂਤ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਸਮਿਲਤ ਹੈ ਤੇ ਸਿੱਖ ਜਿਹੜਾ ਹੈ ਉਹ ਅਦਰਲੀ ਜੀਉਂਦਾ ਹੈ ਅੱਜ ਵੀ ਅਦਰਲੀ ਜੀਉਂਦਾ ਹੈ ਬਿਲਕੁਲ ਤੇ ਅਸੀਂ ਅਦਰਲੀ ਜੂਣ ਲਈ ਸਾਡਾ ਸੋਰਸ ਕੀ ਹੈ ਸਾਡਾ ਦਰਸ਼ਨ ਕੌਣ ਹੈ ਬਾਬਾ ਨਾਨਕ ਸੱਚਾ ਪਾਤਸ਼ਾਹ ਹਜੂਰ ਹੈ ਤੇ ਬਾਬਾ ਨਾਨਕ ਸੱਚਾ ਪਾਤਸ਼ਾਹ ਹਜੂਰ ਤੋਂ ਲੈ ਕੇ ਕਾਲੋਂ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਤੇ ਉਹ ਸਾਰੇ ਸਿਧਾਂਤ ਨੂੰ ਪ੍ਰੋਇਆ ਕਿਤੇ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੰਸਾਰ ਜੇ ਕਰ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਉਸ ਦੇ ਸਿਧਾਂਤਾਂ ਨੂੰ ਨਤਮਸਤਕ ਉਹ ਆਪ ਆਪਣੇ ਧਰਮ ਗ੍ਰੰਥਾਂ ਨੂੰ ਅਸੀਂ ਕਨਵਰਟ ਕਨਵਰਸ਼ਨ ਦਾ ਕਨਸੈਪਟ ਨਹੀਂ ਸਕੀਜੇ ਜੇ ਕਨਵਰਸ਼ਨ ਹੁੰਦੇ ਭਾਈ ਮਰਦਾਨਾ ਸਾਹਿਬ ਤੋਂ ਪਹਿਲਾਂ ਕਨਵਰਟ ਹੁੰਦੇ ਬਾਬੇ ਨੇ ਕਿਹਾ ਨਾ ਆਪਣਾ ਕਲਮਾ ਪੜ੍ਹਨਾ ਹੈ ਹੂੰ ਪੀਰ ਬੁੱਧੂ ਸ਼ਾ ਬਹੁਤ ਸਾਰੇ ਪਰ ਕੀ ਹੈ ਕਿ ਉਹਦੇ ਵਿੱਚ ਜਿਹੜਾ ਵੇ ਦੱਸਿਆ ਹੈ ਉਸ ਨੂੰ ਅਡਾਪਟ ਕਰੋ ਸੰਸਾਰ ਦੇ ਵਿੱਚੋਂ ਦੰਭ ਮੁੱਕ ਜਾਏਗਾ ਪਖੰਡ ਮੁੱਕ ਜਾਏਗਾ ਮੂਲਵਾਦ ਮੁੱਕ ਜਾਏਗਾ ਲੜਾਈਆਂ ਮੁੱਕ ਜਾਣ ਤੇ ਫਿਰ ਕੀ ਹੋਏਗਾ ਕਿ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸਾਹਾਵਾ RAM ਰਾਜੇ ਸੋ ਭੁੱਲਨ ਚੁਕਿਆ ਦੀ ਗਿਮਾ ਤੇ ਤੁਹਾਡਾ ਬਹੁਤ ਧੰਨਵਾਦ ਤੁਸੀਂ ਆਏ ਜੋ ਸ਼ੁਕਰੀਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਸੋ ਪਿਆਰੀ ਦਰਸ਼ਕੋਏ ਸਨ ਸਾਡੇ ਨਾਲ ਡਾਕਟਰ ਸਰਬਜਿੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਅਸੀਂ ਅੱਜ ਇਹੋ ਸਮਝਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਗੁਰਤੇਗ ਬਹਾਦਰ ਪਾਸ਼ਾ ਦੀਆਂ ਯਾਤਰਾਵਾਂ ਦੇ ਕੀ ਮਾਇਨੇ ਨੇ ਤੇ ਜਦੋਂ ਇਸ ਦੌਰ ਦੇ ਆਗਮੀ ਵਰਤਾਰਿਆਂ ਦੇ ਅੰਦਰ ਸਾਡੇ ਗੁਰੂ ਯਾਤਰਾਵਾਂ ਕਰਦੇ ਨੇ ਤੇ ਉਹ ਸਹਿਜ ਜਾਂ ਮਹਿਜ਼ ਯਾਤਰਾਵਾਂ ਨਹੀਂ ਹੁੰਦੀਆਂ ਉਹ ਯਾਤਰਾ ਤਾਂ ਵੀ ਬਹੁਤ ਉੱਪਰ ਦਾ ਸਫ਼ਰ ਹੁੰਦਾ ਹੈ ਤੇ ਉਸੇ ਸਫ਼ਰ ਦਾ ਨਤੀਜਾ ਕਿ ਸਾਡੇ ਕੋਲ ਅਜਿਹੀਆਂ ਬੇਅੰਤ ਕਹਾਣੀਆਂ ਨੇ ਜਿਹੜੀਆਂ ਦੂਜਿਆਂ ਦੇ ਲਈ ਤੜਪੀਆਂ ਦੂਜਿਆਂ ਦੇ ਲਈ ਖੜੀਆਂ ਹੋਈਆਂ ਅਤੇ ਮੈਨੂੰ ਲੱਗਦਾ ਕਿ ਇਨਸਾਨੀਅਤ ਦਾ ਮੂਲ ਇਨਸਾਨੀਅਤ ਦੀ ਬੁਨਿਆਦ ਇਹ ਹੋਈ ਹੈ। ਯਾਨ ਮਿਊਟ ਦੇ ਵਿੱਚ ਅੱਜ ਡਾਕਟਰ ਸਰਵਜਿੰਦਰ ਸਿੰਘ ਅਗਲੀ ਮੁਲਾਕਾਤ ਬਹੁਤ ਛੇਤੀ ਲੈ ਕੇ ਆਵਾਂਗੇ। ਫਿਰ ਗੁਰਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਅਸੀਂ ਹੋਰ ਵੀ ਬਹੁਤ ਖੂਬਸੂਰਤ ਗੱਲਾਂ ਕਰਾਂਗੇ ਕਿ ਸਾਈਂ ਸ੍ਰੀ ਗੁਰਤੇਗ ਬਹਾਦਰ ਸਾਹਿਬ ਦੀ ਸ਼ਖਸੀਅਤ ਉਹਨਾਂ ਦੀ ਗਾਥਾਵਾਂ ਸਾਨੂੰ ਕੀ ਇਸ਼ਾਰੇ ਕਰ ਰਹੀਆਂ ਨੇ। ਸਤਿ ਸ੍ਰੀ ਅਕਾਲ।